ਜੀ ਤੁਹਾਨੂੰ ਨਾ ਲੱਗਣੇ ਇਹਨੂੰ ਹੋਰ ਕੇ ਮੁੜ ਕੇ ਉਹ ਭੈਣਾਂ ਉਹ ਮਾਵਾਂ ਜਿਨ੍ਹਾਂ ਦੇ ਭਰਾ ਅਤੇ ਦੋਸਤ ਚਿੱਟੇ ਦੇ ਤਹਿਤ ਨੇ ਨਿਕਲਦੇ
ਰੂੜੀਆਂ ਦੇ ਉੱਤੇ ਲਾਸ਼, ਉਸਦੇ ਭਰਾ ਦੀ, ਉਸਦੇ ਮਾਂ ਦੇ, ਭੈਣਾਂ ਰੂੜੀਆਂ ਬਰਤਾਪ ਕਹਿੰਦੇ ਆਪਾਂ ਵੀਡੀਓ ਦੇਖੇ। ਮੈਂ ਉਹਨਾਂ ਮਾਵਾਂ ਦੇ ਭੈਣਾਂ ਨੂੰ ਵੀ ਮਿਲ ਕੇ ਆਇਆ, ਉਹਨਾਂ 1 ਜੁਲਾਈ ਤੋਂ 7 ਜੁਲਾਈ ਜਦੋਂ ਚਿੱਟੇ ਦੇ ਵਿਰੋਧ ਦੇ ਵਿੱਚ ਕਾਲਾ ਹਫ਼ਤਾ ਮਿਲ। ਪਰ ਹੋਲੀ ਸਰਕਾਰ ਜਦ ਜੀ ਆਪਾਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਜਦੋਂ ਚਿੱਟੇ ਦੇ ਦੋਸ਼ੀ ਜਿਹੜਾ ਐਸ ਪੀ ਸੀਗਾ ਢਿੱਲੋਂ ਕੋਲਜ ਦੀ, ਉਹਨੇ ਚਿੱਟੇ ਦੇ ਲਾਇਆ। ਉਸ ਤੋਂ ਬਾਅਦ ਦੇ ਵਿੱਚ ਉਹਨੂੰ ਕਹਿੰਦਾ ਸੀ ਆਪਣੇ ਕਾਲਜ ਦੀਆਂ ਹੋਰ ਕੁੜੀਆਂ ਲੈ ਕੇ ਆ, ਤੈਨੂੰ ਮੈਂ ਚਿੱਟੇ ਦੇ ਵਿੱਚੋਂ ਹਿੱਸਾ ਦਿਆ ਕਰਾਂਗਾ ਕਮਾਈ ਦੇ ਵਿੱਚੋਂ। ਆਪਾਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ, ਸ਼ਾਇਦ ਆ ਮੁੰਡਾ ਪਹੁੰਚ ਗਿਆ, ਦੇਖੋ ਬਈ ਇੱਕ ਦੇ ਦੇ ਯਾਰ ਆਇਆ ਆਪਣਾ ਬੰਦਾ ਯਾਰ, ਤੂੰ ਗਰਾਹ ਪੱਕਾ ਯਾਰ ਬੜਾ ਕੋਈ ਲੈ ਜਾ ਇੱਕ ਦੇ ਦੇ ਯਾਰ। ਉਹਨਾਂ ਦੇ ਮੁੰਡੇ ਨੇ ਖੜਕਾਲੇ ਸਾਰੇ ਪੀਣ ਖਾਂਦੇ ਆ। ਦੋਸਤੋ ਦੇਖੋ ਚਿੱਟੇ ਦੀ ਮੰਡੀ ਲੱਗੀ ਹੋਈ ਆ, ਨਹੀਂ ਯਾਰ 8 9 10 ਦੇ ਚਿੱਟੇ ਨਹੀਂ ਆਤੇ ਲੁਧਿਆਣਾ ਸ਼ਹਿਰ ਤੇ ਚਿੱਟਾ ਸ਼ਰੇਆਮ ਪੇਚ ਰਿਹਾ। ਗੌਰ ਦੇ ਨਾਲ ਦੇਖੋ, ਭਾਜੀ ਸਾਰੇ ਅੱਜ ਇਕੱਠੇ ਖੜੇ ਨੇ ਇੱਕ ਜਗ੍ਹਾ ਤੇ, ਸਾਰੀਆਂ ਜਨਾਨੀਆਂ ਇਕੱਠੀਆਂ ਖੜੀਆਂ ਨੇ, ਮੈਂ ਨਹੀਂ ਸਾਰੇ ਇੱਕ ਜਗ੍ਹਾ ਤੇ ਖੜੇ ਨੇ, ਅੱਗੇ ਜਾ ਨੀ ਸਕਦੇ ਹੁਣ ਤੋਂ ਸਾਡੇ ਅੱਗੇ ਜਾ ਹੀ ਨਹੀਂ ਸਕਦੇ ਭਾਜੀ, ਅੱਗੇ ਕੋਈ ਅੱਗੇ ਖੜਾ ਹੋਵੇ ਤਾਂ ਜਾਵਾਂ ਨਾ, ਅੱਗੇ ਅੱਗੇ ਕੋਈ ਖੜਾ ਹੋਵੇ ਤਾਂ ਮੈਂ ਜਾਵਾਂ। ਹਾਂ ਇੱਕੋ ਬੰਦਾ ਦੇ ਰਿਹਾ ਨਾ, ਸਾਰੀਆਂ ਜਨਾਨੀਆਂ ਇਕੱਠੀਆਂ ਖੜੀਆਂ ਲੈਣਾ ਹੋਰ ਚਾਹੀਦਾ
ਜਾਂਦਾ ਅੰਬਾਂ ਨਾਲ ਪੈਕਟ ਦਫਾ ਦਾ ਚੰਗੀ ਤਰ੍ਹਾਂ ਦਫਾਇਆ ਨਹੀਂ ਚੰਗੀ ਤਰ੍ਹਾਂ ਦਫਾ ਵੀ ਯਾਰ ਸਹੀ ਆ ਅੱਛਾ ਦੋਸਤੋ ਤੁਸੀਂ ਸਾਡਾ ਜਿਹੜਾ ਸਾਥੀ ਗਿਆ ਬੜਾ ਦਲੇਰੀ ਦੇ ਨਾਲ ਚਿੱਟਾ ਦੋ ਵਾਰੀ ਹੋਈ ਆ ਇੱਕ ਵਾਰੀ ਪਹਿਲਾਂ ਚੀਜ਼ਾਂ ਪਿਆ ਮੈਂ ਸ਼ੋਰੂਮ ਪਿਆ ਦੁਬਾਰਾ ਜਾ ਦੋ ਪੈਸਾ ਜੀ ਤਾਂ ਕਿ ਜਿਹੜੀ ਯੂਪੀ ਵਾਲੀ ਸਰਕਾਰ ਚਿੱਟੇ ਦੇ ਛੋਟੇ ਛੋਟੇ ਦਸਤਰਾਂ ਨੂੰ ਕਰਦੀ ਆ ਛੋਟੇ ਇਹਦੇ ਆਦੀ ਜਿਹੜੇ ਵਿਚਾਰੇ ਨੌਜਵਾਨ ਆ ਉਹਨਾਂ ਨੂੰ ਅੱਧਾ ਗ੍ਰਾਮ ਮਿਲ ਗ੍ਰਾਮ ਵਾਲਿਆਂ ਨੂੰ ਫੜ ਕੇ ਮਾਨਾ ਪੂਰੀ ਕਰ ਦਿੰਦੀ ਜਿਹੜੇ ਚਿੱਟਾ ਵੇਚਣ ਵਾਲੇ ਲੋਕ ਹੈ ਉਹਨਾਂ ਨੂੰ ਕਿਉਂ ਨਹੀਂ ਹੁਣ ਆਪਾਂ ਇੱਕ ਗੱਲ ਇਹ ਦੱਸੀਏ ਕਿ ਐਸ ਐਚ ਓ ਦੀ ਇਸ ਗੱਲ ਦਾ ਪਤਾ ਨਹੀਂ ਉਹਦੇ ਏਰੀਏ ਦੇ ਵਿੱਚ ਚਿੱਟਾ ਕਿੱਥੇ ਕਿੱਥੇ ਵੇਚਣਾ ਕੀ ਚੌਂਕੀ ਵਿਚਾਰ ਨੂੰ ਪਤਾ ਨਹੀਂ ਕਿ ਚਿੱਟਾ ਕਿੱਥੇ ਕਿੱਥੇ ਵੇਚਣਾ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਐਸ ਪੀ ਐਫ ਬਣਾਈ ਹੈ ਕਿ ਉਸ ਐਸ ਪੀ ਐਫ ਨੂੰ ਜਾਣਕਾਰੀ ਦੇ ਕਿ ਪੰਜਾਬ ਦੇ ਵਿੱਚ ਇਹ ਚਿੱਟਾ ਕਿੱਥੇ ਵੇਚਦਾ ਕਿੱਥੋਂ ਆਉਂਦਾ ਕਿਹੜੇ ਕਿਹੜੇ ਕੈਮੀਕਲ ਉਹਦੇ ਯੂਜ਼ ਹੁੰਦੇ ਆ ਸਿੰਥੈਟਿਕ ਆ ਅਸਲੀ ਆ ਨਕਲੀ ਆ ਸਰਕਾਰ ਸਭ ਤੋਂ ਰਿਪੋਰਟਾਂ ਦੇ ਦਿਨਾਂ ਦੇ ਵਿੱਚ ਜਾ ਕੇ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕਰਨੇ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਸੀ ਆਪਾਂ ਇੱਥੇ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਉਸ ਹੈਲਪਲਾਈਨ ਨੰਬਰ 'ਤੇ 667 ਪੂਰੇ ਪੰਜਾਬ ਦੇ ਵਿੱਚੋਂ ਕੰਪਲੇਂਟ ਲੱਗਿਆ ਸਨ ਮੈਂ ਇਕੱਲੀ ਇਕੱਲੀ ਕੰਪਲੇਂਟ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ ਖੁਦ ਜਾ ਕੇ ਹਰ ਮੰਗਲਵਾਰ ਦੇ ਕੇ ਆਇਆ ਇੱਕ ਕਾਪੀ ਐਸ ਪੀ ਐਫ ਦੇ ਦਫ਼ਤਰ ਪਹੁੰਚੀ ਕਿ ਨਹੀਂ ਐਸ ਪੀ ਐਫ ਵੱਲੋਂ ਮੈਂ ਵਾਰ ਵਾਰ ਚੀਜ਼ਾਂ ਪਾਈਆਂ ਜਿਹੜੀਆਂ ਪੰਜਾਬ ਦੇ ਲੋਕਾਂ ਨੇ ਮੇਰੇ ਦੁਆਰਾ ਜਾਰੀ ਕੀਤੇ ਹੈਲਪਲਾਈਨ ਨੰਬਰ ਦੇ ਉੱਤੇ ਚਿੱਟਾ ਵੇਚਣ ਵਾਲੇ ਦੀ ਸ਼ਿਕਾਇਤਾਂ ਕੀਤੀਆਂ ਸੀ ਉਹਦੀ ਮੈਨੂੰ ਦੱਸੋ ਤੁਸੀਂ ਕੀ ਪੜਤਾਲ ਕੀਤੀ ਉਹਨਾਂ ਦਾ ਕੀ ਬਣਿਆ ਅਤੇ ਮੈਨੂੰ ਰਿਟਰਨ ਦੇ ਵਿੱਚ ਅੱਜ ਮੈਂ ਪ੍ਰੈਸ ਕਾਨਫਰੰਸ ਕਰਾਂ ਮੈਨੂੰ ਰਿਟਰਨ ਦੇ ਵਿੱਚ ਜਵਾਬ ਆਏ ਆ ਅਫਸੋਸ ਹੋਇਆ ਕਿ 667 ਚਿੱਟਾ ਵੇਚਣ ਵਾਲਿਆਂ ਦੀਆਂ ਪੰਜਾਬ ਦੇ ਆਵਾਮ ਨੇ ਸ਼ਿਕਾਇਤਾਂ ਕੀਤੀਆਂ ਮੈਂ ਅੱਗੇ ਮੁੱਖ ਮੰਤਰੀ ਨੂੰ ਭੇਜੀਆਂ ਐਸ ਪੀ ਐਫ ਨੂੰ ਭੇਜੀਆਂ ਇੱਕ ਵੀ ਬੰਦਾ ਐਸ ਪੀ ਐਫ ਦੀ ਰਿਪੋਰਟ ਦੇ ਵਿੱਚ ਨਹੀਂ ਆਇਆ ਇੱਕ ਵੀ ਬੰਦਾ ਐਸ ਪੀ ਐਫ ਦੀ ਰਿਪੋਰਟ 'ਚ ਨਹੀਂ ਆਇਆ ਵੀ ਕੋਈ ਨਸ਼ਾ ਇੱਧਰ ਆ ਜਾਂਦਾ
ਅੱਛਾ ਦੋਸਤੋ ਮੈਂ ਦੂਜੇ ਪਾਸੇ ਚੱਲ ਰਿਹਾ ਹਾਂ। ਇੱਕ ਵੀ ਬੰਦਾ ਐਫ ਦੀ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ ਹਾਂ ਕਿ ਉਹ ਬੰਦੇ ਨੂੰ ਫੜਿਆ, ਫੜ ਕੇ ਉਹ ਤੇ ਕਾਰਵਾਈ ਕੀਤੀ ਹੈ, ਲਿਖਿਆ ਕਿ ਪੜਤਾਲ ਦੇ ਵਿੱਚ ਪਾਇਆ ਗਿਆ ਵੀ ਹੁਣ ਇਹ ਚਿੱਟਾ ਨਹੀਂ ਵੇਚਦਾ, ਅਸੀਂ ਇਹਦੇ 'ਤੇ ਨਿਗਰਾਨੀ ਕਰ ਰਹੇ ਹਾਂ। ਕਿਸੇ ਦੇ ਉੱਤੇ ਲਿਖਤਾ ਜੀ ਵੀ ਇਹਦੇ ਕੋਈ ਦੋਸਤ ਇਹਦੇ ਗੁਆਂਢੀ ਆਏ ਉਹ ਲਿਖ ਕੇ ਜ਼ਿੰਮੇਵਾਰੀ ਲੈ ਗਏ ਅਤੇ ਅਸੀਂ ਇਹਨੂੰ ਛੱਡਤਾ ਨਿਗਰਾਨੀ ਕਰ ਰਿਹਾ। ਦੋਸਤੋ ਅਫਸੋਸ ਹੈ, ਲੁਧਿਆਣਾ ਸ਼ਹਿਰ ਹੈ, ਘੁੱਗ ਵਸਦਾ ਸ਼ਹਿਰ ਹੈ, ਕੋਈ ਪਿੰਡ ਨਹੀਂ ਗਾ, ਕੋਈ ਕਸਬਾ ਨਹੀਂ ਗਾ ਵੀ ਜਿੱਥੇ ਪੁਲਿਸ ਨੂੰ ਆਉਣ ਦੇ ਵਿੱਚ ਦੇਰੀ ਲੱਗਦੀ ਹੈ। ਤੁਸੀਂ ਅੱਜ ਚਿੱਟੇ ਦੀ ਮੰਡੀ ਦਾ ਨਜ਼ਾਰਾ ਲਾਈਵ ਦੇਖ ਲਿਆ। ਮੇਰਾ ਲਾਈਵ ਲੈ ਕੇ ਆਉਣ ਦਾ ਮਕਸਦ ਕੀ ਹੈ, ਬਹੁਤ ਸਾਰੇ ਜਿਹੜੇ ਵਿਰੋਧੀ ਪਾਰਟੀਆਂ ਦੇ ਵਿਰੋਧੀ ਆ ਦਹੀਂ ਵੀ ਕਾਕੇ ਦਹੀਂ ਕਹਿਣਗੇ ਜੀ ਲਾਈਵ ਚੰਗੇ ਚੀਜ਼ਾਂ ਵਾਸਤੇ ਲਾਈਵ ਸੋਸ਼ਲ ਮੀਡੀਆ ਵਰਤੋਂ। ਆਹ ਦੇਖੋ ਜਿਹੜਾ ਚਿੱਟਾ ਲੈ ਕੇ ਆਉਂਦਾ, ਆਹ ਹੈਗਾ ਦੂਜੀ ਪੁੜੀ ਵੀ ਹੈਗੀ ਹੈ, ਇੱਕ ਹੋਰ ਦੇ ਜਿਹੜੀ ਹੈਗੀ ਦੂਸਰੀ ਪੁੜੀ ਆਹ ਹੈਗੀ ਆ, ਹੋਰ ਵੀ ਦੇ ਕਾਕੇ ਜਿਹੜੀ ਜਿਹੜੀ ਉੱਥੋਂ ਖਰੀਦ ਕੇ ਲੈ ਆਏ ਹੋ। ਆਹ ਪੁੜੀਆਂ ਖਰੀਦ ਕੇ ਲੈ ਕੇ ਆਉਂਦੀਆਂ, ਚਿੱਟੇ ਦੀ ਮੰਡੀ ਲੱਗੀ ਹੋਈ ਆ ਦੋਸਤੋ। ਕੀ ਇਹ ਪੁਲਿਸ ਨੂੰ ਦਿਸਦਾ ਨਹੀਂ ਗਾ ਕਿ ਇਹ ਸਰਕਾਰ ਚਲਾਉਣ ਵਾਲੇ ਲੀਡਰ ਵੀ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ ਹੈਗੇ, ਕਿ ਉਹਨਾਂ ਨੂੰ ਵੀ ਪਤਾ ਲੱਗਦਾ ਕਿ ਸਾਡੇ ਸਰਕਾਰ ਦੀ ਛਤਰਛਾਇਆ ਦੇ ਹੇਠ ਸ਼ਰੇਆਮ ਚਿੱਟਾ ਵਿਕ ਰਿਹਾ। ਆ ਲਓ ਚਾਰ ਕੁੜੀਆਂ ਖਰੀਦ ਕੇ ਲਿਆਂਦੀਆਂ ਨੇ ਆ ਚਿੱਟੇ ਦੀਆਂ, ਜਿਹਦੇ ਕਰਕੇ ਪੰਜਾਬ ਦੇ ਅੰਦਰ ਨੌਜਵਾਨ ਬੱਚੇ ਬੱਚੀਆਂ ਮੌਤ ਦੇ ਚਿੱਟੇ ਦੇ ਦੈਨ ਦੇ ਮੂੰਹ ਦੇ ਵਿੱਚ ਜਾ ਰਹੇ ਆ। ਅਫਸੋਸ ਹੈ ਕਿ ਮੈਂ ਇਸ ਇਲਾਕੇ ਦੇ ਪੁਲਿਸ ਅਫਸਰਾਂ ਨੂੰ ਬੜੀ ਵਾਰੀ ਇਹ ਗੱਲ ਕਹੀ ਵੀ ਉੱਥੇ ਸ਼ਰੇਆਮ ਦੋਸਤੋ ਚਿੱਟਾ ਵਿਕ ਰਿਹਾ, ਜਾ ਕੇ ਕੋਈ ਸ਼ਰਮ ਕਰ ਲਓ, ਪੁਲਿਸ ਵਾਲਿਓ ਕੋਈ ਹਿਆ ਕਰ ਲਓ, ਜਾ ਕੇ ਚਿੱਟਾ ਵੇਚਣ ਵਾਲਿਆਂ 'ਤੇ ਸਖ਼ਤ ਕਾਰਵਾਈ ਕਰ ਲਓ। ਪੰਜਾਬ ਦੀ ਪਵਿੱਤਰ ਧਰਤੀ ਦੇ ਉੱਤੇ ਚਿੱਟੇ ਦੇ ਗੰਦ ਦਾ ਬੂਟਾ ਜਿਹੜੇ ਲੋਕਾਂ ਨੇ ਲਾਇਆ ਸੀ, ਅੱਜ ਉਹ ਲੋਕ ਸ਼ਰੇਆਮ ਮੁੱਛਾਂ ਨੂੰ ਤਾ ਦੇਈ ਫਿਰਦੇ ਅਤੇ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਚੁੱਪ 'ਤੇ ਖਾਮੋਸ਼ ਹੈ। ਮੇਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਹਾਡੇ ਜ਼ਰੀਏ ਕਹੂੰਗਾ, ਲੋਕਾਂ ਦੇ ਜ਼ਰੀਏ ਆਵਾਜ਼ ਖਲਕ ਨਗਾੜਾ ਹੈ, ਖੁਦਾ ਆਵਾਜ਼ ਹੁਣੇ ਪਹੁੰਚ ਜਾਣੀ ਆ। ਆ ਪੁਲਿਸ ਦਾ ਜਿਹੜਾ ਸੀ ਆਈ ਡੀ ਤੰਤਰਾ ਲੱਗਿਆ ਹੋਊਗਾ ਵੀ ਬੈਂਸ ਕਿੱਥੇ ਗਿਆ, ਕਿੱਥੋਂ ਇਹ ਚਿੱਟਾ ਖਰੀਦਿਆ, ਚਿੱਟਾ ਖਰੀਦਿਆ ਚੀਮਾ ਚੌਂਕ ਦੇ ਨਾਲ ਬਸਤੀ ਹੈ, ਉਸ ਬਸਤੀ ਦੇ ਵਿੱਚ ਸ਼ਰੇਆਮ ਚਿੱਟਾ ਵੇਖ ਗਿਆ। ਅੱਜ ਤਾਂ ਲਾਈਵ ਦੇਖ ਲਿਆ, ਨਹੀਂ ਇਹਨਾਂ ਨੇ ਕਹਿਣਾ ਸੀ ਨਾ ਜੀ ਇਹ ਤਾਂ ਝੂਠੀ ਗੱਲ ਹੈਗੀ, ਇਹ ਤਾਂ ਹੋ ਹੀ ਨਹੀਂ ਸਕਦਾ। ਮੈਂ ਹੁਣ ਕਮਿਸ਼ਨਰ ਪੁਲਿਸ ਦੇ ਦਫ਼ਤਰ 'ਚ ਜਾਊਂਗਾ, ਕਮਿਸ਼ਨਰ ਪੁਲਿਸ ਨੂੰ ਮੈਂ ਆਹ ਜਿਹੜਾ ਚਿੱਟੇ ਦਾ ਮੇਰੇ ਕੋਲ ਪੈਕਟ ਖਰੀਦ ਕੇ ਲਿਆਂਦੇ ਆ ਨਾ, ਮੈਂ ਇਹਦੇ ਵਿੱਚੋਂ ਅੱਧਾ ਦਊਂਗਾ ਉਹਨਾਂ ਨੂੰ ਵੀ ਇਹਦੀ ਰਿਪੋਰਟ ਲੈ ਲਓ ਵੀ ਇਹ ਕੀ ਹੈਗਾ। ਅਸੀਂ ਤਾਂ ਖਰੀਦ ਕੇ ਲੈ ਕੇ ਆਏ ਹਾਂ, ਇੱਕ ਰਿਪੋਰਟ ਮੈਂ ਇਸ ਪੈਕਟ 'ਚੋਂ ਅੱਧਾ ਉਹਨਾਂ ਨੂੰ ਦਊਂਗਾ ਅਤੇ ਇਹਦੀ ਰਿਪੋਰਟ ਮੈਂ ਵੀ ਲਊਂਗਾ, ਪ੍ਰਾਈਵੇਟ ਕਿਸੇ ਨਾ ਕਿਸੇ ਲੈਬ ਤੋਂ ਰਿਪੋਰਟ ਲਵਾਂਗੇ। ਅਤੇ ਦੋਸਤੋ ਕਦੋਂ ਪੰਜਾਬ ਦੀ ਧਰਤੀ ਤੋਂ ਚਿੱਟਾ ਖਤਮ ਹੋਊਗਾ, ਚਾਰ ਹਫ਼ਤਿਆਂ ਦੇ ਵਿੱਚ ਚਿੱਟਾ ਖਤਮ ਕਰਨ ਵਾਲੀ ਸਰਕਾਰ, ਅਤੇ ਅੱਜ ਪੰਜਾਬ ਦੇ ਵਿੱਚ ਚਿੱਟਾ ਸ਼ਰੇਆਮ ਵਿਕ ਰਿਹਾ। ਉਹ ਇੱਕ ਗਾਣਾ ਸੀਗਾ ਕਿਸੇ ਸਿੰਗਰ ਦਾ, ਚਿੱਟਾ ਵਿਕਾਉਂਦੀਆਂ ਸਰਕਾਰਾਂ ਤਾਂ ਹੀ ਤਾਂ ਸ਼ਰੇਆਮ ਵਿਕਦਾ। ਅੱਜ ਉਹ ਗਾਣਾ ਹੂ ਬਹੂ ਤੁਸੀਂ ਲਾਈਵ ਦੇਖ ਲਿਆ, ਹੂ ਬਹੂ ਉਹ ਗਾਣਾ, ਚਿੱਟਾ ਵਿਕਾਉਂਦੀਆਂ ਸਰਕਾਰਾਂ ਤਾਂ ਹੀ ਤਾਂ ਸ਼ਰੇਆਮ ਵਿਕਦਾ, ਚਿੱਟਾ ਵਿਕਾਉਂਦੀ ਪੁਲਿਸ ਤਾਂ ਹੀ ਚਿੱਟਾ ਸ਼ਰੇਆਮ ਵਿਕਦਾ। ਕੀ ਮਜਾਲ ਕਿਸੇ ਚਿੱਟਾ ਵੇਚਣ ਵਾਲੇ ਦੀ, ਜੇ ਪੁਲਿਸ ਸੁਹਿਰਦ ਹੋ ਜੇ, ਜੇ ਸਰਕਾਰ ਆਪਣੀ ਆਈ ਤੇ ਆ ਜੇ, ਤੇ ਕੀ ਮਜਾਲ ਕੋਈ ਪੰਜਾਬ ਦੀ ਧਰਤੀ ਦੇ ਵਿੱਚ ਚਿੱਟਾ ਵੇਚਣਾ, ਬੜੇ ਦੂਰ ਦੀ ਗੱਲ ਦੋਸਤੋ। ਚਿੱਟੇ ਦਾ ਨਾਮ ਵੀ ਲੈ ਜੇ ਸਰਕਾਰ ਤੇ ਪੁਲਿਸ ਆਪਣੀ ਆਈ ਤੇ ਆ ਜੇ, ਜੇ ਚਿੱਟੇ ਦੇ ਵੱਡੇ ਮਗਰਮੱਛ ਪੁਲਿਸ ਤੇ ਸਰਕਾਰ ਉਹਨਾਂ ਦੇ ਗਿਰੇਬਾਨ ਨੂੰ ਹੱਥ ਪਾ ਦੇਣ। ਅੱਜ ਅਫਸੋਸ ਹੈ ਕਿ ਸਰਕਾਰ ਤੇ ਪੁਲਿਸ ਜਿਹੜੀ ਉਹ ਖਾਮੋਸ਼ ਹੈ ਸਿਰਫ ਵੋਟਾਂ ਦੀ ਰਾਜਨੀਤੀ ਵਾਸਤੇ। ਅੱਜ ਪੰਜਾਬ ਦਾ ਉਹ ਸੂਰਵੀਰ ਨੌਜਵਾਨ ਬਦਨਾਮ ਹੋ ਰਿਹਾ ਵੋਟਾਂ ਦੀ ਰਾਜਨੀਤੀ ਵਾਸਤੇ, ਉਹ ਸੂਰਵੀਰ ਯੋਧਾ
ਜਿਹੜਾ ਆਪਣੀ ਸੂਰਬੀਰਤਾ ਕਰਕੇ ਜਾਣਿਆ ਜਾਂਦਾ ਸੀ। ਸੋ ਦੋਸਤੋ ਮੈਂ ਸਾਰੀ ਜਿਹੜੀ ਗੱਲ ਤੁਹਾਡੇ ਨਾਲ ਕਰਕੇ ਹਟਿਆ। ਚਾਰ ਪੈਕਟ ਅਸੀਂ ਮੁੰਡਾ ਸਾਡਾ ਖਰੀਦ ਕੇ ਲੈ ਕੇ ਆਇਆ। ਮੈਂ ਇੱਥੋਂ ਸਿੱਧਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਜਾਊਂਗਾ ਦੇ ਘਰ ਜਾਊਂਗਾ। ਪੁਲਿਸ ਕਮਿਸ਼ਨਰ ਸਾਹਿਬ ਨੂੰ SPF ਦੇ ਇੱਥੋਂ ਦੇ ਜ਼ਿਲ੍ਹੇ ਦੇ ਹੈੱਡ ਨੂੰ ਸੱਦ ਲੈਣ। ਮੈਂ ਜਾ ਕੇ ਆ ਚਿੱਟਾ ਅੱਧਾ ਉਹਨਾਂ ਨੂੰ ਦੇ ਕੇ ਆਉਣਾ ਅਤੇ ਉਹਨਾਂ ਨੂੰ ਫਿੱਟੇ ਲਾਉਣ 'ਚ ਵੀ ਪਾ ਕੇ ਆਉਣਾ। ਸ਼ਰਮ ਕਰੋ ਪੁਲਿਸ ਵਾਲਿਓ, ਤੁਸੀਂ ਸ਼ਰਮ ਕਰੋ। ਪੰਜਾਬ ਦੇ ਵਿੱਚ ਸਾਡੀਆਂ ਮਾਵਾਂ ਅਤੇ ਭੈਣਾਂ ਦੇ ਬੈਣ ਪੈ ਰਿਹਾ, ਜਿਨ੍ਹਾਂ ਦੇ ਪੁੱਤ ਅਤੇ ਭਰਾ ਚਿੱਟੇ ਦੇ ਦੈਂਤ ਰੋਜ਼ ਨਿਕਲ ਰਿਹਾ, ਚਿੱਟੇ ਦਾ ਦੈਂਤ, ਅਤੇ ਤੁਸੀਂ ਖਾਮੋਸ਼ ਬੈਠੇ ਹੋ, ਤੁਸੀਂ ਚੁੱਪ ਬੈਠੇ ਹੋ। ਸਾਡੀ ਪਵਿੱਤਰ ਧਰਤੀ ਦੇ ਉੱਤੇ ਚਿੱਟਾ ਵੇਚਣ ਵਾਲੇ ਲੋਕਾਂ ਦਾ ਵਿਨਾਸ ਕਰਨ ਲਈ ਆਪਣੀ ਡਿਊਟੀ 'ਤੇ ਆਓ। ਸੋ ਦੋਸਤੋ ਮੈਂ ਤੁਹਾਡਾ ਰਿਣੀ ਆ, ਆਸ ਕਰਦਾ ਵੀ ਸਾਰੇ ਆਪਾਂ ਜਿਹੜੀ ਚਿੱਟੇ ਦੇ ਵਿਰੋਧ ਦੇ ਵਿੱਚ ਮੁਹਿੰਮ ਆ ਉਹਦੇ ਵਿੱਚ ਆਪਣੀ ਸਮਾਜਿਕ ਡਿਊਟੀ ਬਣਦੀ ਹੈ, ਆਪਾਂ ਆਪਣੀ ਸਮਾਜਿਕ ਡਿਊਟੀ ਵਜਾਉਣੀ ਹੈ। ਜਿੱਥੇ ਕੋਈ ਚਿੱਟਾ ਵੇਚਦਾ, ਜਿੱਥੇ ਤੁਹਾਨੂੰ ਕੋਈ ਚਿੱਟੇ ਦੀ ਖਬਰ ਮਿਲਦੀ ਆ, ਉਹਨੂੰ ਐਕਸਪੋਜ਼ ਕਰੋ। ਤੁਹਾਡੇ ਕੋਲ ਮੋਬਾਈਲ ਫੋਨ ਆ, ਜਦੋਂ ਕੈਮਰਾ ਖੋਲ੍ਹ ਕੇ ਇਹ ਪੁਲਿਸ ਦਾ ਅਤੇ ਚਿੱਟਾ ਵੇਚਣ ਵਾਲੇ ਲੋਕਾਂ ਦਾ ਚਿਹਰਾ ਬੇਨਕਾਬ ਸਮਾਜਿਕ ਤੌਰ 'ਤੇ ਕਰਾਂਗੇ, ਤਾਂ ਕਿਤੇ ਜਾ ਕੇ ਪੰਜਾਬ ਦੇ ਵਿੱਚੋਂ ਕੋਈ ਚਿੱਟੇ ਦੀ ਖਾਤਮੇ ਵਾਲੇ ਪਾਸੇ ਦੀ ਗੱਲ ਤੁਰ ਸਕਦੀ ਆ। ਮੈਂ ਆਸ ਕਰਦਾ ਵੀ ਤੁਸੀਂ ਸਾਰੇ ਜਿਹੜਾ ਚਿੱਟਾ ਵੇਚਣ ਵਾਲੇ ਲੋਕ ਆ ਉਹਨਾਂ ਦੇ ਖਿਲਾਫ਼ ਜਿਹੜੀ ਸਮਾਜਿਕ ਮੁਹਿੰਮ, ਅਤੇ ਉਹ ਸਰਕਾਰ, ਉਹ ਕਾਂਗਰਸ ਪਾਰਟੀ, ਉਹ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਜਿਹੜਾ ਪਵਿੱਤਰ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਚੱਕਦਾ ਸੀ ਵੀ 4 ਹਫ਼ਤਿਆਂ ਦੇ ਵਿੱਚ ਚਿੱਟਾ ਖਤਮ ਕਰ ਦਿਆਂਗੇ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕਰਦਾ ਵੀ 4 ਦਿਨ ਵਾਸਤੇ ਗ੍ਰਹਿ ਬਜ਼ਾਰ ਦੇ ਕੇ ਦੇਖ ਕੀ ਮਜ਼ਾਕ ਪੰਜਾਬ ਦੀ ਧਰਤੀ 'ਤੇ ਚਿੱਟਾ ਵਿਕਦੇ, ਜਿਹੜੇ SHO ਜਿਹੜੇ ਚੌਂਕੀ ਇੰਚਾਰਜ ਦੇ ਇਲਾਕੇ ਦੇ ਵਿੱਚ ਚਿੱਟਾ ਵਿਕੇ ਉਹਨੂੰ ਡਿਸਮਿਸ ਕਰ ਦਿਓ। ਕਿਵੇਂ ਚਿੱਟਾ ਵਿਕ ਜਾਏਗਾ ਪੰਜਾਬ ਦੇ ਅੰਦਰ? ਸਖ਼ਤ ਐਕਸ਼ਨ ਲੈਣਾ ਪਏਗਾ। ਸਿਰਫ ਵੋਟਾਂ ਕਰਕੇ ਤੁਸੀਂ ਇਹ ਦਮਗਜੇ ਮਾਰਦੇ ਹੋ ਵੀ 4 ਹਫ਼ਤਿਆਂ ਦੇ ਵਿੱਚ ਅਸੀਂ ਆਹ ਕੁਛ ਕਰ ਦਿਆਂਗੇ, ਆਹ ਕਰ ਦਿਆਂਗੇ। ਅੱਜ ਨਮੋਸ਼ੀ ਹੈ ਦੋਸਤੋ। ਮੈਂ ਫਿਰ ਤੁਹਾਨੂੰ ਅਪੀਲ ਕਰੂੰਗਾ, ਬੇਨਤੀ ਕਰੂੰਗਾ ਵੀ ਜਿੱਥੇ ਪੰਜਾਬ ਦੇ ਅੰਦਰ ਚਿੱਟਾ ਵਿਕਦਾ, ਸਮਾਜਿਕ ਤੌਰ 'ਤੇ ਜਾਗਰੂਕਤਾ ਵਾਸਤੇ ਸਮਾਜਿਕ ਵਾਰਨਿੰਗ, ਆਪਣੇ ਕੈਮਰਾ ਔਨ ਕਰੋ ਮੋਬਾਈਲ ਦਾ, ਉਹਨਾਂ ਦਾ ਚਿਹਰਾ ਬੇਨਕਾਬ ਕਰੋ, ਪੁਲਿਸ ਦਾ ਅਤੇ ਸਰਕਾਰ ਦਾ ਚਿਹਰਾ ਅਤੇ ਚਿੱਟਾ ਵੇਚਣ ਵਾਲੇ ਲੋਕਾਂ ਦਾ ਚਿਹਰਾ ਬੇਨਕਾਬ ਕਰੋ। ਆ ਮੈਂ ਚੱਲਿਆ ਕਮਿਸ਼ਨਰ ਪੁਲਿਸ ਕੋਲ, ਆਹੀ ਪੈਕਟ ਲੈ ਕੇ ਮੈਂ ਲਾਈਵ ਹੀ ਰੱਖਣਾ, ਇਹ ਔਫ ਨਹੀਂ ਕਰਨਾ, ਮੈਂ ਇਸੇ ਤਰੀਕੇ ਜਾਣਾ ਤਾਂ ਜੋ ਇਹ ਨਾ ਹੋਵੇ ਵੀ ਰਾਹ ਦੇ ਵਿੱਚ ਪੈਕਟ ਚੇਂਜ ਕੀਤੇ ਆ। ਆ ਇਸੇ ਤਰੀਕੇ ਮੈਂ ਆਪਣੀ ਗੱਡੀ ਦੇ ਮੁੰਡੇ ਨੂੰ ਕਹਿਣਾ ਲਾਈਵ ਹੀ ਰੱਖ, ਲਾਈਵ ਹੀ ਚੱਲਿਆ ਮੈਂ ਕਮਿਸ਼ਨਰ ਪੁਲਿਸ ਦੇ ਦਫ਼ਤਰ ਦੇ ਵਿੱਚ, ਉੱਥੇ ਨਹੀਂ ਕਮਿਸ਼ਨਰ ਪੁਲਿਸ ਮਿਲਣਗੇ ਅਤੇ ਮੈਂ ਕਮਿਸ਼ਨਰ ਪੁਲਿਸ ਦੇ ਘਰ ਜਾਊਂਗਾ, ਉਹਨਾਂ ਨੂੰ ਆਹ ਸਾਰੀ ਹਕੀਕਤ ਜਿਹੜੀ ਆ ਬਿਆਨ ਕਰਕੇ, ਆ ਪੈਕਟ ਇਹਨਾਂ ਦੀ ਜਾਂਚ ਹੋਵੇ ਵੀ ਇਹਦੇ ਵਿੱਚ ਕੀ ਹੈਗਾ, ਜਿਹਦੇ ਕਾਰਨ ਸਾਡੇ 3-3, 4-4 ਨੌਜਵਾਨ ਰੋਜ਼ ਮੌਤ ਦੇ ਮੂੰਹ 'ਚ ਜਾ ਰਿਹਾ। ਬੇਟਾ ਅੰਦਰ ਆ ਜਾ, ਇਹਨੂੰ ਇੱਦਾਂ ਹੀ ਰੱਖਣਾ, ਆਹ ਪੈਕਟ ਮੇਰੇ ਹੱਥ ਦੇ ਵਿੱਚ, ਮੈਨੂੰ ਨਹੀਂ ਮਿਲਿਆ। ਪ੍ਰੈਸ ਨੂੰ ਫੋਨ ਮਾਰ ਦੇ, ਮੈਨੂੰ ਪ੍ਰੈਸ ਸ਼ੀਸ਼ੇ ਚੜਾ ਦੇ। ਮੈਂ ਹੁਣ ਦੋਸਤੋ ਮੈਂ ਜਾਣਾ ਗੱਡੀ ਕਮਿਸ਼ਨਰ ਪੁਲਿਸ ਦਫ਼ਤਰ ਵੱਲ ਨੂੰ ਮੈਂ ਮੋੜੀ ਆ, ਅਤੇ ਮੈਂ ਕਮਿਸ਼ਨਰ ਪੁਲਿਸ ਨੂੰ ਦੱਸ ਕੇ ਆਉਣਾ ਵੀ ਆਹ ਕਰਤੂਤ ਹੋ ਰਹੀ ਹੈ, ਆਹ ਕੁਛ ਹੋ ਰਿਹਾ ਲੁਧਿਆਣਾ ਵਰਗੇ ਮਹਾਂਨਗਰ ਘੁੱਗ ਵਸਦੇ ਸ਼ਹਿਰ ਦੇ ਵਿੱਚ ਚਿੱਟੇ ਦੀ ਮੰਡੀ ਲੱਗੀ ਹੋਈ ਆ, ਸ਼ਰੇਆਮ ਵਿਕਦਾ। ਕੋਈ ਬੰਦਾ ਜਾਵੇ, ਕੋਈ ਉਹਦੀ ਉਹ ਨਹੀਂ ਦੇਖਦੇ ਵੀ ਇਹ ਕੌਣ ਹੈਗਾ, ਕਿੱਥੋਂ ਆਇਆ। ਸਾਡਾ ਦੋਸਤ ਗਿਆ ਜਿਹੜਾ ਕਦੇ ਮੇਰਾ ਖਿਆਲ ਚਿੱਟੇ ਦਾ ਕਿਸੇ ਨਸ਼ੇ ਦਾ ਆਦੀ ਨਹੀਂ ਹੈਗਾ, ਅਤੇ ਉਹ ਚਿੱਟਾ ਖਰੀਦ ਕੇ ਲੈ ਕੇ ਆਇਆ। ਮੈਂ ਚੀਮਾ ਚੌਂਕ 'ਚੋਂ ਗੱਡੀ ਟਰਨ ਕਰ ਰਿਹਾ ਅਤੇ ਮੈਂ ਕਮਿਸ਼ਨਰ ਪੁਲਿਸ ਦੇ ਦਫ਼ਤਰ ਚੱਲਿਆ। ਦੋਸਤਾਂ ਪ੍ਰੈਸ ਵਾਲੇ ਜਿਹੜੇ ਵੀਰ ਸੁਣਦੇ ਆ, ਕਿਰਪਾ ਕਰਕੇ ਉਹ ਵੀ ਕਮਿਸ਼ਨਰ ਪੁਲਿਸ ਦੇ ਦਫ਼ਤਰ ਕਚਹਿਰੀ ਦੇ ਵਿੱਚ ਆ ਜਾਓ, ਉੱਥੇ ਤੁਹਾਨੂੰ ਵੀ ਸਾਰਾ ਜਿਹੜਾ ਇਹ
ਬਿਰਤਾਂਤ ਜੋ ਹੋਇਆ ਤੇ ਇਹਦੇ ਬਾਰੇ ਚਾਨਣਾ ਪਾ ਦਈਏ। ਖਾਲਸਾ ਜੀ ਨੂੰ ਕਰਕੇ ਗਿਆ ਸੈਣੀ ਸਾਹਿਬ ਨੂੰ, ਜਿਹੜੀ ਚਿੱਟੇ ਦੀਆਂ ਕੰਪਲੇਂਟਾਂ ਵਾਲੀ ਫਾਈਲ ਐਸ ਟੀ ਐਫ ਵਾਲੀ, ਉਹਨੂੰ ਤੁਰੰਤ ਲੈ ਕੇ ਆਓ ਵੀ ਉੱਥੇ ਪ੍ਰੈਸ ਨੂੰ ਸੁਨੇਹਾ ਲਾ ਮਨੀ। ਤਿਆਰ ਬਾਅਦ ਚ ਹੋ ਜਾਓ, ਆ ਜਾਓ ਅਸੀਂ ਚਿੱਟਾ ਰੰਗ ਲਾਈਵ ਫੜ ਕੇ ਲਿਆਏ ਆ, ਏਦਾਂ ਹੀ ਲਾਈਵ ਹੀ ਲੈ ਕੇ ਚੱਲੇ ਆ ਉੱਥੇ ਚਿੱਟਾ। ਐਸਟੀਐਫ ਵਾਲੀ ਉਹਨੂੰ ਸਾਰੀ ਚੱਕ ਕੇ ਲਿਆ ਫਟਾਫਟ। ਖਾਲਸਾ ਜੀ ਜਿਹੜਾ ਸੈਨਿਕਾਂ ਨੂੰ ਕਿਹਾ ਵੀ ਜਿਹੜੀ ਫਾਈਲ ਆ ਨਾ ਚਿੱਟੇ ਵਾਲੀ ਐਸਟੀਐਫ ਵਾਲੀ ਜਿਹੜੀ ਰਿਪੋਰਟ ਭੇਜੀ ਹੈਗੀ, ਉਹ ਸਾਰੀ ਫਾਈਲ ਚੱਕ ਕੇ ਨਾ ਕਮਿਸ਼ਨਰ ਦਫ਼ਤਰ ਆ ਜਾਣਾ ਲੈ ਕੇ ਜਲਦੀ। ਹਾਂਜੀ ਹਾਂ ਜਲਦੀ ਹਾਂਜੀ ਜਾ ਰਿਹਾ ਜੀ। ਕਹਿੰਦੇ ਸੀਬੀਓ ਹੁਣ ਸਾਰਿਆਂ ਨੂੰ ਆਓ, ਕਾਕੇ ਸੂਦ ਨੂੰ ਸਭ ਨੂੰ ਕਹਿਣ ਆ ਜਾਓ ਉੱਧਰ ਸੀਪੀ ਦੇ ਆਫਿਸ ਆਓ। ਕਿੱਥੇ ਹੋ ਗਏ ਜੀ? ਚਿੱਟਾ ਫੜਿਆ ਲਾਈਵ ਵੇਖਦਾ ਚਿੱਟੇ ਦੀ ਮੰਡੀ ਚੋਂ ਲਾਈਵ ਤੇ ਹੀ ਆ, ਉਹਨੂੰ ਕਿਹਾ ਪੈਕਟ ਹੱਥ ਚ ਫੜੇ ਹੋਏ ਆ। ਮਨੀ ਨੂੰ ਸਮਝਾ ਜਾ ਜੇ ਜ਼ਰੂਰੀ ਹੈ ਦੁੱਖ ਹੋ ਜਾ ਚੱਲ ਸਕਦਾ ਤਾਂ ਚੱਲ। ਨਸ਼ਾ ਜੋ ਖਰੀਦਾ ਹੈ ਉਹ ਸਾਥ ਮੇਂ ਲੈ ਕੇ ਜਾ ਰਹੇ ਹੈ, ਖਰੀਦ ਕੇ ਲੈ ਕੇ ਆਏ ਹੈ। ਦੋਸਤੋ ਜਿਹੜੇ ਪ੍ਰੈਸ ਵਾਲੇ ਵੀਰ ਲਾਈਵ ਜੁੜੇ ਹੋਏ ਆ ਉਹਨਾਂ ਨੂੰ ਮੇਰੀ ਕਿਰਪਾ ਕਰਕੇ ਬੇਨਤੀ ਆ, ਉਹ ਕਮਿਸ਼ਨਰ ਪੁਲਿਸ ਦੇ ਦਫ਼ਤਰ ਆ ਜਾਣ। ਆ ਸਾਰਾ ਤੁਹਾਡੀ ਹਾਜ਼ਰੀ ਦੇ ਵਿੱਚ ਇਹ ਸਾਰਾ ਕੁਛ ਕਮਿਸ਼ਨਰ ਪੁਲਿਸ ਨੂੰ ਅੱਧਾ ਆਪਾਂ ਰੱਖਾਂਗੇ ਅੱਧਾ ਉਹਨਾਂ ਨੂੰ ਦਿਆਂਗੇ, ਤਾਂ ਕਿ ਆਪਾਂ ਆਪਣੇ ਤੌਰ 'ਤੇ ਇਹਦੀ ਟੈਸਟਿੰਗ ਕਰਵਾਉਣੀ ਆ।
ਪੁਲਿਸ ਆਪਣੇ ਤੌਰ ਤੇ ਕਰਾਵੇ। ਜਿਹੜੇ ਪੱਤਰਕਾਰ ਵੀਰ ਦੋਸਤ ਮੀਡੀਆ ਤੋਂ ਇਹ ਲਾਈਵ ਦੇਖ ਰਹੇ ਆ ਜਾਂ ਜਿਹੜੇ ਦੋਸਤ ਮੀਡੀਆ ਪਰਸਨਸ ਨੂੰ ਜਾਣਦੇ ਆ, ਕਿਰਪਾ ਕਰਕੇ ਉਹਨਾਂ ਨੂੰ ਫੋਨ ਕਾਲ ਕਰ ਦਿਓ ਵੀ ਤੁਰੰਤ ਉਹ ਸੀ ਪੀ ਆਫਿਸ ਆ ਜਾਣ। ਮੈਂ ਰਾਈਟ ਨਾਓ ਪ੍ਰੀਤ ਸਿਨਮੇ ਦੇ ਸਾਹਮਣੇ ਆ, ਮੈਂ ਮਤਲਬ ਮੈਂ 5-7 ਮਿੰਟ ਦੇ ਵਿੱਚ ਕਮਿਸ਼ਨਰ ਪੁਲਿਸ ਦੇ ਦਫ਼ਤਰ ਪਹੁੰਚ ਜਾਣਾ। ਖਰੀਦਿਆ ਬੇਟਾ ਆਪਾਂ ਚਿੱਟੇ ਦੀ ਮੰਡੀ ਚ, ਦੋਸਤੋ ਦੇਖ ਲੋ ਸ਼ਰਮ ਆਉਣੀ ਚਾਹੀਦੀ ਆ। ਇਹ ਕਹਿੰਦੇ ਵੀ ਚਿੱਟਾ ਵਿਕਦਾ ਨੀ ਤੇ ਚਿੱਟਾ ਸ਼ਰੇਆਮ ਵਿਕ ਰਿਹਾ, ਬਾਜ਼ਾਰ ਲੱਗਿਆ। ਜਿਵੇਂ ਆਪਾਂ ਮੰਡੀ ਦੇ ਵਿੱਚੋਂ ਕੋਈ ਸਮਾਨ ਖਰੀਦਣ ਜਾਂਦੇ ਹਾਂ, ਕੋਈ ਸਬਜ਼ੀ ਫਰੂਟ ਦੀ ਮੰਡੀ ਦੇ ਵਿੱਚੋਂ ਸਮਾਨ ਖਰੀਦਣ ਜਾਂਦੇ ਹਾਂ ਤੇ ਕਿਵੇਂ ਦੋਸਤ ਨੇ ਭਾਅ ਕਰਕੇ ਪੁੱਛ ਕੇ ਵੀ ਪਿਛਲੀ ਵਾਰੀ ਜਿਹੜਾ ਮੈਂ ਲੈ ਕੇ ਗਿਆ ਸੀ ਉਹ ਬੜਾ ਵਧੀਆ ਨਹੀਂ ਸੀ, ਨਹੀਂ ਕਹਿੰਦੇ ਐਤਕੀ ਬਹੁਤ ਵਧੀਆ ਜੀ, ਬਹੁਤ ਸ਼ੁੱਧ ਮਾਲ ਆਇਆ ਹੋਇਆ, ਤੁਸੀਂ ਸਾਰਾ ਕੁਛ ਲਾਈਵ ਦੇਖਿਆ ਤੇ ਸ਼ਰੇਆਮ ਚਿੱਟਾ ਵਿਕ ਰਿਹਾ ਤੇ ਸਰਕਾਰ ਨੂੰ ਸ਼ਰਮ ਨਹੀਂ, ਸਰਕਾਰ ਦੀ ਪੁਲਿਸ ਨੂੰ ਸ਼ਰਮ ਨਹੀਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਅੰਦਰ ਦਮਗਜੇ ਮਾਰਦੇ ਆ ਕਿ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ, ਪਾਈਪਲਾਈਨ ਤੋੜਤੀ, ਦੱਸੋ ਕਿਹੜਾ ਉਹ ਕਿਸੇ ਵਿਰੋਧੀ ਪਾਰਟੀ ਦੇ ਲੀਡਰ ਨੇ, ਉਹਦਾ ਨਾਮ ਨਹੀਂ ਲਿਆ, ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਐਸ ਟੀ ਐਫ ਬਣਾਈ, ਉਸ ਐਸ ਟੀ ਐਫ ਦੀ ਰਿਪੋਰਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦਾ ਇੱਕ ਮੰਤਰੀ ਰਿਪੋਰਟ ਮੀਡੀਆ ਨਾਲ ਸਾਂਝੀ ਕਰਕੇ ਵਿਕਰਮ ਮਜੀਠੀ ਦਾ ਨਾਮ ਪੜ ਰਿਹਾ, ਅੱਜ ਤੱਕ ਕਾਰਵਾਈ ਕੋਈ ਨੀ। ਸੋ ਕਿੰਨੀ ਦੇਰ ਤੱਕ ਆਪਾਂ ਝੂਠੀਆਂ ਸੋਹਾਂ ਖਾਣ ਵਾਲੇ ਲੋਕਾਂ ਨੂੰ ਸਪੋਰਟ ਕਰਾਂਗੇ, ਨਾ ਜਾਗੇ ਤੇ ਇਹ ਚਗਿਆੜੀ ਚਿੱਟੇ ਦੀ ਤੁਹਾਡੇ ਤੇ ਮੇਰੇ ਘਰ ਦੇ ਵਿੱਚ ਵੀ ਗਿਰ ਸਕਦੀ ਆ, ਤੁਹਾਡੇ ਬੱਚੇ ਬੱਚੀਆਂ, ਮੇਰੇ ਬੱਚੇ ਬੱਚੀਆਂ, ਆਪਣੇ ਪਰਿਵਾਰਾਂ ਦੇ ਬੱਚੇ ਸਕੂਲ ਕਾਲਜ ਜਾਂਦੇ ਆ, ਇਹ ਕਿਸੇ ਵੀ ਪਰਿਵਾਰ ਦੇ ਅੰਦਰ ਚਗਿਆੜੀ ਗਿਰ ਸਕਦੀ ਆ। ਸਮਾਜਿਕ ਅਵੇਅਰਨੈਸ, ਜਿਹੜਾ ਬੇਨਕਾਬ, ਇਹ ਸਾਰਿਆਂ ਨੂੰ ਉੱਠ ਕੇ ਖੜੇ ਹੋਣਾ ਪੈਣਾ। ਜਿਹੜੀਆਂ ਝੂਠੀਆਂ ਸੌਂ ਖਾਣ ਵਾਲੇ, ਇਹਨਾਂ ਨੇ ਕੁਛ ਨਹੀਂ ਕਰਨਾ, ਚਿੱਟਾ ਵੇਚਣ ਵਾਲੇ ਲੋਕਾਂ ਦੇ ਖਿਲਾਫ਼ ਕਾਰਵਾਈ ਕੀ ਕਰਨੀ ਆ, ਚਿੱਟਾ ਵੇਚਣ ਵਾਲੇ ਵੱਡੇ ਤਸਕਰਾਂ ਨੂੰ ਸਰਕਾਰ ਦੀ ਸਰਪ੍ਰਸਤੀ ਹਾਸਲ ਹੋਈ ਹੋਈ ਹੈ। ਮੈਂ ਫਿਰ ਕਹਿ ਰਿਹਾ ਤੁਹਾਨੂੰ, ਜਿਹੜੇ ਤੁਹਾਨੂੰ ਪ੍ਰੈਸ ਵਾਲੇ ਵੀਰ ਜਾਣਦੇ ਉਹਨਾਂ ਨੂੰ ਕਾਲ ਕਰਦੇ ਹੋ, ਉਹਨਾਂ ਨੂੰ ਕਹੋ ਵੀ ਮੈਂ ਭਾਰਤ ਨਗਰ ਚੌਂਕ ਤੋਂ ਥੋੜ੍ਹਾ ਪਿੱਛੇ ਹਾਂ, ਪ੍ਰੈਸ ਕਿਰਪਾ ਕਰਕੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਆ ਜਾਵੇ, ਆੜੀਆਂ ਚਿੱਟੇ ਦੀਆਂ ਪੁੜੀਆਂ ਖਰੀਦ ਕੇ ਲਿਆਂਦੀਆਂ ਨੇ ਤੇ ਕਮਿਸ਼ਨਰ ਪੁਲਿਸ ਨੂੰ ਸਪੁਰਦ ਕਰਨੀਆਂ, ਅੱਧਾ ਅੱਧਾ ਆਪਾਂ ਖੁਦ ਟੈਸਟ ਕਰਾਵਾਂਗੇ ਤੇ ਅੱਧਾ ਦੇਵਾਂਗੇ ਕਮਿਸ਼ਨਰ ਪੁਲਿਸ ਨੂੰ। ਮੈਂ ਲਾਈਵ ਇਸੇ ਲਈ ਰੱਖਿਆ ਤਾਂ ਕਿ ਪੁਲਿਸ ਬਾਅਦ 'ਚ ਤੇ ਸਰਕਾਰ ਬਹਾਨਾ ਨਾ ਕਰੇ ਵੀ ਇਹ ਬੈਂਸ ਨੇ ਕੋਈ ਇਹਦੇ 'ਚ ਮਿਲਾਵਟ ਕਰਤੀ, ਬੈਂਸ ਨੇ ਇਹਨੂੰ ਐਂ ਕਰਤਾ। ਲਾਈਵ ਹੀ ਖਰੀਦਿਆ, ਤੁਹਾਡੀ ਹਾਜ਼ਰੀ ਤੁਸੀਂ ਸਾਰੀ ਦੁਨੀਆਂ 'ਚ ਬੈਠੇ ਪੰਜਾਬੀਆਂ ਨੇ ਦੇਖਿਆ ਵੀ ਇਹ ਚਿੱਟਾ ਲਾਈਵ ਖਰੀਦ ਕੇ ਲਿਆਂਦਾ, ਲਾਈਵ ਮੈਂ ਉਸ ਮੁੰਡੇ ਕੋਲੋਂ ਫੜ ਲਿਆ ਤੇ ਫੜ ਕੇ ਕਮਿਸ਼ਨਰ ਨੂੰ ਦੇਣ ਵਾਸਤੇ ਚੱਲਿਆ ਤਾਂ ਕਿ ਸ਼ਰਮ ਆਵੇ ਪੁਲਿਸ ਕਮਿਸ਼ਨਰ ਨੂੰ, ਪੁਲਿਸ ਨੂੰ ਸ਼ਰਮ ਆਵੇ, ਐਸ ਟੀ ਐਫ ਨੂੰ ਸ਼ਰਮ ਆਵੇ, ਮੁੱਖ ਮੰਤਰੀ ਨੂੰ ਸ਼ਰਮ ਆਵੇ ਕਿ ਲੁਧਿਆਣਾ ਵਰਗੇ ਸ਼ਹਿਰ ਦੇ ਵਿੱਚ ਜਿਸ ਚੱਪੇ ਚੱਪੇ ਤੇ ਕਹਿ ਦਈਏ ਕਿ ਪੁਲਿਸ ਆ, ਹਰ ਥੋੜੀ ਦੂਰੀ ਦੇ ਉੱਤੇ ਚੌਂਕੀ ਤੇ ਠਾਣਾ ਹੈਗਾ, ਉੱਥੇ ਆ ਹਾਲ ਤੇ ਹਸ਼ਰ ਹੈ।
ਮੈਂ ਆਪਣੇ ਸਾਥੀ ਦੋਸਤ ਦਾ ਸ਼ੁਕਰੀਆ ਅਦਾ ਕਰਦਾ ਜਿਹੜਾ ਆਪਣੀ ਜਾਨ ਤਲੀ ਤੇ ਧਰ ਕੇ ਆ ਚਿੱਟਾ ਲਾਈਵ ਆਪਣਾ ਫੋਨ ਲਾਈਵ ਤੇ ਲਾ ਕੇ ਮੇਰੇ ਪੇਜ ਦੇ ਉੱਤੇ ਦੋ ਬੰਦੇ ਇੱਕ ਪੇਜ ਤੇ ਆਈ ਡੀ ਨਾਲ ਜੁੜ ਜਾਂਦੇ ਆ, ਇੱਕ ਪਾਸੇ ਮੈਂ ਆਪਣੀ ਗੱਡੀ 'ਚ ਬੈਠਾ ਲਾਈਵ ਤੇ ਦੂਜਾ ਉਹ ਦੋਸਤ ਜਿਹੜਾ ਆਪਣੀ ਜਾਨ ਤਲੀ ਤੇ ਧਰ ਕੇ ਚਿੱਟੇ ਦੇ ਤਸਕਰਾਂ ਦੇ ਕੋਲੋਂ ਚਿੱਟਾ ਖਰੀਦਣ ਵਾਸਤੇ ਆਪਣਾ ਫੋਨ ਲਾਈਵ ਨਾਲ ਲੈ ਕੇ ਗਿਆ, ਮੈਂ ਉਸ ਦੋਸਤ ਦਾ ਬਹੁਤ ਸ਼ੁਕਰੀਆ ਅਦਾ ਕਰਦਾ। ਦੋਸਤੋ ਦਲੇਰੀ ਦਿਖਾਉਣੀ ਪੈਣੀ ਆ ਆਪਾਂ ਨੂੰ, ਜੇ ਪੰਜਾਬ 'ਚੋਂ ਚਿੱਟਾ ਖਤਮ ਕਰਨਾ ਤਾਂ ਫਿਰ ਉੱਠਣਾ ਪੈਣਾ। ਇਹ ਸਰਕਾਰਾਂ ਅਤੇ ਪੁਲਿਸ ਜਿਨ੍ਹਾਂ ਦੀ ਸਰਪ੍ਰਸਤੀ ਦੇ ਥੱਲੇ ਚਿੱਟਾ ਵਿਕ ਰਿਹਾ, ਇਹ ਕਦੇ ਚਿੱਟਾ ਬੰਦ ਨਹੀਂ ਕਰਨਗੇ। ਸਾਰੇ ਖਾਲਸਾ ਜੀ ਫਾਈਲ ਲੈ ਗਏ ਹੋ? ਪੁੱਛ ਲਾ ਦੁਬਾਰਾ ਇੱਕ ਵਾਰੀ, ਖਾਲਸਾ ਜੀ ਨੂੰ ਪੁੱਛ ਲਾ ਤੇ ਆਪਣੇ ਪ੍ਰੈਸ ਨੂੰ ਮੈਸੇਜ ਪ੍ਰੈਸ ਵਾਲੀ। ਕਿੰਨੇ ਕਿੰਨੇ ਦਿੱਤੇ? ਚਿੱਟਾ ਵੇਚਦਾ ਉਹਨੂੰ ਕਹਿ ਚਿੱਟੇ ਦੀ ਮੰਡੀ ਚੋਂ ਚਿੱਟਾ ਖਰੀਦ ਕੇ ਲੈ ਆ, ਕਮਿਸ਼ਨਰ ਸਾਹਿਬ ਨੂੰ ਦੇਣ ਚੱਲਿਆ ਵੀ ਆ ਦੇਖ ਤੇਰੇ ਜ਼ਿਲ੍ਹੇ ਦਾ ਹਾਲ ਕੀ ਆ। ਆ ਦੋਸਤੋ ਮੈਂ ਭਾਰਤ ਨਗਰ ਚੌਂਕ ਤੋਂ ਕਚਹਿਰੀਆਂ ਵੱਲੋਂ ਮੁੜ ਗਿਆ, ਬਸ ਕਚਹਿਰੀ ਦੇ ਬਾਹਰ ਹੀ ਹੈਗਾ। ਜਿਹੜੇ ਪੱਤਰਕਾਰ ਦੋਸਤ ਲਾਈਵ 'ਤੇ ਹੈਗੇ ਆ ਜਾਂ ਤੁਸੀਂ ਜਿਹੜੇ ਪੱਤਰਕਾਰਾਂ ਨੂੰ ਜਾਣਦੇ ਹੋ ਉਹਨਾਂ ਤੱਕ ਇਨਫੋਰਮੇਸ਼ਨ ਜ਼ਰੂਰ ਪਹੁੰਚਦੀ ਕਰ ਦਿਓ। ਪਹਿਲਾਂ ਤੂੰ ਮੈਨੂੰ ਲਾ ਨਾ, ਪਹਿਲਾਂ ਕਮਿਸ਼ਨਰ ਸਾਹਿਬ ਦੇਖ ਕੇ ਆ ਗਏ,
ਕਾਕੇ ਉਹਨਾਂ ਦੇ ਰੀਡਰ ਨੂੰ ਪੁੱਛ ਕਾਕੇ ਮਨੀ ਮਨੀ ਕਹਿਣਾ ਉਹ ਕਮਿਸ਼ਨਰ ਸਾਹਿਬ ਦੇ ਰੀਡਰ ਨੂੰ ਪੁੱਛ ਕੇ ਵੀ ਕਮਿਸ਼ਨਰ ਸਾਹਿਬ ਨੇ ਕਿੰਨੀ ਦੇਰ ਚ ਆਉਣਾ ਮੈਂ ਨਾ ਲਾਈਵ ਹੀ ਰੱਖਿਆ ਤਾਂ ਕਿ ਕੱਲ ਨੂੰ ਕੋਈ ਪ੍ਰੋਬਲਮ ਨਾ ਆਵੇ ਆ ਮੈਂ ਮਨੀ ਪੁੱਛ ਗਿਆ ਕਮਿਸ਼ਨਰ ਦੇ ਰੀਡਰ ਨੂੰ ਵੀ ਕਿੰਨੀ ਦੇਰ ਚ ਆ ਰਹੇ ਹੈਲੋ ਉੱਥੇ ਸ਼ੈਡ ਜਿਹੇ ਲਾ ਲਾ ਦੋਨੋਂ ਲੰਘ ਜਾਣ ਦੇ ਅੱਗੇ ਆਪਾਂ ਚੱਲਦੇ ਹਾਂ ਅੱਛਾ ਦੋਸਤੋ ਮੈਂ ਕਮਿਸ਼ਨਰ ਪੁਲਿਸ ਦੇ ਦਫ਼ਤਰ ਆ ਗਿਆ ਕਮਿਸ਼ਨਰ ਸਾਹਿਬ ਹਜੇ ਆਏ ਨਹੀਂ ਹੈਗੇ ਮੈਂ ਗੱਡੀ ਦੇ ਵਿੱਚ ਹਾਂ ਕੁਛ ਸਾਥੀ ਜਿਹੜੇ ਮੀਡੀਆ ਵਾਲੇ ਆ ਉਹ ਪਹੁੰਚ ਚੁੱਕੇ ਇਲੈਕਟ੍ਰੋਨਿਕ ਮੀਡੀਆ ਪੱਤਰਕਾਰ ਸਹਿਬਾਨ ਬੜਾ ਇੰਪੋਰਟੈਂਟ ਐਂਡ ਸੀਰੀਅਸ ਇਸ਼ੂ ਆ ਇਹ ਕਿੰਨੀ ਦੇਰ ਤੱਕ ਆਪਾਂ ਇਸੇ ਤਰੀਕੇ ਖਾਮੋਸ਼ ਰਵਾਂਗੇ ਪੁਲਿਸ ਦਾ ਅਤੇ ਸਰਕਾਰ ਦਾ ਚਿਹਰਾ ਬੇਨਕਾਬ ਕਰਨ ਵਾਸਤੇ ਜਿੱਥੇ ਸ਼ਰੇਆਮ ਆਲੂਆਂ ਵਾਂਗੂ ਚਿੱਟਾ ਵਿਕਦਾ ਹੋਵੇ ਫਰੂਟ ਵਾਂਗੂ ਚਿੱਟਾ ਵਿਕਦਾ ਹੋਵੇ ਜਿੱਥੇ ਸਬਜ਼ੀ ਵਾਂਗੂ ਚਿੱਟਾ ਵਿਕਦਾ ਹੋਵੇ ਜਾਓ ਅਤੇ ਚਿੱਟਾ ਜਿੰਨਾ ਮਰਜ਼ੀ ਲੈਓ ਅੱਜ ਇਸੇ ਕਰਕੇ ਤੁਹਾਨੂੰ ਲਾਈਵ ਦਿਖਾਇਆ ਉਹ ਵੀ ਉੱਥੇ ਜਿੱਥੇ ਚੱਪੇ ਚੱਪੇ 'ਤੇ ਕਹਿ ਦਈਏ ਪੁਲਿਸ ਅਤੇ ਫਰਲਾਂਗ ਫਰਲਾਂਗ ਦੇ ਉੱਤੇ ਚੌਂਕੀ ਜਾਂ ਥਾਣਾ ਹੁਣ ਇੱਕ ਗੱਲ ਇਮੈਜਿਨ ਕਰਕੇ ਦੇਖੋ ਜੇ ਚੌਂਕੀ ਦਾ ਇੰਚਾਰਜ ਅਤੇ ਥਾਣੇ ਦਾ SHO ਆਪਣੀ ਆਈ 'ਤੇ ਆ ਜੇ ਅਤੇ ਕੀ ਉਹਦੇ ਇਲਾਕੇ 'ਚ ਚਿੱਟਾ ਵਿਕ ਸਕਦਾ ਅਤੇ ਜੇ ਸਰਕਾਰ ਆਪਣੀ ਆਈ 'ਤੇ ਆ ਜੇ ਸਰਕਾਰ ਫਰਮਾਨ ਜਾਰੀ ਕਰ ਦੇਵੇ ਵੀ ਜਿਹੜੇ ਚੌਂਕੀ ਇੰਚਾਰਜ ਜਾਂ ਜਿਹੜੇ ਥਾਣਾ ਇੰਚਾਰਜ ਦੇ ਇਲਾਕੇ ਦੇ ਵਿੱਚੋਂ ਚਿੱਟਾ ਵਿਕਦਾ ਮਿਲ ਲਿਆ ਅਤੇ ਉਹ ਨਹੀਂ ਛੱਡਣਾ ਬਰਖਾਸਤ ਕਰ ਦੇਣਾ ਡਿਊਟੀ ਤੋਂ ਚਿੱਟਾ ਵਿਕ ਹੀ ਨਹੀਂ ਸਕਦਾ ਚਿੱਟਾ ਅਸਲ ਦੇ ਵਿੱਚ ਪੁਲਿਸ ਅਤੇ ਸਰਕਾਰ ਦੀ ਸਰਪ੍ਰਸਤੀ ਥੱਲੇ ਸ਼ਰੇਆਮ ਆਲੂਆਂ ਦੀ ਮੰਡੀਆਂ ਨੂੰ ਚਿੱਟਾ ਵਿਕ ਰਿਹਾ ਲੁਧਿਆਣੇ ਦੇ ਵਿੱਚ ਅਫਸੋਸ ਅਖਬਾਰ ਦੇ ਵਿੱਚ ਆਪਾਂ ਨੌਜਵਾਨਾਂ ਦੀਆਂ ਫੋਟੋਆਂ ਦੇਖਦੇ ਹਾਂ ਜਿਹੜੇ ਚਿੱਟੇ ਦੇ ਦੈਂਤ ਨੇ ਰੋਜ਼ ਦੋ ਦੋ ਤਿੰਨ ਤਿੰਨ ਫੋਟੋਆਂ ਕੀ ਕਰਾਂਗੇ ਅਸੀਂ ਕਿੱਥੇ ਜਾਵਾਂਗੇ ਗਿਆਰਾਂ ਵਜੇ ਆਉਣਾ ਰੀਡਰ ਸਾਹਿਬ ਨੂੰ ਪੁੱਛੋ ਕਹਿੰਦਾ ਉਹਨਾਂ ਦੀ ਮੀਟਿੰਗ ਆ ਪਹਿਲਾਂ ਪੁਲਿਸ ਲੈਣ ਗਿਆਰਾਂ ਵਜੇ ਮੈਂ ਕਿਹਾ ਤੁਸੀਂ ਅੱਗੇ ਦੱਸ ਦਿਓ ਕਹਿੰਦਾ ਮੇਰਾ ਸਾਹਿਬ ਹੈ ਨਹੀਂ ਮੈਂ ਨਹੀਂ ਆਉਣਾ ਕਹਿੰਦੇ ਜੇ ਬੈਂਸ ਸਾਹਿਬ ਚਿੱਟਾ ਫੜ ਕੇ ਲਿਆ ਕੋਈ DSP ਨੂੰ ਮਿਲੋ ਜਾਂ ਕਿਸੇ ਹੋਰ ਕਿਉਂ ਮਿਲੋ DSP ਨੂੰ ਉਹਨੂੰ ਬੁਲਾਇਆ ਮੈਂ ਕਿਹਾ ਆ ਕੇ ਮਿਲ ਹਾਂ ਹਾਂ ਕਹਿੰਦੇ ਮੈਂ ਨਹੀਂ ਆਉਣਾ ਕੋਈ ਨਹੀਂ ਚੱਲਦੇ ਹਾਂ ਪ੍ਰੈਸ ਨੂੰ ਆ ਲੈਣ ਦੇ ਚੱਲਦੇ ਹਾਂ ਪ੍ਰੈਸ ਨੂੰ ਲਾ ਦੁਬਾਰਾ ਫੋਨ ਉਹਨੂੰ ਕਿਹਾ ਆ ਜਾਓ SPF ਸਤਿ ਸ਼੍ਰੀ ਅਕਾਲ ਜੀ ਕਮਿਸ਼ਨਰ ਸਾਹਿਬ ਆਉਂਦੇ ਆ ਹੈਲੋ
ਇੱਕ ਬੰਦੇ ਦਾ ਕਮੈਂਟ ਆਇਆ ਕਹਿੰਦਾ ਬੈਂਸ ਭਾਜੀ ਜਰਾ ਬਚ ਕੇ ਪਤਾ ਨੀ ਇਹ ਚਿੱਟਾ ਤੁਹਾਡੇ ਤੇ ਨਾ ਪਾ ਦੇਣ। ਇਹਨੂੰ ਨਾਲ ਦੀ ਨਾਲ ਨੀ ਬੂਸਟ ਲੱਗਦਾ। ਸਤਿ ਸ੍ਰੀ ਅਕਾਲ, ਬਹੁਤ ਵਧੀਆ ਜੀ, ਚੜ੍ਹਦੇ ਆ ਬੜੇ ਬਾਈ ਜੀ, ਸਾਰੇ ਵਧੀਆ। ਸਾਡੇ ਕਾਲਜ ਦੇ ਦਿਨ ਇਕੱਠੇ ਲੰਘੇ ਹੋਏ ਆ, ਦੇਖ ਕੇ ਬਹੁਤ ਜ਼ਿਆਦਾ ਸਭ ਨੂੰ ਮਿਲਣ ਮੈਰੀ ਸਭ ਨੂੰ ਰਸਤਾ ਕਰ ਠੀਕ। ਤੇਈ ਸੌ ਬੰਦਾ ਦੇਖ ਰਿਹਾ ਆਪਾਂ, ਜਿਹੜੇ ਐਸਟੀਐਫ ਦੀਆਂ ਰਿਪੋਰਟਾਂ ਵਾਲੇ ਕਾਗਜ਼ ਸੀ ਲਿਆਉਂਦੇ ਖਾਲਸਾ ਜੀ? ਸਹੀ ਲਿਆ ਰਹੇ, ਲਿਆ ਰਹੇ ਨੇ ਮਣੀ, ਲਿਆ ਰਹੇ ਲਿਆ ਰਹੇ। ਉਧਰ ਹੀ ਸੀ ਤੁਸੀਂ ਵੀ? ਮੈਂ ਉਧਰ ਹੀ ਸੀਗਾ, ਤੁਹਾਡੀ ਗੱਡੀ ਖੜੀ ਸੀ, ਮੈਂ ਕਿਹਾ ਸ਼ਾਇਦ ਤੁਸੀਂ ਜਾਣਾ ਹੋਵੇ ਕਿਤੇ, ਉਦੋਂ ਵਾਪਸ ਹੋ ਗਿਆ, ਲਾਈਵ ਦੇਖਿਆ ਫਿਰ ਤੈਨੂੰ ਹੋ ਗਈ ਨਾਲ ਐਕਟਿਵ ਲਾ ਕੇ ਇੱਕ ਮੁੰਡਾ। ਹੈਲੋ, ਖਰੀਦ ਕੇ ਲੈ ਜਾਂਦਾ ਚਿੱਟੇ ਦੀ ਮੰਡੀ ਚੋਂ। ਤੁਸੀਂ ਲਾਈਵ ਦੇਖਿਆ ਵੀ ਇੱਕ ਨੌਜਵਾਨ ਕਿਵੇਂ ਦਲੇਰੀ ਦੇ ਨਾਲ, ਸਾਹਸ ਦੇ ਨਾਲ ਆਪਣੀ ਜਾਨ ਤਲੀ ਤੇ ਧਰ ਕੇ, ਕਿਉਂਕਿ ਲਾਈਵ ਆਪਣਾ ਕੈਮਰਾ ਸੀਕ੍ਰੇਟ ਤਰੀਕੇ ਦੇ ਨਾਲ ਜੇਬ ਦੇ ਅੰਦਰ ਪੋਕਿਟ ਬਣਾ ਕੇ ਬੜੇ ਤਰੀਕੇ ਦੇ ਨਾਲ ਲੈ ਕੇ ਗਿਆ। ਉਸ ਨੌਜਵਾਨ ਨੂੰ ਵੀ ਧੰਨਵਾਦ ਕਰਦੇ ਹਾਂ ਉਸ ਨੌਜਵਾਨ ਦਾ। ਤੇ ਕਮਿਸ਼ਨਰ ਸਾਹਿਬ, ਐਡਾ ਸੀਰੀਅਸ ਇਸ਼ੂ ਹੋਵੇ, 10 ਵੱਜ ਗਏ, ਟਾਈਮ ਹੋ ਗਿਆ 10 ਵੱਜ ਗਏ 8 ਮਿੰਟ ਹੋ ਗਏ, ਮੇਰਾ ਖਿਆਲ ਆਪਾਂ 9 ਵੱਜ ਗਏ 40 ਮਿੰਟ ਦੇ ਉੱਤੇ ਚਿੱਟੇ ਦੀ ਮੰਡੀ ਦੇ ਵਿੱਚੋਂ ਇਹ ਚਿੱਟਾ ਪਰਚੇਜ਼ ਕੀਤਾ ਸੀ। ਕਿੱਥੇ ਆ ਪੁਲਿਸ ਦਾ ਖੁਫੀਆ ਤੰਤਰ? ਖੁਫੀਆ ਤੰਤਰ ਨੂੰ ਪੁਲਿਸ ਤੁਹਾਡੇ ਦੇ ਉੱਤੇ ਟੈਕਸਾਂ ਦੇ ਵਿੱਚੋਂ ਸਰਕਾਰ ਕਰੋੜਾਂ ਰੁਪਈਆ ਤਨਖਾਹਾਂ ਦਿੰਦੀ ਆ, ਕਿੱਥੇ ਖੁਫੀਆ ਤੰਤਰ? ਕੀ ਹਜੇ ਤੱਕ ਕਮਿਸ਼ਨਰ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਚਿੱਟੇ ਦੀ ਮੰਡੀ ਦੇ ਵਿੱਚੋਂ ਲਾਈਵ ਚਿੱਟਾ ਖਰੀਦਿਆ ਗਿਆ ਉਹਨਾਂ ਦੇ ਜ਼ਿਲ੍ਹੇ ਦੇ ਵਿੱਚੋਂ, ਚੀਮਾ ਚੌਂਕ ਦੇ ਨੇੜਿਓਂ? ਤੁਸੀਂ ਤਾਂ ਇੰਨੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਜੁੜ ਗਏ, ਆਪਾਂ
ਹਜੇ ਤੱਕ ਕਮਿਸ਼ਨਰ ਪੁਲਿਸ ਜੀ ਨੇ, ਮੈਂ ਚੀਮਾ ਚੌਂਕ ਤੋਂ 15 ਮਿੰਟ ਦਾ ਪਹਿਲਾਂ ਚਿੱਟਾ ਖਰੀਦਣ ਨੂੰ ਲੱਗੇ, ਫਿਰ ਚੀਮਾ ਚੌਂਕ ਤੋਂ ਗੱਡੀ ਦੇ ਵਿੱਚ ਬੈਠ ਕੇ ਕਮਿਸ਼ਨਰ ਸਾਹਿਬ ਦੇ ਦਫ਼ਤਰ ਆਇਆ ਅਤੇ ਹਜੇ ਵੀ ਕਮਿਸ਼ਨਰ ਸਾਹਿਬ ਪਹੁੰਚੇ ਨਹੀਂ ਹੈਗੇ। ਤੁਸੀਂ ਸਮਝ ਸਕਦੇ ਹੋ ਕਿ ਪੁਲਿਸ ਅਤੇ ਸਰਕਾਰ ਚਿੱਟੇ ਦੇ ਵਰਖਿਲਾਫ਼ ਕਿੰਨੀ ਕੁ ਸੰਜੀਦਾ ਹੈਗੀ ਆ, ਕਿੰਨੀ ਕੁ ਸੀਰੀਅਸ ਆ। ਇਸ ਗੱਲ ਤੋਂ ਹਜੇ ਤੱਕ ਕਮਿਸ਼ਨਰ ਪੁਲਿਸ ਦਾ ਆਪਣੇ ਦਫ਼ਤਰ ਦੇ ਵਿੱਚ ਨਾ ਆਉਣਾ, ਇੱਥੋਂ ਪੁਲਿਸ ਅਤੇ ਸਰਕਾਰ ਦੀ ਚਿੱਟੇ ਪ੍ਰਤੀ ਗੰਭੀਰਤਾ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਵੀ ਇਹ ਚਿੱਟੇ ਨੂੰ ਖਤਮ ਕਰਨ ਲਈ ਕਿੰਨੇ ਗੰਭੀਰ ਆ ਅਤੇ ਕਿੰਨੇ ਕੁ ਇਹ ਚਿੱਟਾ ਮੁਕਾਉਣ ਵਾਸਤੇ ਸੈਕਰੀਫਾਈਸ ਜਾਂ ਕਿੰਨੀ ਕੁ ਮਿਹਨਤ ਕਰਦੇ ਆ। ਦੋਸਤੋ ਵੇਟ ਕਰ ਰਹੇ ਹਾਂ, ਜੇ ਕਮਿਸ਼ਨਰ ਸਾਹਿਬ ਨਹੀਂ ਆਉਣਗੇ ਤਾਂ ਮੈਂ ਚਿੱਟਾ ਕਮਿਸ਼ਨਰ ਸਾਹਿਬ ਦੇ ਘਰੇ ਲੈ ਕੇ ਜਾਊਂਗਾ, ਜਲੂਸ ਕੱਢੂੰਗਾ, ਪੁਲਿਸ ਦਾ ਜਲੂਸ ਕੱਢੂੰਗਾ, ਸਰਕਾਰ ਦਾ ਜਲੂਸ ਕੱਢੂੰਗਾ, ਜਿਹੜੇ ਕਹਿੰਦੇ ਆ ਪੰਜਾਬ 'ਚ ਚਿੱਟਾ ਖਤਮ ਕਰਤਾ। ਅਫਸੋਸ ਹੈ ਨਾ ਇਸ ਗੱਲ ਦਾ, ਹੁਣ ਤਾਂ ਤੁਸੀਂ ਸਾਰੇ 9:00 ਮੇਰਾ ਖਿਆਲ 46 ਮਿੰਟ ਤੋਂ ਲੈ ਕੇ ਹੁਣ ਤੱਕ ਲਾਈਵ ਦੇਖ ਰਹੇ ਹੋ ਸਾਰੀ ਦੁਨੀਆਂ 'ਚ ਵੱਸਦਾ ਪੰਜਾਬੀ ਵੀ ਪੁਲਿਸ ਕਿੰਨੀ ਕੁ ਸੁਹਿਰਦ ਹੈਗੀ ਆ ਰਸਤੇ ਦੇ ਵਿੱਚ, ਨਹੀਂ ਤਾਂ ਚੌਂਕੀ ਇੰਚਾਰਜ, ਥਾਣਾ ਇੰਚਾਰਜ ਜਦੇ ਆਉਂਦੇ ਵੀ ਭਾਈ ਇੱਕ MLA ਉਹ ਡਿਊਟੀ ਜਿਹੜੀ ਪੁਲਿਸ ਨੇ ਕਰਨੀ ਬਣਦੀ ਆ, ਇੱਕ MLA ਅਤੇ MLA ਦਾ ਸਾਥੀ ਆਪਣੀ ਜਾਨ ਤਲੀ 'ਤੇ ਧਰ ਕੇ ਚਿੱਟਾ ਤਸਕਰਾਂ ਦੇ ਕੋਲੋਂ ਲਾਈਵ ਚਿੱਟਾ ਖਰੀਦ ਕੇ ਲੈ ਕੇ ਆਇਆ, ਕਿੱਥੇ ਆ ਤੰਤਰ, ਕਿੱਥੇ ਆ ਕੋਈ ਥਾਣੇ ਵਾਲਾ, ਚੌਂਕੀ ਵਾਲਾ, ਕੋਈ ACP, ADCP, ਕਮਿਸ਼ਨਰ, ਚੁੱਪ ਅਤੇ ਖਾਮੋਸ਼। ਇਹਨਾਂ ਦੀ ਖਾਮੋਸ਼ੀ, ਇਹਨਾਂ ਦੀ ਚੁੱਪੀ ਇਸ ਗੱਲ ਦਾ ਸੰਕੇਤ ਕਰਦੀ ਆ ਕਿ ਚਿੱਟਾ ਇਹਨਾਂ ਦੀ ਰਲੀ ਮਿਲੀ ਭੁਗਤ ਦੇ ਨਾਲ ਵਿਕ ਰਿਹਾ। ਪੁਲਿਸ ਆਪਣੀ ਆਈ ਤੇ ਆਈ ਨਾ, ਚੌਂਕੀ ਤੇ ਥਾਣਾ ਇੰਚਾਰਜ ਲੱਗੇ ਹੀ ਉਹ ਜਿੱਤੋਂ ਅੰਡਰਟੇਕਿੰਗ ਕਿ ਤੂੰ ਆਪਣੇ ਇਲਾਕੇ ਦੇ ਵਿੱਚ ਚਿੱਟਾ ਨਹੀਂ ਵਿਕਣ ਦੇਣਾ, ਤੇ ਕੀ ਮਜਾਲ ਯਾਰ ਕੋਈ ਚਿੱਟਾ ਵੇਚ ਦੇ। ਅਫਸੋਸ ਹੈ ਨਾ ਇਸ ਗੱਲ ਦਾ, ਸਰਕਾਰ ਤੇ ਪੁਲਿਸ ਚਾਹੁੰਦੀ ਨਹੀਂ ਕਿ ਪੰਜਾਬ ਦੇ ਅੰਦਰੋਂ ਚਿੱਟਾ ਖਤਮ ਹੋਵੇ, ਚਾਹੁੰਦੀ ਨਹੀਂ ਕਿ ਚਿੱਟੇ ਦੇ ਤਸਕਰ ਬਣਦੀਆਂ ਸਜਾਵਾਂ ਵਾਸਤੇ ਅਦਾਲਤਾਂ ਦੇ ਕਟਹਿਰੇ 'ਚ ਖੜੇ ਹੋਣ। ਕਰਦੇ ਕੀ ਆ, ਇਹ ਕਰਦੇ ਆ 1 ਗ੍ਰਾਮ ਅੱਧਾ ਗ੍ਰਾਮ ਵਾਲਾ ਫੜ ਲਿਆ ਕੋਈ ਵਿਚਾਰਾ ਨਸ਼ੇ ਦਾ ਆਦੀ, ਜਿਹਨੂੰ ਅਸਲ ਦੇ ਵਿੱਚ ਡੀ ਅਡਿਕਸ਼ਨ ਦੀ ਜ਼ਰੂਰਤ ਆ, FIR ਦੀ ਜ਼ਰੂਰਤ ਨਹੀਂ। ਇਹ ਉਹਨੂੰ ਫੜ ਕੇ ਤੁੰਨਦੇ ਆ ਕਿ ਚਲੋ ਵੀ ਖਾਨਾ ਪੂਰੀ ਕਰੀਏ। ਪੰਜਾਬ ਦੇ ਵਿੱਚ ਕਿੰਨੀਆਂ FIR-ਾਂ ਦੇ ਦਿੱਤੀਆਂ, ਕੈਪਟਨ ਅਮਰਿੰਦਰ ਸਿੰਘ ਤਾਲੂ ਨੂੰ ਜੀਭ ਲਾ ਕੇ ਸਪੀਚ ਕਰਨਗੇ, ਪ੍ਰੈਸ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣਗੇ ਵੀ ਅਸੀਂ ਚਿੱਟੇ ਦਾ ਲੱਕ ਤੋੜਤਾ, ਅਸੀਂ ਪਾਈਪ ਲਾਈਨ ਭੰਨਤੀ। ਤੇ ਦੋਸਤੋ ਜੇ ਇਹਨਾਂ ਨੇ ਚਿੱਟੇ ਦਾ ਲੱਕ ਤੋੜਤਾ, ਪਾਈਪ ਲਾਈਨ ਭੰਨਤੀ, ਫਿਰ ਆਲੂ ਵਾਂਗੂ ਚਿੱਟਾ ਕਿਵੇਂ ਵਿਕ ਰਿਹਾ, ਇਹ ਕਿੱਥੋਂ ਆਉਂਦਾ? ਤੇ ਜੇ ਚਿੱਟਾ ਪਾਈਪ ਲਾਈਨ ਤੋੜਤੀ, ਅਖਬਾਰਾਂ ਦੇ ਵਿੱਚ ਰੋਜ਼ ਫੋਟੋਆਂ ਕਿੱਥੋਂ ਛਪਦੀਆਂ ਨੇ? ਸੋਚਣ ਦੀ ਗੱਲ ਨਾ, ਸਿੱਧਾ ਜਿਹਾ ਕੰਮ ਹੈਗਾ ਵੀ ਫਿਰ ਨਾ ਤਾਂ ਫੋਟੋ ਛਪੇ ਜੇ ਪਾਈਪ ਲਾਈਨ ਤੋੜੀ ਹੋਵੇ, ਤੇ ਨਾ ਆਲੂਆਂ ਵਾਂਗੂ ਚਿੱਟਾ ਵਿਕੇ, ਉਹ ਵੀ ਲੁਧਿਆਣਾ ਵਰਗੇ ਸ਼ਹਿਰ ਦੇ ਅੰਦਰ ਜਿੱਥੇ ਚੱਪੇ ਚੱਪੇ ਤੇ ਪੁਲਿਸ ਤੇ ਜਿੱਥੇ ਫਰਲਾਂਗ ਦੇ ਉੱਤੇ ਚੌਂਕੀ ਤੇ ਥਾਣੇ ਹੈਗੇ ਆ। ਤੇ ਇੱਕ MLA ਆਪਣੇ ਦੋਸਤਾਂ ਨੂੰ ਨਾਲ ਲੈ ਕੇ ਚਿੱਟਾ ਖਰੀਦ ਕੇ ਲਿਆ ਤੇ ਪੁਲਿਸ ਸੁੱਤੀ ਪਈ ਆ ਹਜੇ ਵੀ, ਕੋਈ ਚੌਂਕੀ ਇੰਚਾਰਜ, ਥਾਣਾ ਇੰਚਾਰਜ, ADCP, SP, ਕਮਿਸ਼ਨਰ ਸਭ ਖਾਮੋਸ਼ ਪਏ ਆ, ਕਹਿੰਦੇ ਚੱਲਣ ਦਿਓ ਕੰਮ ਨੂੰ ਇੱਦਾਂ ਹੀ। ਇਹਨਾਂ ਦੀ ਚੁੱਪੀ, ਇਹਨਾਂ ਦੀ ਖਾਮੋਸ਼ੀ ਰਲੇਵੇਂ ਦਾ ਇਸ਼ਾਰਾ ਕਰ ਰਹੀ ਆ, ਰਲੀ ਮਿਲੀ ਭੁਗਤ ਦੇ ਨਾਲ ਇਹ ਸਮਾਨ ਵਿਕ ਰਿਹਾ ਤੇ ਸਾਡੀਆਂ ਮਾਵਾਂ ਭੈਣਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੈਣ ਪੈ ਰਹੇ ਆ ਇਹਨਾਂ ਦੀ ਬਦੌਲਤ ਹੈਗੀ। ਘਬਰਾਓ ਨਾ, ਕੋਈ ਨੀ, ਮੈਂ ਤੁਹਾਡੇ ਕਮੈਂਟਸ ਪੜ੍ਹ ਰਿਹਾ, ਘਬਰਾਓ ਨਾ, ਮੈਂ ਜਾਂਦਾ ਨੀ। ਇਹ ਚਿੱਟਾ ਅੱਧਾ ਕਮਿਸ਼ਨਰ ਪੁਲਿਸ ਨੂੰ ਦੇ ਕੇ ਜਾਣਾ ਤਾਂ ਕਿ ਟੈਸਟ ਕਰਾਉਣ, ਤੇ ਅੱਧਾ ਮੈਂ ਆਪਣੇ ਤੌਰ ਤੇ ਟੈਸਟ ਕਰਾਉਣਾ ਵੀ ਇਹ ਚਿੱਟਾ ਕੀ ਹੈਗਾ।
ਕਿੰਨੀ ਪਿਓਰਿਟੀ ਆ, ਕਾਹਦਾ ਬਣਿਆ ਹੋਇਆ, ਇਹ ਸਿੰਥੈਟਿਕ ਆ, ਇਹ ਦੂਜਾ, ਇਹ ਤੀਜਾ ਕੀ ਆ। ਅੱਧਾ ਇਹਨਾਂ ਕੁੜੀਆਂ ਦੇ ਵਿੱਚੋਂ ਸਤਿਕਾਰਯੋਗ ਸੀ ਪੀ ਸਾਹਿਬ ਨੂੰ ਮੀਡੀਆ ਤੇ ਪ੍ਰੈਸ ਦੀ ਹਾਜ਼ਰੀ ਦੇ ਵਿੱਚ, ਤੇ ਅੱਧਾ ਮੈਂ ਮੀਡੀਆ ਤੇ ਪ੍ਰੈਸ ਦੀ ਹਾਜ਼ਰੀ ਦੇ ਵਿੱਚ ਸੀਲ ਕਰਕੇ ਖੁਦ ਕਿਸੇ ਚੰਗੀ ਲੈਬੋਰਟਰੀ ਤੋਂ ਇਹਦੀ ਜਾਂਚ ਕਰਾਉਣੀ ਆ, ਤਾਂ ਜੋ ਪੁਲਿਸ ਦਾ ਤੇ ਆਪਣੇ ਆ ਜਿਹੜੇ ਪੈਕਟ ਹੈਗੇ ਅੱਧੋ ਅੱਧ ਦਾ ਪਤਾ ਲੱਗੇ ਵੀ ਇਹਨਾਂ ਦਾ ਰਿਜ਼ਲਟ ਕੀ ਆ ਤੇ ਆਪਣਾ ਕੀ ਆ। ਕੱਲ ਨੂੰ ਇਹ ਰਿਜ਼ਲਟ ਕੋਈ ਬਿੰਗਾ ਟੇਢਾ ਜਾਂ ਕੋਈ ਇੱਧਰ ਉੱਧਰ ਵਾਲਾ ਤਾਂ ਨਹੀਂ ਦੇਣ। ਦੋਸਤੋ ਤੁਸੀਂ ਲਿਖ ਰਹੇ ਹੋ ਕਿੱਥੇ ਆ, ਅਸੀਂ ਕਮਿਸ਼ਨਰ ਪੁਲਿਸ ਦੇ ਦਫ਼ਤਰ ਹੈਗੇ ਆ, ਲੁਧਿਆਣਾ ਪੁਲਿਸ ਕਮਿਸ਼ਨਰ ਦੇ ਆਫਿਸ 'ਚ। ਵਾਹਿਗੁਰੂ ਵਾਹਿਗੁਰੂ। ਅੱਛਾ ਕੀ ਕਹਿੰਦੇ ਕਮਿਸ਼ਨਰ ਸਾਹਿਬ? ਅੱਛਾ ਸਾਹਿਬ ਦਾ ਟਾਈਮ 11 ਵਜੇ ਦਾ। ਚੱਲਣ ਦੇ ਤਾਂ ਕੀ ਹੋ ਗਿਆ, ਕਿਉਂਕਿ ਆਹ ਜਿਹੜਾ ਨਾ ਇਹ ਤੋੜਨਾ ਨੀ ਗਾ ਆਪਾਂ, ਇਹ ਤਾਂ ਲਾਈਵ ਆਪਾਂ ਉੱਥੋਂ ਏਦਾਂ ਹੀ ਲੈ ਕੇ ਆਏ। ਕੱਲ ਨੂੰ ਕਹਿ ਦੇਣਗੇ ਵੀ ਇਹ ਤਾਂ ਜੀ ਤੁਸੀਂ ਮਿਲਾ ਲਿਆ ਜੀ ਕੁਛ, ਇਹਨਾਂ ਦਾ ਕੀ ਆ। ਸੀਪੀ ਗਿੱਲ ਲਿਖਿਆ ਹੋਇਆ ਬੇਟਾ, ਮੈਂ ਆਹ ਫੋਨ ਫੜ ਕੇ ਮੈਂ ਲਾਉਣਾ, ਉਹ ਫੋਨ ਫੜ ਕੇ ਰੱਖ ਦੇ ਸਿੱਧਾ ਕਰ ਦੇ। ਦੂਜਾ ਫੋਨ ਕਿੱਥੇ? ਮੇਰਾ ਦੂਜਾ ਫੋਨ ਕਿੱਥੇ ਆ? ਫੜਾਇਆ ਮੇਰਾ ਨਹੀਂ, ਉਹਦੇ ਕੋਲ ਸੀਗਾ। ਚਿੱਟੇ ਦੀ ਮੰਡੀ ਲੱਗੀ ਆ, ਆਲੂ ਵਾਂਗੂ ਚਿੱਟਾ ਵਿਕ ਰਿਹਾ ਸੀ, ਲਾਈਵ ਖਰੀਦ ਕੇ ਲੈ ਕੇ ਆਏ ਚੀਮਾ ਚੌਂਕ ਦੇ ਨੇੜੇ। ਚੀਮਾ 9:46 ਤੋਂ ਹੁਣ ਤੱਕ ਕਿਸੇ SHO ਚੌਂਕੀ ਇੰਚਾਰਜ ਦੀ, DSP SP ਦੀ ਜਾਗ ਹੀ ਨਹੀਂ ਖੁੱਲੀ ਹਜੇ ਤੱਕ, ਕਮਿਸ਼ਨਰ ਪੁਲਿਸ ਸਾਹਿਬ ਦੀ ਜਾਗ ਨਹੀਂ ਖੁੱਲੀ ਹਜੇ ਤੱਕ। ਅਸੀਂ ਲਾਈਵ ਲੈ ਕੇ ਆਏ ਤਾਂ ਕਿ ਪਤਾ ਲੱਗ ਜਾਏ, ਉੱਥੋਂ ਲਾਈਵ ਹੀ ਲਿਆ, ਲਾਈਵ ਹੀ ਲੈ ਕੇ ਇੱਥੇ ਤੱਕ ਆਏ ਆ, ਤਾਂ ਕਿ ਕੱਲ ਨੂੰ ਇਹ ਨਾ ਕਹਿਣ ਵੀ ਇਹਦੇ 'ਚ ਕੋਈ ਮਿਲਾਵਟ ਕਰਤੀ ਰਸਤੇ ਦੇ ਵਿੱਚ ਅਸੀਂ। ਮੇਰਾ ਦੂਜਾ ਫੋਨ ਫੜਿਓ ਕਿੱਥੇ ਯਾਰ, ਮੈਂ ਉਦੋਂ ਦੇ ਲਗਾਤਾਰ ਲਾਈਵ ਆਉਂਦਾ। ਹਾਂ ਲਾਈਵ ਆਉਂਦਾ ਉਹਦੇ 9:46 CP ਸਾਹਿਬ ਨਾਲ ਮੈਂ ਫੋਨ ਲਾ ਰਿਹਾ। ਖੁਫੀਆ ਤੰਤਰ ਕਿੱਥੇ ਆ?
ਕਰੋੜਾਂ ਰੁਪਈਆ ਤਨਖਾਹਾਂ ਖੁਫੀਆ ਤੰਤਰ ਕਿੱਥੇ ਹੈਗਾ ਕਿ MLA ਆਪਣੇ ਦੋਸਤਾਂ ਦੇ ਨਾਲ ਜਾਨ ਤਲੀ ਤੇ ਧਰ ਕੇ ਚਿੱਟਾ ਮੰਡੀ ਚੋਂ ਖਰੀਦਣ ਜਾ ਰਿਹਾ, ਉਹ ਕੰਮ ਜਿਹੜਾ ਪੁਲਿਸ ਨੇ ਕਰਨਾ ਤੇ ਪੁਲਿਸ ਕਿੱਥੇ ਹੈਗੀ ਹੈ? ਚਿੱਟਾ ਵੇਚਣ ਵਾਲੇ ਲੋਕ ਵੱਡੀਆਂ ਰੈਲੀਆਂ ਕਰ ਰਹੇ ਹੈ। ਆ ਦੋਸਤੋ ਇੱਕ ਪੱਤਰਕਾਰ ਵੀਰ ਨੇ ਯਾਦ ਕਰਾਤਾ ਮੈਨੂੰ, ਜਿਹੜੇ ਲੋਕਾਂ ਦੇ ਨਾਮ STF ਦੀ ਰਿਪੋਰਟ, STF ਉਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਬਣਾਈ ਸੀ, ਹਰਪ੍ਰੀਤ ਸਿੱਧੂ ਪਹਿਲੇ ਉਹਦੇ ਚੀਫ ਲਾਏ ਸੀ, ਆਪ ਲੈ ਕੇ ਆਏ ਉਹਨਾਂ ਨੂੰ ਡੈਪੂਟੇਸ਼ਨ ਤੇ, ਬੜੇ ਇਮਾਨਦਾਰ ਅਫੀਸਰ। STF ਬਣਾਈ, STF ਨੇ ਰਿਪੋਰਟ ਕੀਤੀ ਤੇ ਉਸ ਰਿਪੋਰਟ ਦੇ ਵਿੱਚ ਮੀਡੀਆ ਨੇ ਜਾਂ ਅਪੋਜੀਸ਼ਨ ਨੇ ਨਾਮ ਨਹੀਂ ਕੱਢੇ, ਇੱਕ ਕੈਪਟਨ ਅਮਰਿੰਦਰ ਦੀ ਹਕੂਮਤ ਦੇ ਵਜ਼ੀਰ ਨੇ ਨਾਮ ਪੜਿਆ ਮਜੀਠੀਏ ਦਾ, ਤੇ ਇੱਕ ਦੋਸਤ ਮੈਨੂੰ ਕਹਿ ਕੇ ਹਟਿਆ ਜੋ ਉਹੀ ਮਜੀਠੀਆ ਲੁਧਿਆਣੇ ਦੇ ਵਿੱਚ ਰੈਲੀ ਕਰਨ ਜਾ ਰਿਹਾ। ਸ਼ਰਮ ਆਉਣੀ ਚਾਹੀਦੀ ਹੈ ਯਾਰ, ਜਿਹੜੇ ਨੌਜਵਾਨ ਦੋਸਤ ਉਹਦੀ ਰੈਲੀ 'ਚ ਜਾਣਗੇ, ਇਹ ਵੀ ਅੱਜ ਸ਼ਰਮ ਤੇ ਅਫਸੋਸ ਹੈ। ਬਾਈਕਾਟ ਕਰੋ ਇਹਨਾਂ ਲੋਕਾਂ ਦਾ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਚਿੱਟੇ ਦੇ ਗੰਧ ਦਾ ਬੂਟਾ ਲਾ ਕੇ ਅੱਜ ਸਾਡੀਆਂ ਮਾਵਾਂ ਤੇ ਭੈਣਾਂ ਦੇ ਪਰਿਵਾਰਾਂ ਦੇ ਅੰਦਰ ਬੈਣ ਪਵਾਏ ਆ। ਨਹੀਂ ਮੈਂ ਦੋ ਲਾਈਵ ਸੀਗੇ ਲਾਏ ਹੋਏ, ਇੱਕ ID ਤੇ ਦੋ ਬੰਦੇ ਜੁੜ ਸਕਦੇ ਆ, ਇੱਕ ਮੈਂ ਲਾਈਵ ਹੋਇਆ ਸੀ, ਇੱਕ ਮੇਰਾ ਦੋਸਤ ਜਿਹੜਾ ਲੈਣ ਗਿਆ ਉਹ ਲਾਈਵ ਹੋਇਆ ਸੀ। ਮੈਂ ਨਾ ਯਾਰ, ਹਾਂਜੀ ਕਮਿੰਸ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ, ਮੈਂ ਚਿੱਟੇ ਦੀ ਮੰਡੀ ਦੇ ਵਿੱਚੋਂ ਆਲੂ ਵਾਂਗੂ ਚਿੱਟਾ ਵਿਕ ਰਿਹਾ ਚੀਮਾ ਚੌਂਕ ਦੇ ਲਾਗੇ, ਮੈਂ ਅੱਜ ਆਪ ਆਪਣੇ ਦੋਸਤ ਲੈ ਕੇ ਗਿਆ ਤੇ ਲਾਈਵ ਖਰੀਦ ਕੇ ਲੈ ਕੇ ਆਉਂਦਾ ਚਿੱਟਾ ਚੀਮਾ ਚੌਂਕ ਦੇ ਨੇੜੇ। ਮੈਂ ਉੱਥੋਂ ਤਾਂ ਲਾਈਵ ਹੀ ਚਿੱਟਾ ਖਰੀਦਿਆ, ਲਾਈਵ ਗੱਡੀ 'ਚ ਪੁੜੀਆਂ ਹੱਥ 'ਚ ਫੜ ਕੇ ਬਹਿ ਗਿਆ ਤੇ ਮੈਂ ਤੁਹਾਡੇ ਦਫ਼ਤਰ ਆ ਗਿਆ। ਇਹਦੇ 'ਚੋਂ ਅੱਧਾ ਚਿੱਟਾ ਮੈਂ ਤੁਹਾਨੂੰ ਦੇਣਾ, ਇਸ ਕਰਕੇ ਵੀ ਇਹਦੀ ਜਾਂਚ ਕਰਾਓ ਇਹ ਸਿੰਥੈਟਿਕ ਆ ਕਿੰਨੀ ਪਿਓਰਿਟੀ ਆ, ਅਤੇ ਅੱਧੇ ਦੀ ਮੈਂ ਜਾਂਚ ਕਰਾਉਣੀ ਹੈ। ਮੈਂ ਲਾਈਵ ਉਹ ਪੁੜੀਆਂ ਹੱਥ 'ਚ ਫੜੀ ਬੈਠਾ, ਜੇ ਤੁਸੀਂ ਆ ਜਾਓ ਤਾਂ ਬੜੀ ਤੁਹਾਡੀ ਮਿਹਰਬਾਨੀ ਹੋਵੇ। ਮੈਂ ਵੇਟ ਕਰ ਰਿਹਾ, ਪਲੀਜ਼। ਨਹੀਂ ਬ੍ਰਦਰ, ਇਹ ਕਪੂਰ ਸਾਹਿਬ ਵਾਲਾ ਮਸਲਾ ਨਹੀਂ ਗਾ, ਤੁਸੀਂ ਸਾਡੇ ਜ਼ਿਲ੍ਹੇ ਦੇ ਕਸਟੋਡੀਅਨ ਹੋ, ਜ਼ਿਲ੍ਹੇ ਦੇ ਵਿੱਚ ਆਲੂਆਂ ਦੀ ਮੰਡੀ ਵਾਂਗੂ ਲੱਗਿਆ ਚਿੱਟਾ ਵਿਕੇ, ਇਹ DCP ਸਾਹਿਬ ਨੂੰ ਨਾ ਵਿੱਚ ਕਰੋ, ਤੁਸੀਂ ਆ ਜਾਓ, ਕੋਈ ਨਹੀਂ ਮੈਂ ਵੇਟ ਕਰੂੰਗਾ, ਭਾਵੇਂ ਤੁਸੀਂ ਵੱਧ ਸਮਾਂ ਲਾ ਲਿਓ। ਹਾਂ ਦੋਸਤੋ, ਮੇਰੀ ਕਮਿਸ਼ਨਰ ਪੁਲਿਸ ਨਾਲ ਗੱਲ ਹੋ ਗਈ, ਉਹ ਕਹਿੰਦੇ ਜੀ ਮੈਂ ਹਜੇ 15-20 ਮਿੰਟ ਮੈਨੂੰ ਲੱਗਣੇ ਆ, ਸਾਹਿਬ ਹਜੇ ਸ਼ਾਇਦ ਤਿਆਰ ਹੁੰਦੇ ਹੋਣਗੇ, ਲੋਕ ਦਫ਼ਤਰਾਂ ਦੇ ਵਿੱਚ ਖੜ ਜਾਂਦੇ ਆ ਕੇ ਸਵੇਰੇ ਲਾਈਨਾਂ ਲਾ ਕੇ, ਦੇਖ ਲਿਆ ਤੁਸੀਂ ਬਿਊਰੋਕਰੇਸੀ ਦਾ ਹਾਲ ਹਾਲਾਤ ਕੀ ਆ, ਤੇ ਸਾਹਿਬ ਲੋਕ 11-11 ਵਜੇ ਤੱਕ ਦਫ਼ਤਰ 'ਚ ਨਹੀਂ ਵੜਦੇ, ਕਿਵੇਂ ਗੱਡੀ ਚੱਲੂਗੀ? ਮੈਂ ਕਹਿਤਾ ਵੀ ਤੁਸੀਂ ਜਿੰਨੀ ਦੇਰ ਮਰਜ਼ੀ ਲਾਇਓ, ਮੈਂ ਤੁਹਾਡੇ ਦਫ਼ਤਰ ਦੇ ਵਿੱਚ ਖੜਾਂ, ਮੈਂ ਤੁਹਾਡੇ ਦਫ਼ਤਰ ਦੇ ਬਾਹਰ ਖੜਾਂ, ਪ੍ਰੈਸ ਵਾਲੇ ਸਾਥੀ ਸਾਰੇ ਪਹੁੰਚ ਰਹੇ ਆ। ਕਹਿੰਦੇ ਜੀ ਤੁਸੀਂ ਕਪੂਰ ਸਾਹਿਬ ਨੂੰ ਮਿਲ ਲਓ, ਮੇਰਾ ਖਿਆਲ ਸ਼ਾਇਦ ਕਪੂਰ ਮਿਸਟਰ DCP ਹੈਗੇ ਆ,
ਮੈਂ ਉਹਨਾਂ ਨੂੰ ਕਿਹਾ ਨਹੀਂ ਇਹ ਬੜਾ ਸੰਜੀਦਾ ਮਸਲਾ, ਤੁਸੀਂ ਕਸਟੋਡੀਅਨ ਹੋ ਪੁਲਿਸ ਜ਼ਿਲ੍ਹਾ ਲੁਧਿਆਣਾ ਦੇ, ਅਤੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਆਲੂਆਂ ਦੀ ਮੰਡੀ ਦੀ ਤਰਜ਼ ਦੇ ਉੱਤੇ ਚਿੱਟਾ ਵਿਕ ਰਿਹਾ ਸ਼ਰੇਆਮ, ਲਾਈਵ ਖਰੀਦ ਕੇ ਲਿਆ, ਤੁਹਾਨੂੰ ਦੇਣਾ ਇਹ, ਅੱਧਾ ਤੁਹਾਨੂੰ ਦੇ ਕੇ ਜਾਣਾ, ਅੱਧਾ ਮੈਂ ਲੈ ਕੇ ਜਾਣਾ, ਤਾਂ ਜੋ ਇਹਦੀ ਪਿਓਰਿਟੀ ਚੈੱਕ ਕਰਾ ਲਈਏ ਵੀ ਕਿੰਨਾ ਪਿਓਰ ਆ, ਸਿੰਥੈਟਿਕ ਆ, ਕੀ ਖੇ ਸੁਆਹ ਹੈਗੀ ਜਿਹਦੇ ਕਰਕੇ ਸਾਡੇ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਆ। ਅਤੇ ਉਹਨਾਂ ਨੇ ਮੈਨੂੰ ਕਿਹਾ ਵੀ 10-15 ਮਿੰਟ 'ਚ ਮੈਂ ਆ ਰਿਹਾ। ਪੰਜਾਬ ਦੇ ਨਸ਼ਾ ਖਤਮ ਕਰਨ ਵਾਲੀ ਸਰਕਾਰ ਅੱਜ ਫਿਰ ਇੱਕ ਵਾਰੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਸਿਮਰਜੀਤ ਸਿੰਘ ਬੈਂਸ ਜਿਹੜੇ ਕਿ ਫੇਸਬੁੱਕ 'ਤੇ ਲਾਈਵ ਹੋਏ ਹੋਏ ਹਨ, ਉਹਨਾਂ ਨੇ ਅੱਜ ਚਿੱਟੇ ਦੀਆਂ ਜਿਹੜੀਆਂ ਵਾ ਲਾਈਵ ਪੂੜੀਆਂ ਜਿਹੜੀਆਂ ਖਰੀਦੀਆਂ ਵਾ, ਪੰਜਾਬ ਜਿਹੜਾ ਵਾ ਨਸ਼ਾ ਲਗਾਤਾਰ ਹਾਲੇ ਵੀ ਵਿਕ ਰਿਹਾ ਵਾ। ਸਿਮਰਜੀਤ ਸਿੰਘ ਬੈਂਸ ਫੇਸਬੁੱਕ 'ਤੇ ਲਗਾਤਾਰ ਜਿਹੜੇ ਨੇ ਲਾਈਵ ਨੇ, ਕਮਿਸ਼ਨਰ ਪੁਲਿਸ ਲੁਧਿਆਣਾ ਜਿਹੜੇ ਉਹਨਾਂ ਕੋਲ ਸ਼ਿਕਾਇਤ ਲੈ ਕੇ ਆਏ ਨੇ, ਉਹਨਾਂ ਕੋਲ ਜਿਹੜੀਆਂ ਖਰੀਦ ਕੇ ਜਿਹੜੀਆਂ ਪੂੜੀਆਂ ਲੈ ਕੇ ਆਏ ਨੇ, ਦੱਸ ਰਹੇ ਨੇ ਕਿ ਪੰਜਾਬ ਜਿਹੜਾ ਨਸ਼ਾ ਵਾ ਹਾਲੇ ਵੀ ਖੁੱਲ੍ਹੇ ਤੌਰ 'ਤੇ ਵਿਕ ਰਿਹਾ। ਸਿਮਰਜੀਤ ਸਿੰਘ ਬੈਂਸ ਮੇਰੇ ਨਾਲ ਮੌਜੂਦ ਨੇ, ਗੱਲ ਕਰਦੇ ਹਾਂ, ਲੋਕ ਇਨਸਾਫ ਪਾਰਟੀ ਦੇ ਮੁਖੀ ਨੇ। ਬੈਂਸ ਸਾਹਿਬ, ਚਿੱਟਾ ਖਰੀਦ ਕੇ ਲਿਆਇਓ, ਅੱਜ ਕਹਿ ਰਹੇ ਹੋ ਮੰਡੀ ਲੱਗੀ। ਬਹੁਤ ਦੁੱਖ ਅਤੇ ਅਫਸੋਸ ਦੇ ਨਾਲ ਦੋਸਤੋ, ਇਹ ਕੋਈ ਹਾਸਾ ਨਹੀਂ, ਮਜ਼ਾਕ ਨਹੀਂ, ਕੋਈ ਮਾਈਲੇਜ ਨਹੀਂ। ਦੁੱਖ ਹੁੰਦਾ ਜਦੋਂ ਕੋਈ ਸਾਡੀ ਭੈਣ ਬਹਿਣ ਪਾਉਂਦੀ ਆ ਆਪਣੇ ਭਰਾ ਦੀ ਲਾਸ਼ ਦੇ ਉੱਤੇ, ਕੋਈ ਮਾਂ ਆਪਣੇ ਇਕਲੌਤੇ ਪੁੱਤ ਦੀ ਲਾਸ਼ ਦੇ ਉੱਤੇ ਬਹਿਣ ਪਾਉਂਦੀ ਆ ਨਾ, ਵੀਡੀਓ ਦੇਖਦਿਆਂ ਤੇ ਮਨ ਰੋਂਦਾ। ਤੇ ਦੂਜੇ ਪਾਸੇ ਸਰਕਾਰ ਕਹਿੰਦੀ ਆ ਅਸੀਂ ਨਸ਼ਾ ਖਤਮ ਕਰਤਾ, ਪਾਈਪਲਾਈਨ ਤੋੜਤੀ, ਲੱਕ ਤੋੜਤਾ ਨਸ਼ੇ ਦਾ। ਅੱਜ ਮੈਂ ਇਸ ਕਰਕੇ ਖੁਦ ਜਾ ਕੇ ਆਇਆ ਸਵੇਰੇ 9:00 ਸ਼ਾਇਦ 46 ਮਿੰਟ ਦੇ ਉੱਤੇ, ਮੇਰਾ ਦੋਸਤ, ਅਸੀਂ ਇੱਕ ਮੇਰੇ ਪੇਜ ਦੇ ਉੱਤੇ ਦੋ ਆਈਡੀ ਜਿਹੜੀਆਂ, ਉਹ ਇੱਕ ਮੈਂ ਲਾਈਵ ਹੋਇਆ ਹੋਇਆ, ਉਸੇ ਆਈਡੀ ਦੇ ਉੱਤੇ ਮੇਰਾ ਦੋਸਤ ਜਿਹੜਾ ਇਹ ਚਿੱਟਾ ਖਰੀਦਣ ਗਿਆ, ਲਾਈਵ ਖਰੀਦ ਕੇ ਲੈ ਕੇ ਆਉਂਦਾ। ਲਾਈਵ ਖਰੀਦਣ ਤੋਂ ਬਾਅਦ ਜਿਵੇਂ ਕਿਸੇ ਸਬਜ਼ੀ ਮੰਡੀ ਦੇ ਵਿੱਚ ਆਲੂਆਂ ਦੀ ਰੇਹੜੀ ਦੇ ਉੱਤੇ ਸ਼ਰੇਆਮ ਆਲੂ ਵਿਕਦੇ ਆ ਨਾ, ਇਸ ਤਰੀਕੇ ਚਿੱਟਾ ਵਿਕ ਰਿਹਾ। ਲਾਈਵ ਖਰੀਦ ਕੇ ਲੈ ਕੇ ਆਏ ਹਾਂ, ਚੀਮਾ ਚੌਂਕ ਤੋਂ 15 ਮਿੰਟ ਲੱਗੇ ਹੋਣਗੇ, ਚੀਮਾ ਚੌਂਕ ਤੋਂ ਲਾਈਵ ਹੀ ਆ ਪੁੜੀਆਂ ਜਿਹੜੀਆਂ ਮੈਂ ਕਮਿਸ਼ਨਰ ਪੁਲਿਸ ਦੇ ਦਫ਼ਤਰ ਲੈ ਕੇ ਆ ਗਿਆ। ਤਾਂ ਜੋ ਇਹ ਨਾ ਕਹਿਣ ਲਾਈਵ ਹੋਣ ਦਾ ਮਤਲਬ ਇਹ ਹੈਗਾ, ਇੱਕ ਤਾਂ ਇਹਨਾਂ ਨੂੰ ਸ਼ਰੇਆਮ ਇਹਨਾਂ ਨੂੰ ਦਿਖਾਇਆ, ਚਿਹਰਾ ਬੇਨਕਾਬ ਕੀਤਾ ਪੁਲਿਸ ਤੰਤਰ ਦਾ, ਸਰਕਾਰ ਦਾ, ਕਿ ਤੁਸੀਂ ਕੀ ਕਰਦੇ ਹੋ, ਸ਼ਰੇਆਮ ਚਿੱਟਾ ਵਿਕ ਰਿਹਾ। ਲਾਈਵ ਇਸ ਕਰਕੇ ਲੈ ਕੇ ਆਇਆ ਵੀ ਇਹ ਨਾ ਕਹਿਣ ਵੀ ਇਸ ਚਿੱਟੇ ਦੇ ਵਿੱਚ ਬੈਂਸ ਨੇ ਕੁਛ ਮਿਲਾਤਾ ਆਪਣੇ ਵੱਲੋਂ। ਇਹ ਚਿੱਟੇ ਦੇ ਵਿੱਚੋਂ ਅੱਧਾ ਕਮਿਸ਼ਨਰ ਪੁਲਿਸ ਨੂੰ ਮੈਂ ਦੇ ਕੇ ਜਾਣਾ ਵੀ ਇਹਦੀ ਟੈਸਟਿੰਗ ਕਰਾਓ, ਅੱਧਾ ਮੈਂ ਲੈ ਕੇ ਜਾਣਾ ਖੁਦ ਟੈਸਟ ਕਰਾਉਣਾ ਵੀ ਇਹਦੇ ਵਿੱਚ ਕੀ ਆ, ਤਾਂ ਜੋ ਦੋਨੇ ਰਿਪੋਰਟਾਂ ਦਾ ਤੁਲਨਾਤਮਕ ਕੰਪੈਰੀਜ਼ਨ ਕਰਾਂਗੇ ਕੀ ਹੈਗਾ। ਔਰ ਅੱਜ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਾਰ ਵਾਰ ਦੁਹਾਈ ਪਾਉਂਦੇ ਆ ਵੀ ਅਸੀਂ ਚਿੱਟਾ ਖਤਮ ਕਰਤਾ। ਲੁਧਿਆਣੇ ਵਰਗਾ ਸ਼ਹਿਰ ਮੰਨਿਆ ਕਿਸੇ ਪਿੰਡ ਦੇ ਵਿੱਚ ਹੋਵੇ, ਕੋਈ ਬਾਰਡਰ ਦੇ ਉੱਤੇ ਹੋਵੇ, ਜਿੱਥੇ ਪੁਲਿਸ ਚੌਂਕੀ ਬੜੀ ਦੂਰ ਹੋਵੇ, ਕੋਈ ਪੁਲਿਸ ਦਾ ਪਹਿਰਾ ਨਾ ਹੋਵੇ। ਲੁਧਿਆਣੇ ਦੇ ਵਿੱਚ ਤਾਂ ਚੱਪੇ ਚੱਪੇ ਤੇ ਪੁਲਿਸ ਲੱਗੀ ਹੋਈ ਆ, ਫਰਲਾਂਗ ਦੇ ਉੱਤੇ ਚੌਂਕੀ ਆ, ਫਰਲਾਂਗ ਦੇ ਉੱਤੇ ਥਾਣਾ, ਤੇ ਥਾਣੇ ਚੌਂਕੀਆਂ ਵਾਲੇ ਕਿੱਥੇ ਅੱਜ? ਮੈਂ ਉੱਥੋਂ 9:46 ਤੋਂ, ਤੇ ਹੁਣ ਟਾਈਮ ਮੇਰਾ ਖਿਆਲ 10:15 ਹੋ ਗਏ ਹੋਣਗੇ, ਅੱਧੇ ਘੰਟੇ ਦੇ ਵਿੱਚ ਕਿਸੇ ਚੌਂਕੀ ਇੰਚਾਰਜ, ਕਿਸੇ SHO, ਕਿਸੇ DSP, ਕਿਸੇ SP ਦਾ ਇਸ ਇਸ਼ੂ ਦੇ ਉੱਤੇ ਗੰਭੀਰ ਨਾ ਹੋਣਾ। ਨਹੀਂ ਤਾਂ ਤੁਰੰਤ ਆਉਣਾ ਚਾਹੀਦਾ ਸੀ ਕਿ ਇੱਕ MLA ਗਿਆ, ਇੱਕ MLA ਦਾ ਦੋਸਤ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ, ਜਾਨ ਤਲੀ ਤੇ ਧਰ ਕੇ ਚਿੱਟਾ ਖਰੀਦਣ ਗਿਆ, ਤੇ ਪੁਲਿਸ ਤੁਰੰਤ ਹਰਕਤ ਦੇ ਵਿੱਚ ਆਉਂਦੀ। ਇਹ ਪੁਲਿਸ ਦੀ ਨਲੈਕੀ, ਪੁਲਿਸ ਦੀ ਅਣਗਹਿਲੀ, ਪੁਲਿਸ ਦਾ ਵੇਸਲਾਪਨ ਇਸ ਗੱਲ ਦਾ ਇਸ਼ਾਰਾ ਕਰਦਾ ਕਿ ਇਹ ਪੁਲਿਸ ਤੇ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ
ਚਿੱਟਾ ਵਿਕ ਰਿਹਾ ਪੰਜਾਬ ਦੇ ਅੰਦਰ। ਮੈਂ ਸਭ ਕੁਛ ਸ਼ਿਕਾਇਤ ਮਿਲੀ ਸੀ, ਉਸ ਤੋਂ ਤੁਸੀਂ ਸ਼ਿਕਾਇਤ ਪੁਲਿਸ ਨੂੰ ਕੀਤੀ? ਮੈਂ ਇਸ ਇਲਾਕੇ ਦੇ ਵਿੱਚ ਅਕਸਰ ਸ਼ਿਕਾਇਤ ਮਿਲੀ ਤੇ ਮੈਂ ਬਹੁਤ ਵਾਰੀ ਸੰਬੰਧਿਤ ਐਸ ਐਚ ਓ ਨੂੰ, ਐਸ ਟੀ ਐਫ ਸਾਹਿਬਾਨਾਂ ਨੂੰ, ਅਫੀਸਰ ਸਾਹਿਬਾਨਾਂ ਨੂੰ ਸ਼ਿਕਾਇਤ ਕੀਤੀ ਆ। ਕਰਦੇ ਆ ਕਾਰਵਾਈ, ਕਾਰਵਾਈ ਕਰਦੇ ਆ। ਉੱਥੋਂ ਦਿਹਾੜੀ ਕੁ ਵਾਸਤੇ ਚਿੱਟਾ ਵਿਕਣਾ ਬੰਦ ਹੋ ਜਾਂਦਾ, ਨੋ ਡਾਊਟ। ਕਾਰਵਾਈ ਹੁੰਦੀ ਆ, ਫੜ ਕੇ ਲੈ ਜਾਂਦੇ ਆ ਤੇ ਦੂਸਰੇ ਦਿਨ ਉਸੇ ਤਰੀਕੇ ਚਿੱਟਾ ਵੇਚਣਾ ਫਿਰ ਸ਼ੁਰੂ ਹੋ ਜਾਂਦਾ। ਮਤਲਬ ਕਿ ਆਪਣੀ ਜੇਬ ਗਰਮ ਕੀਤੀ, ਚਿੱਟਾ ਵੇਚਣ ਵਾਲੇ ਛੱਡੇ, ਕਹਿਤਾ ਵੀ ਹੁਣ ਤੁਸੀਂ ਫਿਰ ਜਾਓ ਤੇ ਹਫ਼ਤਾ ਵਸੂਲੀ ਵਾਲਾ ਚੱਕਰ ਫਿਰ ਸ਼ੁਰੂ। ਉੱਥੋਂ ਆਲੇ ਦੁਆਲੇ ਦੇ ਲੋਕ ਵਸਨੀਕ ਦੱਸਦੇ ਆ ਕਿ ਪੀ ਸੀ ਆਰ ਵਾਲੇ ਖੁਦ ਖੜ ਕੇ, ਜਿੱਥੇ ਚਿੱਟਾ ਵਿਕਦਾ ਉੱਥੇ ਪੀ ਸੀ ਆਰ ਵਾਲੇ ਖੜੇ ਹੁੰਦੇ ਆ। ਤੇ ਯਾਰ ਅਫਸੋਸ ਹੈ ਇਸ ਗੱਲ ਦਾ, ਕਿੱਡੀਆਂ ਕਿੱਡੀਆਂ ਇਹ ਪੁਲਿਸ ਅਫੀਸਰ ਤਨਖਾਹਾਂ ਲੈਂਦੇ ਆ, ਆਇਆ ਕਿ ਉਹਨਾਂ ਤਨਖਾਹਾਂ ਦੇ ਉੱਤੇ ਗੁਜ਼ਾਰਾ ਨਹੀਂ। ਪੰਜਾਬ ਦੇ ਵਿੱਚੋਂ ਚਿੱਟੇ ਦੇ ਉੱਤੇ ਕੰਮ ਸੇ ਕੰਮ ਇੱਥੇ ਦਾ ਨਾ ਤੁਸੀਂ ਕੰਪਰੋਮਾਈਜ਼ ਕਰੋ। ਪੁਲਿਸ ਤੇ ਕਿਸ ਤਰ੍ਹਾਂ ਸਵਾਲ ਖੜਾ ਕਰਦੇ? ਤੁਸੀਂ ਕਹਿ ਰਹੇ ਪੁਲਿਸ ਉੱਤੇ, ਤੁਸੀਂ ਖੁਦ ਅਬਜ਼ਰਵ ਕਰ ਸਕਦੇ ਹੋ। ਕਮਿਸ਼ਨਰ ਪੁਲਿਸ ਇੱਥੇ ਆਏ ਨੂੰ ਵੀ ਮੈਨੂੰ ਮੇਰਾ ਖਿਆਲ 20 ਮਿੰਟ ਦਾ ਹੋ ਗਿਆ ਟਾਈਮ, ਹਜੇ ਤੱਕ ਪੁਲਿਸ ਕਮਿਸ਼ਨਰ ਨਹੀਂ ਆਏ। ਪੁਲਿਸ ਦੀ ਸੰਜੀਦਗੀ ਤੁਸੀਂ ਖੁਦ ਦੇਖ ਸਕਦੇ ਹੋ ਵੀ ਪੁਲਿਸ ਚਿੱਟੇ ਦੇ ਵਰ ਖਿਲਾਫ ਕਿੱਡੀ ਕੁ ਗੰਭੀਰ ਤੇ ਸੰਜੀਦਾ ਹੈ। ਅੰਦਰ ਤੁਰੰਤ ਜਾ ਕੇ ਰੀਡਰ ਨੂੰ ਇਨਫੋਰਮ ਕਰਤਾ, ਮੈਂ ਟੈਲੀਫੋਨ ਦੇ ਉੱਤੇ ਗੱਲ ਕੀਤੀ ਆ ਤੇ ਮੈਨੂੰ ਕਹਿੰਦਾ ਜੀ ਕਪੂਰ ਸਾਹਿਬ ਬੈਠੇ ਹੋਣ। ਮੈਂ ਕਿਉਂ? ਕਮਿਸ਼ਨਰ ਸਾਹਿਬ ਤੁਸੀਂ ਕਸਟੋਡੀਅਨ ਹੋ, ਪੁਲਿਸ ਡਿਸਟ੍ਰਿਕਟ ਦੇ ਕਸਟੋਡੀਅਨ ਹੋ ਤੁਸੀਂ, ਇੱਕ ਐਡਾ ਵੱਡਾ ਗੰਭੀਰ ਮਸਲਾ, ਤੁਹਾਨੂੰ ਤਾਂ ਤੁਰੰਤ ਮੇਰੇ ਤੋਂ ਵੀ ਪਹਿਲਾਂ ਤੁਹਾਡਾ ਸੀ ਆਈ ਡੀ ਤੰਤਰ ਕਿੱਥੇ ਹੈ? ਆਇਆ ਕਿ ਉਹ ਆਪਣੇ ਪੁਲਿਸ ਸੀਨੀਅਰ ਅਫੀਸਰਾਂ ਨੂੰ ਕੋਈ ਇੰਟੀਮੇਸ਼ਨ ਨਹੀਂ ਦਿੰਦਾ? ਮੈਂ ਡੀ ਜੀ ਪੀ ਨਾਲ ਗੱਲ ਕਰਦਾ ਹੁਣੇ, ਰੁਕੋ, ਡੀ ਜੀ ਪੀ ਦਾ ਨੰਬਰ ਮਿਲਾ। ਦੋਸਤਾ ਮੈਂ ਫੇਰ ਕਹੂੰਗਾ, ਇਹ ਬੈਂਸ ਨਹੀਂ ਕਹਿ ਰਿਹਾ, ਇਹ ਮੀਡੀਆ ਨਹੀਂ ਕਹਿ ਰਿਹਾ, ਇਹ ਅਪੋਜੀਸ਼ਨ ਨਹੀਂ ਕਹਿ ਰਹੀ, ਇਹ ਐਸ ਟੀ ਐਫ ਓ ਏਜੰਸੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਦਿਆਂ ਬਣਾਈ ਸੀ, ਆਈ ਪੀ ਐਸ ਅਧਿਕਾਰੀ ਹਰਪ੍ਰੀਤ ਸਿੱਧੂ ਲੈ ਕੇ ਆਏ ਸੀ, ਬੜਾ ਓਨੈਸਟ ਤੇ ਸਖ਼ਤ ਅਫਸਰ। ਉਹਨਾਂ ਨੇ ਆਪਣੀ ਜਾਂਚ ਪੜਤਾਲ ਦੇ ਵਿੱਚ ਵਿਕਰਮ ਮਜੀਠੀਆ ਦਾ ਨਾਮ ਪੇਸ਼ ਕੀਤਾ, ਆਪਣੀ ਜਾਂਚ ਦੇ ਵਿੱਚ ਲੈ ਕੇ ਆਏ। ਉਹ ਕਿਸੇ ਨੇ ਨਹੀਂ ਪੜ੍ਹੀ, ਉਹ ਰਿਪੋਰਟ ਲੀਕ ਨਹੀਂ ਹੋਈ, ਉਹ ਰਿਪੋਰਟ ਮੈਂ ਨਹੀਂ ਪੜ੍ਹੀ, ਤੁਸੀਂ ਲੀਕ ਨਹੀਂ ਕੀਤੀ ਮੀਡੀਆ ਨੇ, ਉਹ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਸੀਨੀਅਰ ਕੈਬਨਿਟ ਵਜ਼ੀਰ ਨੇ ਮੀਡੀਆ ਨੂੰ ਦਿੱਤੀ, ਜਿਹਦੇ ਵਿੱਚ ਵਿਕਰਮ ਮਜੀਠੀਆ ਦਾ ਨਾਮ ਬੋਲਦਾ। ਤੇ ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ ਤੇ ਕੈਪਟਨ ਸਾਹਿਬ ਕੀ ਕਹਿ ਰਹੇ, ਪੰਜਾਬ ਦਾ ਨਸ਼ੇ ਦੇ ਵਿੱਚੋਂ ਲੱਕ ਤੋੜਤਾ ਸੀ, ਨਸ਼ਾ ਪਾਈਪ ਲਾਈਨ ਤੋੜਤੀ ਆ। ਚਿੱਟੇ ਦੇ ਵੱਡੇ ਤਸਕਰਾਂ ਨੂੰ ਐਸ ਟੀ ਐਫ ਦੇ ਵਿੱਚ ਆਏ ਨਾਵਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਜਿੰਨੀ ਦੇਰ ਤੱਕ ਕਾਰਵਾਈ ਨਹੀਂ ਕਰਦੇ ਆ, ਸਾਡੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਚਿੱਟੇ ਦੇ ਨਾਲ ਉਨੀ ਦੇਰ ਜਾਰੀ ਰਹਿਣ। ਸ਼ਰਮ ਆਉਣੀ ਚਾਹੀਦੀ ਉਹਨਾਂ ਦੋਸਤ ਜਿਹੜੇ ਨੌਜਵਾਨ ਉਸ ਰੈਲੀ ਦੇ ਵਿੱਚ ਜਾਣਗੇ, ਬਾਈਕਾਟ ਕਰ ਦੇਣ ਵੀ ਨਹੀਂ ਜਾਣਾ, ਜਿਹੜੇ ਲੋਕਾਂ ਨੇ ਪੰਜਾਬ ਦੀ ਧਰਤੀ ਤੇ ਚਿੱਟੇ ਦੇ ਗੰਧ ਦਾ ਬੂਟਾ ਲਾਇਆ, ਉਹਨਾਂ ਦਾ ਅੱਜ ਸਮਾਜਿਕ ਬਾਈਕਾਟ। ਚੋਣ ਜ਼ਾਬਤੇ ਸ਼ਿਕਾਇਤ ਕਰੂੰਗਾ, ਚੋਣ ਜ਼ਾਬਤਾ ਲੱਗ ਗਿਆ। ਯੈਸ, ਮੈਂ ਇਲੈਕਸ਼ਨ ਕਮਿਸ਼ਨਰ ਨਾਲ ਵੀ ਗੱਲ ਕਰੂੰਗਾ। ਇਹ ਚੋਣ ਹੈਗੀ ਆ, ਚੋਣਾਂ ਦੇ ਵਿੱਚ ਚਿੱਟੇ ਦਾ ਨਸ਼ਿਆਂ ਦਾ ਪ੍ਰਚਲਨ ਬਹੁਤ ਗੰਭੀਰ ਵਿਸ਼ਾ ਹੈ, ਮੈਂ ਇਲੈਕਸ਼ਨ ਕਮਿਸ਼ਨਰ ਨਾਲ ਵੀ ਗੱਲ ਕਰੂੰਗਾ। ਸਟੇਟ ਇਲੈਕਸ਼ਨ ਕਮਿਸ਼ਨਰ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਦਿੱਲੀ ਜਿਹੜਾ ਸਾਡਾ ਈ ਸੀ ਆਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹਨਾਂ ਨਾਲ ਵੀ ਗੱਲ ਕਰੂੰਗਾ। ਮੈਂ ਡੀ ਜੀ ਪੀ ਨਾਲ ਤੁਹਾਡੇ ਸਾਹਮਣੇ ਹੁਣੇ ਟੈਲੀਫੋਨ ਦੇ ਉੱਤੇ ਗੱਲ ਕਰਦਾ, ਉਹਨਾਂ ਨੂੰ ਦੱਸਦਾ, ਤੇ ਐਸ ਟੀ ਐਫ ਚੀਫ ਨਾਲ ਵੀ ਗੱਲ ਕਰਦਾ। ਨਵੇਂ ਮੈਡਮ ਆਏ, ਉਹਨਾਂ ਦਾ ਜੇ ਨੰਬਰ ਮਿਲ ਗਿਆ ਉਹਨਾਂ ਨਾਲ ਵੀ ਇਹ ਸਾਰਾ, ਤਾਂ ਕਿ ਪੰਜਾਬ ਦੇ ਅੰਦਰ ਯਾਰ ਕਿੰਨੀ ਦੇਰ ਤੱਕ ਅਸੀਂ ਇਹਨਾਂ ਦੇ ਹੱਥਾਂ ਦੇ ਵਿੱਚ ਬੇਵਸ ਤੇ ਆਪਣੇ ਆਪ ਨੂੰ ਮਜਬੂਰ ਕਰਾਂਗੇ, ਉੱਠਣਾ ਪੈਣਾ ਸਾਰਿਆਂ ਨੂੰ। ਆ ਦੋਸਤ ਸਾਰੇ ਜਿਹੜੇ ਆ ਪੂਰੀ ਦੁਨੀਆਂ 'ਚ ਵਸਦੇ ਪੰਜਾਬੀ ਸੁਣ ਰਹੇ ਆ, ਦੇਖ ਰਹੇ ਆ। ਦਿਨਕਰ ਗੁਪਤਾ ਜੀ, ਕਿੰਨੀਆਂ ਪੂੜੀਆਂ ਫੜੀਆਂ, ਕਿੰਨੀਆਂ ਖਰੀਦੀਆਂ ਤੁਸੀਂ, ਕਿੰਨੀਆਂ? ਚਾਰ ਚਾਰ ਜੀ, ਦੋ ਵਾਰੀ ਮੁੰਡਾ ਭੇਜਿਆ। ਹੋਰ ਸੁਣੋ, ਤੁਸੀਂ ਲਾਈਵ ਦੇਖਿਓ, ਪਹਿਲਾਂ ਦੋ ਪੁੜੀਆਂ ਲੈ ਕੇ ਆਇਆ ਮੈਂ, ਉਹਨੂੰ ਜਦੋਂ ਖਰੀਦ ਕੇ ਲਾਈਵ ਵਾਪਸ ਆ ਗਿਆ ਸੀ, ਉਹਨੂੰ ਕਾਲ ਕੀਤਾ ਵੀ ਇੱਕ ਵਾਰੀ ਫੇਰ ਜਾ ਦੁਬਾਰਾ,
ਫਿਰ ਲੈ ਕੇ ਆ ਤੇ ਉਹ ਕਹਿ ਰਿਹਾ ਵੀ ਪਿਛਲੀ ਵਾਰੀ ਮੈਂ ਚਿੱਟਾ ਲੈ ਕੇ ਗਿਆ ਸੀ ਯਾਰ ਬਾਲਾ ਵਧੀਆ ਨਹੀਂ ਸੀ ਗੱਲ ਨਹੀਂ ਬਣੀ ਉਹ ਕਹਿੰਦੇ ਐਤਕੀ ਬੜਾ ਪਿਓਰ ਆਇਆ ਹੈ ਕੀ ਰੇਟ ਮਿਲਿਆ ਜੀ 300 ਰੁਪਏ ਦੀ ਇੱਕ ਪੁੜੀ ਦੇਖੋ ਤੁਸੀਂ ਹੈ ਕਿੰਨਾ ਗਾ ਮੇਰਾ ਖਿਆਲ ਹੁਣ ਮੈਂ ਤਾਂ ਪਤਾ ਨਹੀਂ ਕੋਈ ਨਸ਼ਾ ਕਰਨ ਵਾਲਾ ਦੱਸ ਸਕਦਾ ਵੀ ਆਹ ਇੱਕ ਵਾਰੀ ਚ ਲਿਆ ਜਾ ਸਕਦਾ ਜਾਂ ਦੋ ਵਾਰੀਆਂ ਦਾ ਹੈਗਾ ਇਹ ਕਿੰਨਾ ਆ ਇਹ 300 ਰੁਪਏ ਦੀ ਇੱਕ ਛੋਟਾ ਜਿਹਾ ਦੇਖੋ ਤੁਸੀਂ ਮਤਲਬ ਬੜੀ ਛੋਟੀ ਹੈਗੀ ਆ ਪੁੜੀ 300 ਰੁਪਏ ਦੀ ਇੱਕ ਪੁੜੀ ਤਿੰਨ ਚਾਰ ਪੁੜੀਆਂ ਪੜੀ ਚਾਰ ਜੀ ਜਿਨ੍ਹਾਂ ਵੱਲੋਂ ਚਿੱਟਾ ਖਰੀਦਿਆ ਗਿਆ ਤੇ ਹੁਣ ਇਸ ਸਮੇਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਫੇਸਬੁੱਕ ਤੇ ਲਾਈਵ ਨੇ ਤੇ ਲਾਈਵ ਹੀ ਉਹਨਾਂ ਵੱਲੋਂ ਇਹ ਜਿਹੜਾ ਚਿੱਟਾ ਖਰੀਦਿਆ ਗਿਆ ਸਾਡੇ ਨਾਲ ਮੌਜੂਦ ਨੇ ਸਿਮਰਜੀਤ ਸਿੰਘ ਬੈਂਸ ਬੈਂਸ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਕਾਰਵਾਈ ਹੈ ਕਿਸ ਮਕਸਦ ਨਾਲ ਕੀਤੀ ਗਈ ਹੈ ਸੋ ਪੁਲਿਸ ਕੰਮ ਨਾ ਕਰੇ ਪੁਲਿਸ ਨਸ਼ੇ ਦੇ ਤਸਕਰਾਂ ਨੂੰ ਫੜੇ ਨਾ ਕਾਰਵਾਈ ਨਾ ਕਰੇ ਰੋਜ਼ ਅਖਬਾਰਾਂ ਦੇ ਵਿੱਚ ਫੋਟੋਆਂ ਨਸ਼ੇ ਦੇ ਨਾਲ ਮੌਤਾਂ ਨੌਜਵਾਨਾਂ ਦੀਆਂ ਫੋਟੋਆਂ ਮਨ ਰੋਂਦਾ ਉਹ ਭੈਣ ਉਹ ਮਾਂ ਉਹ ਭਰਾ ਉਹ ਪਿਓ ਜਿਹਨਾਂ ਦੇ ਪੁੱਤ ਤੇ ਭਰਾ ਨਸ਼ੇ ਦੇ ਦੈਨ ਦੇ ਮੂੰਹ ਤੇ ਜਾਂਦੇ ਆ ਜਿਸ ਤਨ ਲੱਗ ਗਿਆ ਸੋ ਹੀ ਜਾਣੇ ਜਿਹੜੇ ਘਰ ਦੇ ਵਿੱਚ ਬਿਪਤਾ ਆਉਂਦੀ ਹੈ ਨਾ ਉਹਨਾਂ ਨੂੰ ਪਤਾ ਆਪਣੇ ਵਾਸਤੇ ਤਾਂ ਇਹ ਹੋ ਸਕਦਾ ਕੋਈ ਮਜ਼ਾਕ ਲੋਕਾਂ ਵਾਸਤੇ ਹੋਵੇ ਪਰ ਇਹ ਮਜ਼ਾਕ ਨਹੀਂ ਅੱਜ ਮਜਬੂਰੀ ਬਸ ਜਾਣਾ ਪਿਆ ਮਜਬੂਰੀ ਬਸ ਜਾ ਕੇ ਅਸੀਂ ਲਾਈਵ ਜਿਵੇਂ ਸਬਜ਼ੀ ਮੰਡੀ ਦੇ ਵਿੱਚੋਂ ਆਲੂਆਂ ਦੀ ਰੇਹੜੀ ਦੇ ਉੱਤੋਂ ਆਲੂ ਵਿਕਦੇ ਆ ਨਾ ਲਾਈਵ ਚਿੱਟਾ ਖਰੀਦ ਕੇ ਲੈ ਕੇ ਆਏ ਆ ਲਾਈਵ ਵਿਕ ਰਿਹਾ ਦਿਖਾਇਆ ਉੱਥੇ ਲਾਈਵ ਦੋ ਪੁੜੀਆਂ ਪਹਿਲਾਂ ਖਰੀਦੀਆਂ ਫਿਰ ਉਹਨੂੰ ਕਾਲ ਕੀਤੀ ਵੀ ਇੱਕ ਵਾਰੀ ਦੁਬਾਰਾ ਆ ਜਾ ਤੁਸੀਂ ਲਾਈਵ ਦੇਖ ਸਕਦੇ ਹੋ ਮੇਰਾ ਖਿਆਲ 9:46 ਦੀ ਇੰਸੀਡੈਂਟ ਹੈਗਾ ਹਜੇ ਤੱਕ ਕਿਸੇ ਵੀ ਅਧਿਕਾਰੀ ਦਾ ਇਸ ਇਸ਼ੂ ਦੇ ਉੱਤੇ ਨਾ ਆਉਣਾ ਚੌਂਕੀ ਇੰਚਾਰਜ ਥਾਣਾ ਇੰਚਾਰਜ ਉਸ ਏਰੀਏ ਦੇ DSP SP ਕਮਿਸ਼ਨਰ ਕੋਈ ਵੀ ਹਜੇ ਤੱਕ ਪਹੁੰਚਿਆ ਨਹੀਂ ਆ ਕੈਪਟਨ ਅਮਰਿੰਦਰ ਸਿੰਘ ਬੜੇ ਦੰਗਜੇ ਭਰਦੇ ਹੋਏ ਕਹਿੰਦੇ ਆ ਵੀ ਲੱਕ ਤੋੜਤਾ ਅਸੀਂ ਨਸ਼ੇ ਦਾ ਜੇ ਲੱਕ ਤੋੜਤਾ ਤੇ ਫਿਰ ਆ ਕਿੱਥੋਂ ਆਈ ਜਾਂਦਾ ਇਹ ਮੈਂ ਇਸ ਕਰਕੇ ਆਇਆ ਵੀ ਅੱਧਾ ਇਹਦੇ 'ਚ ਮੈਂ ਕਮਿਸ਼ਨਰ ਪੁਲਿਸ ਨੂੰ ਦੇ ਦੇਣਾ ਇਹ ਟੈਸਟ ਕਰਾਉਣਗੇ ਅੱਧਾ ਮੈਂ ਆਪ ਲੈ ਕੇ ਜਾਣਾ ਤੁਹਾਡੀ ਹਾਜ਼ਰੀ ਦੇ ਵਿੱਚ ਇਹਦਾ ਮੈਂ ਵੀ ਟੈਸਟ ਕਰਾਊਂਗਾ ਤਾਂ ਜੋ ਅਸੀਂ ਤੁਲਨਾ ਕਰ ਸਕੀਏ ਵੀ ਇਹਨਾਂ ਦੀ ਰਿਪੋਰਟ ਤੇ ਜਿਹੜੀ ਅਸੀਂ ਪ੍ਰਾਈਵੇਟ ਤੌਰ ਤੇ ਰਿਪੋਰਟ ਕਰਾਈ ਉਹਦੇ 'ਚ ਕੋਈ ਫਰਕ ਤਾਂ ਨਹੀਂ ਹੈਗਾ ਮੈਂ ਉੱਥੋਂ ਇਹ ਨਸ਼ੇ ਦੀਆਂ ਪੁੜੀਆਂ ਖਰੀਦੀਆਂ ਖਰੀਦਣ ਤੋਂ ਬਾਅਦ ਇਸੇ ਤਰੀਕੇ ਕੈਮਰੇ ਦੇ ਅੱਗੇ ਲਾਈਵ ਆ ਤਾਂ ਜੋ ਇਹ ਕੋਈ ਬਹਾਨਾ ਨਾ ਕਰ ਸਕਣ ਪੁਲਸੀਏ ਬਹਾਨਾ ਨਾ ਕਰ ਸਕਣ ਵੀ ਬੈਂਸ ਨੇ ਤੇ ਕੋਈ ਮਿਕਸਿੰਗ ਕਰਤੀ ਉਹ ਇਹਨਾਂ ਦੇ ਜਿਹੜਾ ਮੈਨੂੰ ਪਤਾ ਸੀ ਮੇਰੇ ਮਨ ਦਾ ਖਦਸ਼ਾ ਸੀ ਇਸੇ ਕਰਕੇ ਮੈਂ ਸਾਰਾ ਲਾਈਵ ਇੱਥੇ ਤੱਕ ਲੈ ਕੇ ਆਇਆ ਇੱਥੇ ਵੀ ਆਏ ਨੂੰ ਮੇਰਾ ਖਿਆਲ 15-20 ਮਿੰਟ ਤੋਂ ਜ਼ਿਆਦਾ ਦਾ ਵਖਵਾ ਹੋ ਗਿਆ ਤੇ ਕਮਿਸ਼ਨਰ ਤੇ ਪੁਲਿਸ ਦੀ ਸੰਜੀਦਗੀ ਚਿੱਟਾ ਖਤਮ ਕਰਨ ਪ੍ਰਤੀ ਪੁਲਿਸ ਦੀ ਸੰਜੀਦਗੀ ਸਾਫ਼ ਝਲਕ ਆ ਰਹੀ ਹੈ ਕਿ ਪੁਲਿਸ ਸੰਜੀਦਾ ਨਹੀਂ ਮੈਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕਰੂੰਗਾ ਕਿਉਂਕਿ ਇਲੈਕਸ਼ਨ ਕੋਡ ਅਨਾਊਂਸ ਹੋ ਗਿਆ ਹੋਇਆ ਵੋਟਾਂ ਦੇ ਵਿੱਚ ਇਹ ਲੋਕ ਨਸ਼ੇ ਵੰਡ ਕੇ ਵੋਟਾਂ ਲੈਣ ਦਾ ਪ੍ਰਚਲਨ ਆ ਪੰਜਾਬ ਦੇ ਅੰਦਰ ਬੜਾ ਸੀਰੀਅਸ ਇਸ਼ੂ ਆ ਸੋ ਮੈਂ ਇਹ ਗੱਲ ਛੱਡਣ ਵਾਲਾ ਨਹੀਂ ਕੈਪਟਨ ਅਮਰਿੰਦਰ DGP ਇਲੈਕਸ਼ਨ ਕਮਿਸ਼ਨ ਸਾਰਿਆਂ ਨੂੰ ਖਾਸ ਕਰਕੇ ਪੰਜਾਬ ਦੇ ਆਵਾਮ ਨੂੰ ਕਿ ਖੜੇ ਹੋਵੋ ਉੱਠ ਕੇ ਬੈਂਸ ਸਾਹਿਬ ਪਿਛਲੀ ਸਰਕਾਰ ਦੇ ਵਿੱਚ ਵੀ ਚਿੱਟੇ ਦੀ ਨੂੰ ਲੈ ਕੇ ਕਾਫੀ ਓਬਜੈਕਸ਼ਨ ਚੱਕੀ ਜਾਂਦੀ ਰਹੀ ਹੈ ਸਰਕਾਰ ਬਦਲ ਗਈ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਚਿੱਟੇ ਦਾ ਜਿਹੜਾ ਪ੍ਰਚਲਨ ਹੈ ਚਿੱਟੇ ਦੀ ਜਿਹੜੀ ਵਿਕਰੀ ਆ ਉਸ ਤਰ੍ਹਾਂ ਹੀ ਚੱਲ ਰਹੀ ਹੈ ਬਿਲਕੁਲ ਉਸੇ ਤਰ੍ਹਾਂ ਚੱਲ ਰਹੀ ਆ ਇਹ ਜ਼ਰੂਰ ਆ ਵੀ ਚਿੱਟਾ ਥੋੜਾ ਰੇਟ ਤੋਂ ਮਹਿੰਗਾ ਹੋ ਗਿਆ ਅੱਜ ਵੀ ਚਿੱਟਾ ਉਸੇ ਤਰੀਕੇ ਵਿਕ ਰਿਹਾ ਅੱਜ ਤਾਂ ਮੈਂ ਲਾਈਵ ਪੂਰੇ ਦੁਨੀਆਂ 'ਚ ਵਸਦੇ ਪੰਜਾਬੀਆਂ ਨੂੰ ਲਾਈਵ ਦਿਖਾਤਾ ਕਿ ਲੁਧਿਆਣਾ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਚੱਪੇ ਚੱਪੇ 'ਤੇ ਪੁਲਸੀਆ ਖੜਾ ਜਿੱਥੇ ਫਰਲਾਂਗ ਦੇ ਉੱਤੇ ਚੌਂਕੀ 'ਤੇ ਥਾਣਾ ਉੱਥੇ ਚਿੱਟਾ ਸ਼ਰੇਆਮ ਵਿਕ ਰਿਹਾ ਅੱਜ ਵੀ ਪੰਜਾਬ ਦੇ ਅੰਦਰ ਚਿੱਟਾ ਉਸੇ ਤਰੀਕੇ ਵਿਕ ਰਿਹਾ ਜੇ ਚਿੱਟਾ ਨਾ ਵਿਕੇ ਅਖਬਾਰਾਂ ਦੇ ਵਿੱਚ ਮੀਡੀਆ ਦੇ ਉੱਤੇ ਚਿੱਟੇ ਦੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਫੋਟੋਆਂ ਨਾ ਆਉਣ ਕਦੇ ਵੀ
ਕੈਪਟਨ ਅਮਰਿੰਦਰ ਸਿੰਘ ਜਿਹੜੇ ਕਹਿੰਦੇ ਆ ਪੰਜਾਬ ਦੇ ਵਿੱਚ ਚਿੱਟਾ ਹੈ ਨਹੀਂ ਮਗਰਮੱਛ ਅਸੀਂ ਫੜ ਲਏ, ਐਸਟੀਐਫ ਦੀ ਰਿਪੋਰਟ ਦੇ ਵਿੱਚ ਆਇਆ ਮਗਰਮੱਛ ਦਾ ਨਾਮ, ਉਹ ਕਦੋਂ ਫੜਨਾ? ਵਿਕਰਮ ਮਜੀਠੀਆ, ਮੈਂ ਤਾਂ ਨਹੀਂ ਕਿਹਾ, ਉਹ ਕੈਬਨਿਟ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੈਬਨਿਟ ਵਜ਼ੀਰ ਨੇ ਤੁਹਾਡੇ ਮੀਡੀਆ ਦੇ ਸਾਹਮਣੇ ਰਿਪੋਰਟ ਪੜ੍ਹ ਕੇ ਦੱਸੀ ਹੈ, ਤੇ ਅੱਜ ਉਹਨੂੰ ਫੜਨ ਦੇ ਵਿੱਚ ਪਰੇਸ਼ਾਨੀ ਕੀ ਹੈ? ਕੈਪਟਨ ਅਮਰਿੰਦਰ ਸਿੰਘ ਨਸ਼ੇ ਦੇ ਆਦੀਆਂ ਨੂੰ ਕੈਪਟਨ ਅਮਰਿੰਦਰ ਦੀ ਪੁਲਿਸ ਅੱਧੇ ਗ੍ਰਾਮ ਤੇ ਇੱਕ ਗ੍ਰਾਮ ਵਾਲਿਆਂ ਨੂੰ ਖਾਨਾ ਪੂਰਤੀ ਕਰਕੇ ਫੜਦੀ ਹੈ, ਅਖਬਾਰਾਂ ਦੇ ਵਿੱਚ ਦੱਸਣ ਲਈ ਵੀ ਇੰਨੇ ਫੜ ਲਏ, ਉਹ ਨਸ਼ੇ ਵੇਚਣ ਵਾਲੇ ਨਹੀਂ, ਉਹ ਆਦੀ ਹੈਗੇ ਆ, ਉਹਨਾਂ ਨੂੰ ਹਮਦਰਦੀ ਦੀ ਲੋੜ ਹੈ, ਉਹਨਾਂ ਨੂੰ ਡੀ ਐਡਿਕਸ਼ਨ ਦੀ ਜ਼ਰੂਰਤ ਹੈ, ਉਹਨਾਂ ਨੂੰ ਨਸ਼ਾ ਮੁਕਤ ਕੇਂਦਰਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਆਮ ਜ਼ਿੰਦਗੀ ਦੇ ਵਿੱਚ ਲਿਆਉਣ ਦੀ ਜ਼ਰੂਰਤ ਹੈ, ਐਫ ਆਈ ਆਰਾਂ ਦੀ ਨਹੀਂ, ਐਫ ਆਈ ਆਰ ਤਾਂ ਉਹਨਾਂ ਦੇ ਉੱਤੇ ਹੈ। ਵੱਡੇ ਮਗਰਮੱਛਾਂ ਦੀ ਗੱਲ ਕੀਤੀ ਤੁਸੀਂ, ਵਿਕਰਮ ਮਜੀਠੀਆ ਦਾ ਨਾਮ ਲਿੱਤਾ, ਵਿਕਰਮ ਮਜੀਠੀਆ ਦੀ ਅੱਜ ਵੱਡੀ ਰੈਲੀ ਤੁਹਾਡੇ ਹਲਕੇ ਦੇ ਵਿੱਚ ਹੋਣ ਜਾ ਰਹੀ ਆ, ਕੀ ਕਹਿਣਾ ਚਾਹੋਗੇ? ਸੋ ਮੇਰੇ ਹਲਕੇ 'ਚ ਕਰੇ, ਕਿਸੇ 'ਚ ਕਰੇ, ਹਰੇਕ ਬੰਦੇ ਦਾ ਅਧਿਕਾਰ ਹੈਗਾ, ਪਰ ਮੈਂ ਇਹ ਕਹੂੰਗਾ ਜਿਹੜੇ ਲੋਕਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਚਿੱਟੇ ਦੇ ਗੰਦ ਦਾ ਬੂਟਾ ਲਾਇਆ, ਉਹਨਾਂ ਦੇ ਸਮਾਜਿਕ ਬਾਈਕਾਟ ਦੀ ਜ਼ਰੂਰਤ ਅੱਜ ਪੰਜਾਬੀਆਂ ਨੂੰ। ਤੇ ਹੁਣ ਅੱਜ ਜਿਹੜਾ ਤੁਸੀਂ ਅੱਜ ਆਪਰੇਸ਼ਨ ਕੀਤਾ ਵਾ ਸਾਰਾ, ਇਹ ਕਿੰਨਾ ਚਿੱਟਾ ਖਰੀਦਿਆ ਤੇ ਕੀ ਰੇਟ ਮਿਲਿਆ ਤੁਹਾਨੂੰ? ਇਹ ਅਸੀਂ ਪਹਿਲਾਂ ਮੁੰਡਾ ਗਿਆ, ਤੁਸੀਂ ਲਾਈਵ ਦੇਖਿਓ ਮੇਰੇ ਪੇਜ ਦੇ ਉੱਤੇ ਹੈਗਾ, ਇਹਦੇ 'ਚ ਪਹਿਲਾਂ ਦੋ ਪੁੜੀਆਂ ਖਰੀਦੀਆਂ, 300 ਰੁਪਈਏ ਦੀ ਇੱਕ ਪੁੜੀ ਆ, ਬੜਾ ਬੜਾ ਥੋੜ੍ਹੀ ਜਿਹੀ ਮਾਤਰਾ ਦੇ ਵਿੱਚ ਹੈਗਾ ਇਹ 300 ਰੁਪਈਏ ਦਾ। ਇਹ ਨਹੀਂ ਪਤਾ ਵੀ ਹੁਣ ਇੱਕ ਵਾਰੀ ਦੀ ਡੋਜ਼ ਆ ਜਾਂ ਦੋ ਵਾਰੀ ਦੀ ਡੋਜ਼ ਆ, ਇਹ ਤਾਂ ਜਿਹੜੇ ਲੋਕ ਚਿੱਟੇ ਦਾ ਸੇਵਨ ਕਰਦੇ ਆ ਨਸ਼ੇ ਦਾ, ਉਹ ਹੀ ਦੱਸ ਸਕਦੇ ਆ। ਫਿਰ ਮੈਂ ਉਹਨੂੰ ਦੁਬਾਰਾ ਕਾਲ ਕੀਤੀ ਵੀ ਇੱਕ ਵਾਰੀ ਫਿਰ ਜਾ ਦੁਬਾਰਾ, ਉਹ ਫਿਰ ਵਾਪਸ ਗਿਆ ਲਾਈਵ, ਉਹਦੇ ਅਸੀਂ ਸੀਕ੍ਰੇਟ ਤਰੀਕੇ ਦੇ ਨਾਲ ਮੋਬਾਈਲ ਜੇਬ 'ਚ ਪਾਇਆ ਲਾਈਵ, ਉਹ ਦੁਬਾਰਾ ਫਿਰ ਖਰੀਦਣ ਗਿਆ ਵੀ ਯਾਰ ਪਿਛਲੀ ਵਾਰੀ ਮੈਂ ਖਰੀਦ ਲੈ ਕੇ ਗਿਆ ਤੇ ਉਹ 'ਚ ਬੜਾ ਅਸਰ ਹੈ ਨਹੀਂ, ਕਹਿੰਦੇ ਅੱਜ ਬੜਾ ਪਿਓਰ ਆ। 300 ਰੁਪਈਏ ਦੀ ਇੱਕ ਪੁੜੀ ਸ਼ਰੇਆਮ, ਉਹ ਮੁੰਡਾ ਕੋਈ ਨਸ਼ੇ ਦਾ ਆਦੀ ਨਹੀਂ ਜਿਹਨੂੰ ਭੇਜਿਆ, ਆਮ ਦੇਸੀ ਜਿਹਾ ਬਣ ਕੇ ਗਿਆ, ਉਹ ਲੁੱਕ ਵਾਈਜ਼ ਵੀ ਜਿੱਦਾਂ ਦੇਖਣ ਨੂੰ ਨਸ਼ੇੜੀ ਲੱਗੇ, ਨਸ਼ੇ ਦਾ ਆਦੀ ਲੱਗੇ, ਉਹ ਗਿਆ ਤੇ ਲੈ ਕੇ ਆ ਗਿਆ, ਦੋ ਵਾਰੀ ਗਿਆ ਲੈਣ। ਹੁਣ ਇਹ ਸਾਰੇ ਸਟ੍ਰਿੰਗ ਦੀ ਤੁਸੀਂ ਜਿਹੜੇ ਆਪਰੇਸ਼ਨ ਕੀਤਾ ਵਾ, ਇਸ ਦੀ ਸ਼ਿਕਾਇਤ ਕਿੱਥੇ ਕਰੋਗੇ ਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ? ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਕਿਉਂਕਿ ਇਲੈਕਸ਼ਨ ਕੋਡ ਲੱਗ ਚੁੱਕਿਆ, ਡੀਜੀਪੀ ਸਾਹਿਬ ਨੂੰ ਮੈਂ ਕਾਲ ਕਰ ਹਟਿਆ, ਦਿਨਕਰ ਗੁਪਤਾ ਜੀ ਨੇ ਫੋਨ ਅਟੈਂਡ ਨਹੀਂ ਕੀਤਾ, ਸ਼ਾਇਦ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚ ਗਈ, ਉਹ ਕਹਿੰਦੇ ਹੋਣਗੇ ਜ਼ਰੂਰੀ ਸਵਾਲਾਂ ਦੇ ਘੇਰੇ 'ਚ ਆਉਣਾ। ਇਹ ਯਾਰ ਪੁਲਿਸੀ ਆਪਣੇ ਆਪ ਨੂੰ ਧਰਤੀ ਦੇ ਰੱਬ ਸਮਝਣ ਲੱਗ ਗਏ, ਆਪਣੀ ਡਿਊਟੀ ਕਿਉਂ ਨਹੀਂ ਕਰਦੇ? ਆਪਣੀ ਡਿਊਟੀ 'ਤੇ ਹੁਣ ਸਾਨੂੰ ਕੀ ਲੋੜ ਪਈ ਆ ਕਿ ਅਸੀਂ ਜਾ ਕੇ ਚਿੱਟਾ ਖਰੀਦ ਕੇ ਲਿਆਈਏ, ਤੁਹਾਨੂੰ ਬੁਲਾਈਏ ਅਸੀਂ ਇੱਥੇ ਸਾਰਿਆਂ ਨੂੰ, ਸਾਨੂੰ ਕੀ ਲੋੜ ਆ? ਇਹ ਆਪਣੀ ਡਿਊਟੀ, ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਡੀ ਜੀ ਪੀ ਔਰ ਮੀਡੀਆ ਜਿਹੜੀ ਹੈ ਲੋਕਾਂ ਦੀ ਕਚਹਿਰੀ ਦੇ ਵਿੱਚ, ਤਾਂ ਜੋ ਲੋਕ ਜਾਗਰੂਕ ਹੋਣ ਚਿੱਟੇ ਵੇਚਣ ਵਾਲੇ ਲੋਕਾਂ ਦੇ ਖਿਲਾਫ। ਦੋਸਤੋ ਮੇਰੀ ਗੱਲ ਸੁਣੋ, ਇਨਫੋਰਮੇਸ਼ਨ ਆਈ ਆ ਉਸ ਇਲਾਕੇ ਤੋਂ ਜਿੱਥੋਂ ਅਸੀਂ ਇਹ ਚੀਮਾ ਚੌਂਕ ਦੇ ਨੇੜਿਓਂ ਚਿੱਟਾ ਖਰੀਦ ਕੇ ਲੈ ਕੇ ਆਏ ਆ, ਹਜੇ ਵੀ ਉੱਥੇ ਚਿੱਟਾ ਵਿਕ ਰਿਹਾ, ਮਤਲਬ ਕਿ ਹਜੇ ਵੀ ਚਿੱਟਾ ਵਿਕ ਰਿਹਾ, ਹਜੇ ਵੀ ਪੁਲਿਸ ਉੱਥੇ ਪਹੁੰਚੀ ਨਹੀਂ। ਇੰਨੀ ਕੁ ਪੁਲਿਸ ਮੁਸਤੈਦ ਹੈਗੀ ਆ, ਇੰਨੀ ਕੁ ਪੁਲਿਸ ਗੰਭੀਰ ਤੇ ਸੰਜੀਦਾ ਚਿੱਟਾ ਤਸਕਰਾਂ ਦੇ ਵਿਰੁੱਧ, ਤੁਸੀਂ ਹੁਣ ਸੰਜੀਦਗੀ ਦਾ ਅੰਦਾਜ਼ਾ ਲਾ ਸਕਦੇ ਹੋ, ਜਿੱਥੋਂ ਅਸੀਂ ਚਿੱਟਾ ਖਰੀਦ ਕੇ ਲੈ ਕੇ ਆਏ ਆ ਨਾ, ਉੱਥੇ ਚਿੱਟਾ ਹਜੇ ਵੀ ਵਿਕ ਰਿਹਾ, ਹਜੇ ਵੀ ਵਿਕ ਰਿਹਾ, ਕੋਈ ਉੱਥੇ ਮਤਲਬ ਕਿ ਪੁਲਿਸ ਨਹੀਂ ਪਹੁੰਚੀ ਹਜੇ ਵੀ। ਹਾਂ ਬਹਿ ਬੂ, ਮੱਥਾ ਮੁੱਥਾ ਟੇਕ ਲੈਣ ਦੀ ਉਹਨਾਂ ਨੂੰ, ਹਾਂ ਕਰਦੇ ਆ, ਮੈਂ ਲਾਈਵ ਲੈ ਆਉਣਾ, ਕੈਮਰਾ ਮੇਰੇ ਹੱਥ 'ਚ ਹੀ ਆ। ਹਾਂ
ਦੇਖਣਾ ਉਧਰ ਵੀ ਅੱਜ ਫੜ ਦੇ ਨਹੀਂ ਬੈਬੂ ਲੈਣ ਦੋ ਉਹਨੂੰ ਕੋਈ ਪਾਵਰ ਬੈਂਕ ਉਹਨੂੰ ਪੁੱਛੀ ਨਹੀਂ ਦੁਬਾਰਾ ਜਾ ਕਰੀ ਫੇਰ ਖਰੀਦਣ ਉਹ ਚਲਾ ਗਿਆ ਜੀ ਬਾਡੀ ਵਾਲੇ ਭੇਜੇ ਸੀ ਹੈ ਬਾਡੀ ਵਾਲੇ ਤਾਂ ਉਹਨੂੰ ਖਰੀਦ ਲਿਆ ਇੱਕ ਵਾਰੀ ਫੇਰ ਪੂਰੀ ਲਾਈਵ ਮਾੜਾ ਜਿਹਾ ਕੈਮਰਾ ਮਾਰ ਕੇ ਆ ਗਿਆ ਇੱਦੀ ਗੱਲ ਗੱਡੀ ਅੱਗੇ ਕਰ ਬਈ ਗੱਡੀ ਉੱਥੇ ਕਰ ਫਿਰ ਉੱਥੇ ਉੱਤਰ ਜਾਂਦਾ ਜ਼ਰੂਰੀ ਲੈ ਮੈਨੂੰ ਫੜਾ ਦੇ ਇੱਥੇ ਸਹੀ ਹੈ ਲਾਈਟ ਬਹੁਤ ਪ੍ਰੋਪਰ ਹੈ ਫਟਕੇ ਰੱਖ ਕੇ ਲਾਈਟ ਬੜੀ ਆ ਮਠਾੜੂ ਸਾਹਿਬ ਇੱਥੇ ਆਹੋ ਇੱਥੇ ਆ ਜਾਓ ਫਿਰ ਰਜਿੰਦਰ ਆਇਆ ਬੱਚੂ ਇੱਥੇ ਸਹੀ ਆ ਲਾਈਟ ਬਹੁਤ ਆ ਇੱਥੇ ਨੰਬਰ ਲੈ ਕੇ ਗੱਲ ਕਰਾ ਦੋ ਬਾਹਰ ਆ ਜਾਣਾ ਜੀ ਨਹੀਂ ਚੱਲਦੀ ਗੱਲ ਮੈਂ ਸਹੀ ਹੈਗਾ ਲਓ ਲਓ ਬਾਹਰ ਆ ਜਾਣਾ ਆ ਵੀ ਲਿਆਓ ਬਾਹਰ ਮੇਰੇ ਨਾਲ ਫੜ ਗਿਆ ਖਿੜਕੀ ਅੱਜ ਬਹੁਤ ਅਤਿਅੰਤ ਦੁਖੀ ਮਨ ਦੇ ਨਾਲ ਅਖਬਾਰਾਂ ਦੇ ਵਿੱਚ ਸਾਡੇ ਨੌਜਵਾਨਾਂ ਦੀਆਂ ਪੰਜਾਬ ਖਤਮ ਕਰ ਦੇਣਾ ਗੁਟਕਾ ਸਾਹਿਬ ਦੀ ਸਹੁੰ ਚੱਕ ਲਈ ਤੇ ਅੱਜ ਉਹ ਬਾਜੇ ਦਾ ਕਹਿ ਰਿਹਾ ਕਿ ਪੰਜਾਬ ਦੇ ਅੰਦਰ ਭੁੱਗ ਵਸਦੇ ਸ਼ਹਿਰ ਦੇ ਵਿੱਚੋਂ ਲਾਈਵ ਜਿਵੇਂ ਸਬਜ਼ੀ ਮੰਡੀ ਦੇ ਵਿੱਚ ਚਿੱਟਾ ਸਬਜ਼ੀ ਮੰਡੀ ਦੇ ਵਿੱਚੋਂ ਆਲੂਆਂ ਦੀ ਰੇਹੜੀ ਤੋਂ ਆਲੂ ਵਿਕਦੇ ਆ ਨਾ ਮੈਂ ਇੱਦਾਂ ਚਿੱਟਾ ਵਿਕਦਾ ਦੇਖ ਕੇ ਆਇਆ ਤੇ ਮੈਂ ਖਰੀਦ ਕੇ ਲੈ ਕੇ ਆਇਆ ਚਿੱਟਾ 300 ਰੁਪਈਏ ਦੀ
ਆ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਹੈਗਾ, ਪਤਾ ਨਹੀਂ ਇੱਕ ਵਾਰੀ ਨਸ਼ੇ ਦਾ ਆਦੀ ਲੈ ਸਕਦਾ ਜਾਂ ਦੋ ਵਾਰੀ ਲੈ ਸਕਦਾ, 300 ਰੁਪਈਏ ਦਾ। ਉਹ ਦੋਸਤ ਜਿਹੜਾ ਚਿੱਟਾ ਖਰੀਦਣ ਗਿਆ, ਮੈਂ ਇੱਕ ਉਹ ਆਈ ਡੀ ਦੇ ਉੱਤੇ ਦੋ ਜਣੇ ਲਾਈਵ ਸੀ, ਉਹ ਲਾਈਵ ਖਰੀਦ ਕੇ ਲੈ ਕੇ ਆਇਆ ਬੜਾ ਜਾਨ ਜੋਖਮ ਦੇ ਵਿੱਚ ਪਾ ਕੇ। ਇੱਕ ਵਾਰੀ ਦੋ ਕੁੜੀਆਂ ਖਰੀਦੀਆਂ, ਮੈਂ ਫਿਰ ਕਾਲ ਕੀਤੀ, ਮੈਂ ਦਲੇਰ ਫਿਰ ਯਾਦ ਦੁਬਾਰਾ ਫਿਰ ਖਰੀਦ ਕੇ ਲੈ ਕੇ ਆਇਆ। ਕਿਸੇ ਪੁਲਿਸ ਅਧਿਕਾਰੀ ਦਾ, ਕਿਸੇ ਐਸ ਐਚ ਓ ਚੌਂਕੀ ਡੀ ਐਸ ਪੀ ਐਸ ਪੀ ਪੁਲਿਸ ਕਮਿਸ਼ਨਰ ਦਾ ਇਸ ਮਸਲੇ ਦੇ ਉੱਤੇ ਤੁਸੀਂ ਤਾਂ ਪਹਿਲਾਂ ਪਹੁੰਚ ਗਏ ਅਤੇ ਪੁਲਿਸ ਸੁੱਤੀ ਪਈ ਹੈ। ਪੁਲਿਸ ਦੀ ਨੋਨ ਸੀਰੀਅਸਨੈਸ ਇਸ ਗੱਲ ਦਾ ਸੰਕੇਤ ਕਰਦੀ ਹੈ ਵੀ ਇਹ ਚਿੱਟਾ ਜਿਹੜਾ ਪੰਜਾਬੀ ਦਾ ਲੋਕ ਗੀਤ ਹੈ ਨਾ, ਚਿੱਟਾ ਬਕਾਉਂਦੀਆਂ ਸਰਕਾਰਾਂ ਤਾਂ ਹੀ ਸ਼ਰੇਆਮ ਗਏ। ਅੱਜ ਪੁਲਿਸ ਦੀ ਜਿਹੜੀ ਨਲੈਕੀ ਹੈਗੀ ਆ, ਖਾਮੋਸ਼ੀ ਹੈਗੀ ਆ, ਇਸ਼ਾਰਾ ਕਰਕੇ ਸਰਕਾਰ ਅਤੇ ਪੁਲਿਸ ਖੁਦ ਚਿੱਟਾ ਬਕਵਾ ਰਹੀ ਹੈ। ਮੈਂ ਉਸ ਇਲਾਕੇ ਦੀ ਬਹੁਤ ਵਾਰੀ ਸ਼ਿਕਾਇਤ ਕੀਤੀ ਹੈ, ਇੱਥੇ ਚਿੱਟਾ ਵਿਕ ਰਿਹਾ। ਇਹ ਕਿਹੜਾ ਇਲਾਕਾ ਸੀ, ਕਿੰਨੇ ਚੀਮਾ ਚੌਂਕ ਦੇ ਲਾਗੇ ਹੈਗਾ, ਟਰਾਂਸਪੋਰਟ ਨਗਰ ਦੇ ਨੇੜੇ, ਹੁਣ ਵੀ ਚਿੱਟਾ ਵਿਕ ਰਿਹਾ ਉੱਥੇ। ਹਜੇ ਤੱਕ ਵੀ ਕੋਈ ਪੁਲਿਸ ਅਧਿਕਾਰੀ ਉੱਥੇ ਪਹੁੰਚਿਆ ਨਹੀਂ ਗਾ, ਆ ਮੈਨੂੰ ਹੁਣੇ ਰਿਪੋਰਟ ਆਈ ਆ, ਹੁਣ ਵੀ ਵਿਕ ਰਿਹਾ ਚਿੱਟਾ ਉੱਥੇ। ਪੁਲਿਸ ਸਟੇਸ਼ਨ ਜਾਂ ਪੁਲਿਸ ਚੌਂਕੀ ਕਿੰਨੀ ਕੁ ਦੂਰ ਹੈ ਕਹਿੰਦੇ? ਗਜਾਂ ਦੇ ਉੱਤੇ ਕਹਿ ਸਕਦੇ ਹਾਂ, ਗਜਾਂ ਤੇ। ਮਤਲਬ ਯਾਰ ਉਹ ਏਰੀਆ, ਇੱਕ ਤਾਂ ਉਹ ਏਰੀਆ ਹੋ ਗਿਆ ਨਾ ਜਿੱਥੇ ਪੁਲਿਸ ਹੋਵੇ, ਥਾਣਾ ਦੂਰ ਲੁਧਿਆਣਾ, ਚੱਪੇ ਚੱਪੇ ਤੇ ਪੁਲਿਸ, ਚੱਪੇ ਚੱਪੇ ਤੇ ਚੌਂਕੀ ਤੇ ਥਾਣਾ, ਉੱਥੇ ਮੇਰੇ ਆਮ ਚਿੱਟਾ ਵਿਕਦਾ ਹੋਵੇ। ਤੇ ਅੱਜ ਮੈਂ ਪੁਲਿਸ ਦਾ ਇਸ ਕਰਕੇ ਸਾਰਾ, ਜਦੋਂ ਬੇਵਕੀ ਹੋ ਗਈ ਨਾ ਕਿ ਪੁਲਿਸ ਜਾਂਦੀ ਹੈ ਇੱਕ ਦਿਨ ਉੱਥੇ ਚਿੱਟਾ ਵਿਕਣਾ ਬੰਦ ਹੋ ਜਾਂਦਾ, ਦੂਜੇ ਦਿਨ ਫਿਰ ਸ਼ੁਰੂ ਹੋ ਜਾਂਦਾ। ਮਤਲਬ ਕਿ ਪੁਲਿਸ ਆਪਣੀ ਜੇਬ ਗਰਮ ਕਰਦੀ ਹੈ ਤੇ ਚਿੱਟਾ ਆਪਣੀ ਸਰਪ੍ਰਸਤੀ ਦੇ ਥੱਲੇ ਪਕਵਾਉਂਦੀ ਹੈ। ਅੱਜ ਪੰਜਾਬ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਮਾਡਲ ਕੋਡ ਆਫ ਕੰਡਕਟ ਜਾਰੀ ਕਰਤਾ। ਕੱਲ੍ਹ ਪੰਜਾਬ ਦੇ ਅੰਦਰ ਚਿੱਟੇ ਦੇ ਨਾਲ, ਨਸ਼ੇ ਦੇ ਨਾਲ ਵੋਟਾਂ ਖਰੀਦਣ ਦਾ ਪ੍ਰਚਲਨ ਆ ਪੰਜਾਬ ਦੀ ਧਰਤੀ ਦੇ ਉੱਤੇ, ਇਕੱਲਾ ਪੰਜਾਬ 'ਚ ਨਹੀਂ ਦੇਸ਼ ਦੇ ਵਿੱਚ ਪ੍ਰਚਲਨ। ਤੇ ਅੱਜ ਇਹ ਚਿੱਟਾ ਸ਼ਰੇਆਮ ਵਿਕ ਰਿਹਾ ਤੇ ਪੁਲਿਸ ਜਿਹੜੀ ਅਣਗਹਿਲੀ ਵਾਲੇ ਮੋੜ ਦੇ ਵਿੱਚ ਹੈਗੀ ਹੈ, ਪੁਲਿਸ ਨੂੰ ਪਤਾ ਹੀ ਨਹੀਂ ਗਾ ਵੀ ਚਿੱਟਾ ਕਿੱਥੇ ਵਿਕ ਰਿਹਾ। ਉਹ ਡਿਊਟੀ ਜਿਹੜੀ ਪੁਲਿਸ ਦੀ ਕਰਨ ਵਾਲੀ ਹੈ, ਇੱਕ ਐਮ ਐਲ ਏ ਜਾ ਕੇ ਕਰ ਰਿਹਾ, ਮੈਨੂੰ ਕੀ ਲੋੜ ਆ, ਤੁਹਾਨੂੰ ਕੀ ਲੋੜ ਆ, ਜੇ ਪੁਲਿਸ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਕਰ ਲਵੇ। ਤੇ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ, ਡੀ ਜੀ ਪੀ ਸਾਹਿਬ ਨੂੰ ਮੈਂ ਦੋ ਤਿੰਨ ਵਾਰੀ ਦਿਨਕਰ ਗੁਪਤਾ ਜੀ ਨੂੰ ਫੋਨ ਕਾਲ ਕਰ ਚੁੱਕਿਆ, ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ, ਉਹਨਾਂ ਨੇ ਫੋਨ ਕਾਲ ਅਟੈਂਡ ਨਹੀਂ ਕੀਤੀ। ਅਫਸੋਸ ਹੈ ਦੋਸਤੋ, ਮੇਰੇ ਕੋਲ ਅਪਣਾਇਓ ਜਰਾ, ਚਿੱਟੇ ਦੇ ਵਿਰੋਧ ਦੇ ਵਿੱਚ ਕਾਲਾ ਹਫ਼ਤਾ ਪੰਜਾਬੀਆਂ ਨੇ 1 ਜੁਲਾਈ ਤੋਂ 7 ਜੁਲਾਈ ਤੱਕ ਫੜੇ ਹੋਏ, ਜੁਲਾਈ ਵੀ ਰੱਖੋ, ਮੋਬਾਈਲ ਪਰੇ ਕਰ, 1 ਜੁਲਾਈ ਤੋਂ 7 ਜੁਲਾਈ ਤੱਕ ਚਿੱਟੇ ਵਿਰੋਧ ਦੇ ਵਿੱਚ ਕਾਲਾ ਹਫ਼ਤਾ। ਅਸੀਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ, ਉਸ ਹੈਲਪਲਾਈਨ ਨੰਬਰ ਤੇ ਪੂਰੇ ਪੰਜਾਬ ਦੇ ਲੋਕਾਂ ਨੇ 667 ਚਿੱਟਾ ਵੇਚਣ ਵਾਲਿਆਂ ਦੀਆਂ ਸ਼ਿਕਾਇਤਾਂ ਕੀਤੀਆਂ, 667। ਆ ਮੇਰੇ ਕੋਲ ਇਕੱਲੀ ਇਕੱਲੀ ਸ਼ਿਕਾਇਤ ਜਿਹੜੀ ਮੈਨੂੰ ਪੰਜਾਬ ਦੇ ਆਵਾਮ ਨੇ ਭੇਜੀ, ਟੈਲੀਫੋਨ ਦੇ ਉੱਤੇ ਸ਼ਿਕਾਇਤ ਲਿਖਾਈ, ਮੈਂ ਇਹ ਆਪਣੇ ਪੈਡ ਦੇ ਉੱਤੇ ਸ਼ਿਕਾਇਤਾਂ ਹਰ ਮੰਗਲਵਾਰ ਇੱਕ ਕਾਪੀ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਉਹਦਾ ਉਤਾਰਾ ਐਸਟੀਐਫ ਨੂੰ। ਤੇ ਹੁਣ ਮੈਂ ਜਦੋਂ ਉਹਨਾਂ ਨੂੰ ਚਿੱਠੀਆਂ ਪਾ ਕੇ ਟੈਲੀਫੋਨ ਦੇ ਉੱਤੇ ਮੁੱਖ ਮੰਤਰੀ ਦੇ ਦਫ਼ਤਰ, ਐਸਟੀਐਫ ਦੇ ਦਫ਼ਤਰ ਪਹੁੰਚਦਾ ਵੀ ਕੀ ਕਾਰਵਾਈ, ਹੈਲਪਲਾਈਨ ਨੰਬਰ ਮੇਰੇ ਦਫ਼ਤਰ ਦੇ ਵਿੱਚ ਦਰਜ ਕਰਾਈਆਂ ਚਿੱਠੀ ਵੇਚਣ ਵਾਲੇ ਦੀਆਂ ਸ਼ਿਕਾਇਤਾਂ, ਕਾਰਵਾਈ ਕੀ ਹੋਈ ਹੈ, ਤੁਸੀਂ ਹੱਸੋਗੇ ਕਾਰਵਾਈ ਪੜ੍ਹ ਕੇ। ਆ ਮੇਰੇ ਕੋਲ 667 ਕੰਪਲੇਂਟਾਂ ਮੈਂ ਐਸਟੀਐਫ ਨੂੰ ਪਾਈਆਂ, ਉਹਨਾਂ ਦਾ ਐਸਟੀਐਫ ਵੱਲੋਂ ਲਿਖਤੀ ਤੌਰ ਤੇ ਮੈਨੂੰ ਜਵਾਬ ਆਇਆ, ਇਕੱਲੀ ਇਕੱਲੀ ਕੰਪਲੇਂਟ ਦਾ ਉਹਨਾਂ ਨੇ ਮੈਨੂੰ ਦੱਸਿਆ। ਅਫਸੋਸ ਕਿ 667 ਕੰਪਲੇਂਟਾਂ ਦੇ ਵਿੱਚੋਂ ਐਸਟੀਐਫ ਦਾ ਇੱਕ ਵੀ ਕਿਸੇ ਨਸ਼ਾ ਤਸਕਰ ਦੇ ਵਿਰੁੱਧ ਕਾਰਵਾਈ ਨਾ ਕਰਨਾ। ਇਹ ਕਹਿ ਰਿਹਾ ਕਿ ਅਸੀਂ ਇਹਨਾਂ ਤੇ ਨਜ਼ਰਸਾਨੀ ਕਰ ਰਹੇ ਹਾਂ, ਇਹ ਕਹਿ ਰਿਹਾ ਵੀ ਇਹਦੇ ਰਿਸ਼ਤੇਦਾਰਾਂ ਨੇ ਇਹਦੀ ਜ਼ਿੰਮੇਵਾਰੀ ਲੈ ਲਈ।
ਇਹਦੇ ਗਲੀ ਗੁਆਂਢ ਨੇ ਜ਼ਿੰਮੇਵਾਰੀ ਲੈ ਲਈ ਜੀ, ਉਹ ਸਾਨੂੰ ਕਹਿ ਗਏ ਵੀ ਇਹ ਹੁਣ ਨਹੀਂ ਵੇਚੂਗਾ। ਅਫਸੋਸ ਆ ਯਾਰ, ਉਹ ਪੰਜਾਬ ਦੇ ਲੋਕ ਬੇਵਕੂਫ ਹੈਗੇ ਜਿਨ੍ਹਾਂ ਨੇ 667 ਬੰਦਿਆਂ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਆਪਣੇ ਨਾਮ, ਆਪਣੇ ਪਤੇ, ਆਪਣੇ ਟੈਲੀਫੋਨ ਨੰਬਰ ਸਮੇਤ ਹੈਲਪਲਾਈਨ ਨੰਬਰ ਦੇ ਉੱਤੇ ਕਾਲ ਕੀਤੇ, ਸਾਨੂੰ ਆਹ ਕੰਪਲੇਂਟਾਂ ਲਿਖਾਈਆਂ ਅਤੇ ਮੈਂ ਮੁੱਖ ਮੰਤਰੀ ਅਤੇ SPF ਦੇ ਦਫ਼ਤਰ ਦੇ ਕੇ ਆਇਆ। ਅਫਸੋਸ ਆ ਕਿ ਆਹ 667 ਤੁਸੀਂ ਇਹਦੀ ਫੋਟੋ ਸਾਰਿਆਂ ਦੀ, 667 ਦੇ ਮੈਨੂੰ ਜਵਾਬ ਆ ਗਏ ਆ, 667 ਦੀਆਂ 667 ਕੰਪਲੇਂਟਾਂ ਨਿਲ। ਕਹਿੰਦੇ ਜੀ ਕੋਈ ਨਸ਼ਾ ਵੇਚਣ ਵਾਲਾ ਹੀ ਹੈ ਨਹੀਂ ਇਹਨਾਂ ਦੇ ਵਿੱਚ। ਬੈਂਸ ਸਾਹਿਬ ਤੁਸੀਂ ਵਿਧਾਨ ਸਭਾ ਚ ਮੁੱਦਾ ਉਠਾਇਆ ਸੀ ਕਿ ਵੱਡੇ ਮਗਰਮੱਛ ਬਾਹਰ ਆ, ਅੱਜ ਮਜੀਠੀ ਦੀ ਰੈਲੀ ਵੀ ਲਈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਸੀ ਵੀ ਚਿੱਟੇ ਦੇ ਅਸੀਂ ਮਗਰਮੱਛ ਫੜ ਲਏ, ਕੋਈ ਇੱਕ ਅੱਧਾ ਜਿਹੜਾ ਉਹ ਵਿਦੇਸ਼ ਹੈਗਾ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੀ ਵੀ SPF ਤੁਸੀਂ ਬਣਾਈ ਆ, ਹਰਪ੍ਰੀਤ ਸਿੱਧੂ ਤੁਸੀਂ ਡੈਪੂਟੇਸ਼ਨ ਤੇ ਲੈ ਕੇ ਆਏ SPF ਨਸ਼ਾ ਖਤਮ ਕਰਨ ਲਈ, ਚਿੱਟਾ ਖਤਮ ਕਰਨ ਲਈ ਤੁਸੀਂ ਬਣਾਈ ਆ, ਤੇ SPF ਦੀ ਰਿਪੋਰਟ ਮੀਡੀਆ ਨੇ ਲੀਕ ਨਹੀਂ ਕੀਤੀ, ਕਿਸੇ ਅਪੋਜੀਸ਼ਨ ਲੀਡਰ ਨੇ ਲੀਕ ਨਹੀਂ ਕੀਤੀ, ਕਿਸੇ ਅਪੋਜੀਸ਼ਨ ਪਾਰਟੀ ਨੇ ਲੀਕ ਨਹੀਂ ਕੀਤੀ, ਤੁਹਾਡੀ ਵਜ਼ਾਰਤ ਦੇ ਕੈਬਨਿਟ ਵਜ਼ੀਰ ਨੇ ਮੀਡੀਆ ਦੇ ਵਿੱਚ ਪੜ੍ਹ ਕੇ ਸੁਣਾਈ, ਜਿਹਦੇ ਵਿੱਚ ਵਿਕਰਮ ਮਜੀਠੀਆ ਦਾ ਨਾਮ, ਤੇ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ? ਇੱਕ ਸੰਕੇਤ ਹੁੰਦਾ ਕਿ ਸਰਕਾਰ ਸਖ਼ਤ ਹੈ। ਜਿਹੜੇ ਲੋਕਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਚਿੱਟੇ ਦਾ ਸਭ ਤੋਂ ਵੱਡਾ ਕਾਰੋਬਾਰ ਕਰਦੇ ਹੋਏ ਆਪਣੇ ਘਰ ਕੋਟੇ ਭਰਿਆ, ਸਰਕਾਰ ਨੇ ਉਹਦੇ ਗਿਰੇਬਾਨ ਨੂੰ ਹੱਥ ਪਾਇਆ। ਸੰਦੇਸ਼ ਜਾਂਦਾ ਜਦੋਂ ਵੱਡਾ ਮਗਰਮੱਛ ਕਾਬੂ ਆ ਜਾਏ ਤੇ ਛੋਟੇ ਜਿਹੜੇ ਮੱਕੜੀਆਂ ਮਕੌੜੇ ਹੁੰਦੇ ਆ, ਮੱਖੀਆਂ ਤੇ ਮੱਛਰ ਹੁੰਦੇ ਆ, ਇਹ ਆਪਣੇ ਆਪ ਖਤਮ ਹੋ ਜਾਂਦੇ। ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਤਾ ਨਹੀਂ ਕਿਹੜੀ ਮਜਬੂਰੀ ਹੈਗੀ ਆ, ਸੋ ਅਸੀਂ ਇਹ ਸਾਰਾ ਕੁਛ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਧਿਆਨ 'ਚ ਲੈ ਕੇ ਆਵਾਂਗੇ, DGP ਦੇ ਧਿਆਨ 'ਚ ਲੈ ਕੇ ਆਵਾਂਗੇ, ਤਾਂ ਜੋ ਪੰਜਾਬ ਦੇ ਅੰਦਰ ਤੇ ਖਾਸ ਕਰਕੇ ਮੇਰੀ ਪੰਜਾਬ ਦੇ ਆਵਾਮ ਨੂੰ ਅਪੀਲ ਹੈ, ਜੱਬੇ ਪਾਉਣ ਲੱਗ ਗਿਓ ਤਬੇ ਰੋਸ ਜਾਗਿਓ। ਦੋਸਤੋ, ਇਹ ਚੰਗਿਆੜੀ ਤੁਹਾਡੇ ਤੇ ਮੇਰੇ ਬੱਚਿਆਂ ਤੇ ਪੈ ਸਕਦੀ ਹੈ, ਇਹ ਪੰਜਾਬ ਦੇ ਲੋਕੋ ਤੁਹਾਡੇ ਤੇ ਮੇਰੇ ਘਰ ਦੇ ਉੱਤੇ ਚਿੱਟੇ ਦੀ ਚੰਗਿਆੜੀ ਗਿਰ ਸਕਦੀ ਆ। ਖੜੇ ਹੋ ਜਾਓ, ਜਿੱਥੇ ਕੋਈ ਨਸ਼ਾ ਵੇਚਦਾ ਮਿਲਦਾ ਆਪਣੇ ਮੋਬਾਈਲ ਦੇ ਉੱਤੇ ਲਾਈਵ ਕਰਕੇ ਦਾ ਚਿਹਰਾ ਬੇਨਕਾਬ ਕਰੋ, ਉਸ ਚੌਂਕੀ ਦੇ ਥਾਣੇ ਵਾਲੇ ਦਾ, SHO ਦੇ ਇੰਚਾਰਜ ਦਾ ਨਾਮ ਨਸ਼ਰ ਕਰੋ ਕਿ ਫਲਾਣੇ ਥਾਣੇ ਵਾਲੇ ਦੇ SHO ਦੀ ਸਰਪ੍ਰਸਤੀ ਫਲਾਣਾ ਚੌਂਕੀ ਇੰਚਾਰਜ ਦੇ ਏਰੀਏ ਦੇ ਵਿੱਚ ਚਿੱਟਾ ਵਿਕ ਰਿਹਾ। ਚਿੱਟਾ ਸੁਣੋ ਮੇਰੀ ਗੱਲ, ਮੈਂ ਇਸ ਚਿੱਟੇ ਦੇ ਵਿੱਚੋਂ ਦੇਖੋ ਕਿੰਨਾ ਥੋੜਾ ਜਿਹਾ ਚਿੱਟਾ ਹੈਗਾ, 300 ਰੁਪਏ ਦਾ ਇੱਕ ਪੈਕਟ ਦਿੱਤਾ ਇਹਨਾਂ ਨੇ, ਇਹ ਪਤਾ ਨੀ ਇੱਕ ਵਾਰੀ ਦਾ ਜਾਂ ਦੋ ਵਾਰੀ ਦੀ ਡੋਜ਼ ਹੈਗੀ ਹੈ। ਇਹਦੇ ਚ ਅੱਧਾ ਮੈਂ ਕਮਿਸ਼ਨਰ ਪੁਲਿਸ ਨੂੰ ਦੇ ਵਿੱਚ ਕੀ ਹੈਗਾ, ਅੱਧਾ ਮੈਂ ਤੁਹਾਡੀ ਤਾਂ ਜੋ ਇਹਨਾਂ ਦੀ ਰਿਪੋਰਟ ਤੇ ਜਿਹੜੀ ਮੈਂ ਪ੍ਰਾਈਵੇਟ ਤੌਰ ਤੇ ਰਿਪੋਰਟ ਕਰਾਉਣੀ ਆ, ਦੋਨਾਂ ਰਿਪੋਰਟਾਂ ਦੀ ਤੁਲਨਾ। ਇਹ ਤਾਂ ਲਾਈਵ ਮੈਂ ਇਸ ਕਰਕੇ ਇੱਥੇ ਤੱਕ ਆਇਆ ਤਾਂ ਕਿ ਕੱਲ ਨੂੰ ਇਹ ਕਰਾਉਣਗੇ ਤੇ ਇਹਦੀ ਰਿਪੋਰਟ ਮੈਂ ਕਰਾਉਂਗਾ ਤਾਂ ਜੋ ਤੁਲਨਾ ਤੇ ਮਿਲਾਨ ਕੀਤਾ ਜਾ ਸਕੇ। ਜੇ ਕਾਰਵਾਈ ਪੁਲਿਸ ਕਰਨ ਵਾਲੀ ਹੁੰਦੀ ਤੇ ਪੰਜਾਬ ਦੇ ਵਿੱਚ ਚਿੱਟਾ ਵਿਕਦਾ ਹੀ ਨਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਕਿ ਚੌਂਕੀ ਇੰਚਾਰਜ ਤੇ SHO ਨੂੰ ਪਤਾ ਨੀ ਕਿ ਉਹਦੇ ਏਰੀਏ ਦੇ ਵਿੱਚ ਚਿੱਟਾ ਕਿੱਥੇ ਵਿਕਦਾ। ਕੋਈ ਬੰਦਾ ਮੈਨੂੰ ਇਹ ਗੱਲ ਦੱਸ ਦੇ, ਉਹਨੂੰ ਪਤਾ SHO ਨੂੰ ਪਤਾ, ਚੌਂਕੀ ਇੰਚਾਰਜ ਨੂੰ ਪਤਾ ਵੀ ਉਹਦੇ ਏਰੀਏ ਦੇ ਵਿੱਚ ਚਿੱਟਾ ਕਿੱਥੇ ਵਿਕਦਾ, ਤੇ ਜੇ ਉਹ ਆਪਣੀ ਡਿਊਟੀ ਤੇ ਆ ਜਾਣ ਤੇ ਸਕਿੰਟਾਂ ਦੇ ਵਿੱਚ ਚਿੱਟਾ ਵਿਕਣਾ ਬੰਦ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ 4 ਹਫ਼ਤਿਆਂ ਦੀ ਗੱਲ ਕਰਦੇ ਸੀ, ਇੱਥੇ 4 ਘੰਟਿਆਂ ਦੇ ਵਿੱਚ
ਚਿੱਟਾ ਮੁਕਤ ਪੰਜਾਬ ਹੋ ਸਕਦਾ ਜੇ ਖਾਕੀ ਵਰਦੀ ਇਮਾਨਦਾਰੀ ਨਾਲ ਆਪਣੀ ਡਿਊਟੀ ਤੇ ਮੈਂ ਗੁਰੂ ਜੀ ਕਹਿ ਰਿਹਾ ਉੱਥੇ ਹਜੇ ਵੀ ਵਿਕ ਰਿਹਾ, ਮੈਨੂੰ ਫੋਨ ਆ ਰਿਹਾ ਵੀ ਹਜੇ ਵੀ ਵਿਕ ਰਿਹਾ, ਪੁਲਿਸ ਹਜੇ ਨੀ ਉੱਥੇ ਤੱਕ ਗਈ। ਬੈਂਸ ਸਾਹਿਬ ਤੁਸੀਂ ਜਿਹੜੇ ਜਿਹੜੇ ਕੋਈ ਚੌਂਕੀ ਇੰਚਾਰਜ, ਥਾਣਾ ਪ੍ਰਭਾਰੀ ਤੇ ACP, ਕੀ ਤਿੰਨਾਂ ਦਾ ਨਾਮ ਕੰਪਲੇਂਟ ਚ ਦੋਗੇ ਕਿ ਮੈਂ ਰਿਸਪੋਂਸੀਬਲ? ਸੁਣੋ ਮੇਰੀ ਗੱਲ, ਇਲਾਕੇ ਚ ਕਸਟੋਡੀਅਨ ਆਫ ਪੁਲਿਸ ਕੌਣ ਗਿਆ ਜੀ? ਜ਼ਿਲ੍ਹੇ ਦੇ ACP ਪੁਲਿਸ ਕਮਿਸ਼ਨਰ ਕਸਟੋਡੀਅਨ, ਸਾਡੇ ਜ਼ਿਲ੍ਹੇ ਦੀ ਪੁਲਿਸ ਦੇ ਕਸਟੋਡੀਅਨ, ਸਾਡੇ ਕਸਟੋਡੀਅਨ ਨੇ ਆਪਣੇ ਉਹ ਇੱਕ MLA ਜਾ ਰਿਹਾ ਤੇ ਪੁਲਿਸ ਦਾ ਖੁਫੀਆ ਤੰਤਰ ਕਿੱਥੇ ਜਿਹਨੂੰ ਕਰੋੜਾਂ ਰੁਪਈਆ ਹਰ ਮਹੀਨੇ ਤਨਖਾਹਾਂ ਦੇ ਰੂਪ ਚ ਦਿੱਤਾ ਜਾ ਰਿਹਾ, ਇਹਨਾਂ ਨੂੰ ਪਤਾ ਹੀ ਨਹੀਂ ਗਾ ਚਿੱਟਾ ਹਜੇ ਵੀ ਉੱਥੇ ਵਿਕ ਰਿਹਾ। ਮੈਂ ਕਿਹੜੇ ਚੌਂਕੀ ਇੰਚਾਰਜ, ਮੈਂ ਕਿਹੜੇ SHO, ਕਿਹੜੇ DSP, ਕਿਹੜੇ SP ਦਾ ਨਾਮ ਲਵਾਂ? ਦਾ ਕਸਟੋਡੀਅਨ ਦੀ ਡਿਊਟੀ ਬਣਦੀ ਹੈ ਨਾ, ਭੜਕਾਓ 5-4 SHO ਤੇ ਚੌਂਕੀ ਇੰਚਾਰਜ ਜਿਨ੍ਹਾਂ ਦੇ ਏਰੀਏ ਦੇ ਵਿੱਚ, ਡਿਸਮਿਸ ਕਰੇ ਸਰਕਾਰ ਉਹਨਾਂ ਨੂੰ, ਸਖ਼ਤ ਸੰਦੇਸ਼ ਜਾਂਦਾ ਬਾਕੀ SHO ਦੇ ਚੌਂਕੀ ਇੰਚਾਰਜਾਂ ਨੂੰ ਵੀ ਨੌਕਰੀ ਤੋਂ ਹੱਥ ਧੋਣੇ ਪੈਣੇ ਆ। ਇਹ ਉਸ ਦਿਨ ਪੰਜਾਬ ਦੇ ਅੰਦਰੋਂ ਚਿੱਟਾ ਖਤਮ ਹੋਏਗਾ ਜਿੱਦਣ ਸਰਕਾਰ ਸਖ਼ਤੀ ਦੇ ਮੋੜ ਦੇ ਵਿੱਚ ਆ ਗਈ, ਜਿੱਦਣ ਸਰਕਾਰ ਨੇ ਚਿੱਟੇ ਦੇ ਅਸਲ ਮਗਰਮੱਛਾਂ ਦੇ ਗਿਰਬਾਨ ਦੇ ਵਿੱਚ। ਤੁਸੀਂ ਕੰਪਲੇਂਟ 'ਚ ਨਾਮ ਪਾਉਂਗੇ ਜੀ ਤਿੰਨਾਂ ਬੰਦਿਆਂ ਦਾ ਜਿਹੜੇ? ਮੈਂ ਥਾਣੇ ਦਾ ਵੀ ਪਾਊਂ, ਮੈਂ ਚੌਂਕੀ ਦਾ ਵੀ ਪਾਊਂ, ਮੈਂ ਕਮਿਸ਼ਨਰ ਪੁਲਿਸ ਦਾ ਵੀ ਪਾਊਂਗਾ, ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਦਰਖਾਸਤ ਆਪਣੇ ਕੋਲ ਰਿਜ਼ਲਟ ਆਇਆ 67 ਵਿੱਚ ਹੋਊਗਾ, ਕਹਿੰਦੇ ਇੱਕ ਵੀ ਬੰਦੇ ਦੇ ਉੱਤੇ ਕੋਈ ਕਾਰਵਾਈ ਨਾ ਹੋਵੇ, ਕਹਿੰਦੇ ਜੀ ਸਾਰੇ ਪਾਕ ਸਾਫ਼ ਹੈਗੇ। ਇੱਥੋਂ ਪੁਲਿਸ ਤੇ ਸਰਕਾਰ ਦੀ ਮਨਸ਼ਾ ਸਾਫ਼ ਜ਼ਾਹਰ ਹੁੰਦੀ ਆ, ਚਿੱਟੇ ਦੇ ਪ੍ਰਤੀ ਗੰਭੀਰ ਨਹੀਂ। ਓਕੇ, ਥੈਂਕ ਯੂ।
ਸ਼ਰੇਆਮ ਮਿਲਦਾ ਲਾਈਵ ਚਿੱਟਾ ਅੱਜ ਖਰੀਦਿਆ ਮੈਂ ਲਾਈਵ ਤੁਹਾਡੇ ਕੋਲ ਲੈ ਕੇ ਆਇਆ ਤੁਹਾਡੇ ਕੋਲ ਹਰਲਾਮ ਦੇ ਉੱਤੇ ਚੌਂਕੀ ਤੇ ਥਾਣਾ ਸ਼ਰੇਆਮ ਚਿੱਟਾ ਰੁਕੇ ਇਲੈਕਸ਼ਨ ਬੋਰਡ ਅਨਾਊਂਸ ਹੋ ਗਿਆ ਅਫਸੋਸ ਉਦੋਂ ਵੀ ਵੱਡਾ ਚਿੱਟਾ ਹੁਣ ਵੀ ਉੱਥੇ ਚਿੱਟਾ ਜਾਂ ਕੋਈ ਦੋ ਨੰਬਰ ਦਾ ਕੰਮ ਹੋ ਰਿਹਾ ਉਹ ਸਖ਼ਤ ਹੋ ਜਾਏ ਨਾ ਛੋਟੇ ਜ਼ਿਲ੍ਹੇ ਦੇ ਅੰਦਰ ਮੈਂ ਦੱਸਦਾ ਵੀ ਇਹ ਬੜੀ ਕਿਲਿਆਂ ਦੇ ਵਿੱਚ ਕਾ ਨਹੀਂ ਰਿਪਲਾਈ ਆ ਗਿਆ ਐਸ ਟੀ ਐਫ ਦੀ ਮਜ਼ਬੂਰੀ ਬਣ ਗਈ ਹੁਣ ਤੁਹਾਡੇ ਨਾਲ ਰਿਲੇਟਡ ਨਹੀਂ ਹੈ